ਸੋਹਣੇ ਸਿਆਣੇ ਬਿਊਟੀ 4 ਦੇ 观众 ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮੁਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਰਾਂ ਨੂੰ ਨਮੋ ਨਮਾ ਜੀ ਰਦਰ ਸਾਹਿਬ ਜੀ ਆਨੂ ਪ੍ਰੋਗਰਾਮ ਸੱਚਾ ਸੱਚ ਵਚਾ ਬਹੁਤ ਮਿਹਰਬਾਨੀ ਜੀ ਰਦਰ ਸਾਹਿਬ ਅਜ 18 ਮਾਰਚ 2024 5 ਚੇਤ ਨਾਨਕਸ਼ਹੀ ਸਮੰਤ 556 ਦਾ ਦਿਨ ਹੈ ਰਦਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਦਾਸਿਓ ਵਿਊਅਰਸ ਜੇ ਤੁਸੀਂ ਹਾਕ ਸਾਚਨ ਸਾਫ ਤੇ ਪਾਰਾ ਦੰਦਾ ਇੱਕੋ ਇੱਕ ਚੈਨਲ ਟੀਵੀ ਦੀ ਫੋਰੋਂ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਸਨ ਕੇਬਲ ਬਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਦੀ ਫੋਰ ਦੀ ਆਪਰਾਇਨ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕ ਵੀਅਰਸ ਅੱਜ ਤੁਸੀਂ ਟੀਵੀ ਦੇ ਫੋਨਾਂ ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁਕ ਰਾਹੀਂ ਜੁੜੇ ਹੋ ਤਾਂ ਸਰਵਤ ਵਾਤ ਵਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ ਦੀ ਫੋਰ ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਦੀ ਫੋਰ ਦੀ ਲਾਈਵ ਸਟ੍ਰੀਮ ਐਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਰਾਸ ਕਰਦੇ ਆ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ حوالے ਨਾਲ ਸਪਾਂਸਰਸ਼ਿਪ ਦੇ حوالے ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਬਾਰੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਆਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਕੈਂਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਸਰਦਾਰ ਵੀਰ ਔਰ ਸਰਦਾਰ ਜਤਿੰਦਰ ਸਿੰਘ ਰਵਲੋਂ ਉਹਨਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਸਪਾਂਸਰਸ਼ਿਪ ਹੋਈ ਹੈ ਜਿਹੜਾ ਆਪਣਾ ਪ੍ਰੋਗਰਾਮ ਹੈ ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਨਾਲ ਮਿਲ ਕੇ ਆਪਣਾ ਫਰਜ਼ ਪਹਿਚਾਣਦੇ ਹਾਂ ਜੋ ਯੋਗਦਾਨ ਕੌਮੀ ਸੰਘਰਸ਼ ਵਿੱਚ ਪਾ ਸਕਦੇ ਹਾਂ ਜ਼ਰੂਰ ਪਾਈਏ 31 ਮਾਰਚ ਨੂੰ ਜੋ ਖਾਲਸਾ ਰੈਫਰੰਡਮ ਸੈਕਰਮੈਂਟ ਵਿੱਚ ਹੋ ਰਿਹਾ ਹੈ ਵੱਤ ਤੋਂ ਵੱਧ ਜੋ ਜਿਹੜੀ ਐ ਸ਼ਮੂਲਿਤ ਕੀਤੀ ਜਾਵੇ ਔਰ ਵਾਇਗਰੂ ਅੰਗ ਸੰਗ ਸਹਾਇ ਹੋਣਗੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਤੈਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚਾ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੀਮ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ 9 ਹੋਰ ਸਿੰਘ ਸਾਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਭੁਖੜਦਾਲ ਕੀਤੀ ਜਾ ਰਹੀ ਹੈ ਔਰ ਉਹਨਾਂ ਦੀ ਮੁੱਖ ਮੰਗ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਭੇਜਣ ਸੰਬੰਧੀ ਹੈ ਸੋ ਐਨਰ ਸਿੰਘਾਂ ਦੀ ਦੇ ਹਾਈ ਲਈ ਔਰ ਹਮਾਇਤ ਵਿੱਚ ਅ ਹੈਰਿਟੇਜ ਸਟਰੀਟ ਅੰਮ੍ਰਿਤਸਰ ਵਿਖੇ ਇੱਕ ਬਰਾਬਰ ਮੋਰਚਾ ਵੀ ਚੱਲ ਰਿਹਾ ਔਰ ਜਿਸ ਵਿੱਚ ਪਰਿਵਾਰਿਕ ਮੈਂਬਰ ਅਤੇ ਹੋਰ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਭੁਖ ਹੜਤਾਲ ਰੱਖੀ ਹੋਈ ਹੈ ਸੋ ਬੀਤੇ ਕੱਲ ਯਾਨੀ ਕਿ 17 ਮਾਰਚ ਨੂੰ ਅੰਮ੍ਰਿਤਸਰ ਵਿਖੇ ਸਿੱਖ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਔਰ ਪੁਲਿਸ ਵੱਲੋਂ ਮੁੱਖ ਆਗੂਆਂ ਨੂੰ ਨਜ਼ਰਬੰਦ ਕਰਨ ਜਾਂਗਰਫਾਰ ਗ੍ਰਫਤਾਰ ਕਰਨ ਤੋਂ ਇਲਾਵਾ ਸੰਗਤਾਂ ਨੂੰ ਰੋਕਣ ਲਈ ਕਈ ਥਾਈਂ ਜੜੇ ਨੇ ਨਾਕੇ ਵੀ ਲਗਾਏ ਗਏ। ਔਰ ਰੋਕਾਂ ਦੇ باوجود ਭਾਰੀ ਗਿਣਤੀ ਵਿੱਚ ਪੰਥਕ ਇਕੱਠ ਹੋਇਆ ਜਿਨ੍ਹਾਂ ਵੱਲੋਂ 8 ਮਤੇ ਜਿਹੜੇ ਨੇ ਉਹ ਵੀ ਪਾਸ ਕੀਤੇ ਗਏ। ਜ਼ਾਹਿਰ ਹੈ ਕਿ ਪੰਥ ਬੰਦੀ ਸਿੰਘਾਂ ਦੇ ਨਾਲ ਖਲੋਤਾ ਹੈ ਪਰ ਪੰਜਾਬ ਵਿੱਚ ਵਸਦੀ ਸਿੱਖ ਕੌਮ ਨੂੰ ਦੋ ਹੱਥ ਰੱਸਾ ਸਿਰੇ ਤੇ ਗੰਢ ਦੇ ਅਖਾਣ ਵਾਂਗ ਜਿਹੜਾ ਖਾਲਸਾ ਦੀ ਪ੍ਰਾਪਤੀ ਲਈ ਕਮਰ ਕੱਸੇ ਕਰਨ ਦੀ ਲੋੜ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਇੱਕ ਦੂਸਰਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈ ਤੁਹਾਡਾ ਸਭ ਤੋਂ ਆਪੋ ਕੋ ਸ਼ੁਕਰੀਆ ਜੀ ਰਾਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਦਿੱਲੀ ਫਤਿਹ ਦਿਵਸ ਦਾ ਸਮਾਗਮ ਫਲਸ਼ਿੰਗ ਗੁਰਦੁਆਰਾ ਸਾਹਿਬ ਤੇ ਰੱਖਿਆ ਸੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਉਸ ਬਾਰੇ ਵੀ ਮੈਂ ਥੋੜਾ ਵੇਰਵੇ ਨਾਲ ਗੱਲ ਕਰਾਂਗਾ ਇਸ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਪਰ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜਿਹੜੇ ਸਾਡੇ ਸਪான்ਸਰ ਕਰਨ ਵਾਲੇ ਵੀਰ ਭੈਣਾਂ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹਾਂ ਬਿਲਕੁਲ ਅੱਜ ਜਿਨ੍ਹਾਂ ਨੇ ਸਪான்ਸਰ ਕੀਤਾ ਹੈ ਸਾਡੇ ਬਹੁਤ ਹੀ ਖਾਸ ਵੀਰ ਨੇ ਸਮੁੱਚਾ ਪਰਿਵਾਰ ਹੀ ਵੀਰ ਜਤਿੰਦਰ ਸਿੰਘ ਔਰ ਉਹਨਾਂ ਦਾ ਸਮੁੱਚਾ ਪਰਿਵਾਰ ਇਹੀ ਨਹੀਂ ਵੀ84 ਦਾ ਅਸੀਂ 12 13 ਸਾਲ ਤੋਂ ਹੀ ਇਸ ਦੇ ਨਾਲ ਜੁੜੇ ਹਾਂ ਪਰ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹਦੇ ਨਾਲ ਅਸੀਂ ਪਿਛਲੇ 27 28 ਸਾਲ ਤੋਂ ਲਗਾਤਾਰਤਾ ਨਾਲ ਹਰ ਬੁੱਧਵਾਰ 1 ਘੰਟੇ ਦੀ ਡਿਸਕਸ਼ਨ ਹੁੰਦੀ ਹੈ ਉਸ ਦੇ ਨਾਲ ਵੀ ਵੀਰ ਜਤਿੰਦਰ ਸਿੰਘ ਜੁੜੇ ਹੋਏ ਸੀ ਨੇ ਹੁਣ ਵੀ ਔਰ ਈਵਨ ਬਹੁਤ ਪਹਿਲਾਂ ਅਜਤੋਂ ਸ਼ਾਇਦ 20 ਸਾਲ ਪਹਿਲਾਂ ਜਦੋਂ ਇਹ ਪੰਜਾਬ गए ਔਰ ਹਜ਼ੂਰ ਸਾਹਿਬ ਪੌਂਟਾ ਸਾਹਿਬ ਦੂਸਰੀਆਂ ਥਾਵਾਂ ਤੇ ਤੇ ਆਪਣੇ ਤੌਰ ਤੇ ਇਹਨਾਂ ਨੇ ਵੱਡੇ ਇਸ਼ਤਿਹਾਰ ਬਣਵਾਏ ਹੋਏ ਸੀ ਜਿਨ੍ਹਾਂ 'ਚ ਅੱਜ ਦੀ ਆਵਾਜ਼ ਪ੍ਰੋਗਰਾਮ ਸੁਣਨ ਲਈ ਜਾਂ ਉਸ ਤੱਕ ਕਿਵੇਂ ਸੁਣਨਾ ਹੈ ਔਰ ਸਾਡੀ ਪਿਕਚਰ ਲਾ ਕੇ ਔਰ ਦੂਸਰਾ ਉਹਨਾਂ ਨੇ ਥਾਉ ਥਾਈ ਉਬੜੇ ਵੱਡੇ ਜਿਹੜੇ ਨੇ ਇਸ਼ਤਿਹਾਰ ਇਤਿਹਾਸ ਗੁਰਦੁਆਰਿਆਂ ਦੇ ਬਾਹਰ ਨੋਟਿਸ ਬੋਰਡ ਦੇ ਉੱਤੇ ਵੀ ਲਾਏ ਔਰ ਬਹੁਤ ਜ਼ਿਆਦਾ ਜਿਹਨੂੰ ਤੁਸੀਂ ਅੰਦਰੋਂ ਮੁਹੱਬਤ ਹੈ ਪੰਥ ਨਾਲ ਕੌਮ ਨਾਲ ਔਰ ਅਸੀਂ ਜਦੋਂ ਬਹੁਤ ਲੰਬੇ ਹਿਸੇ ਬਾਅਦ ਸਾਡਾ ਕੈਨੇਡਾ ਜਾਣਾ ਹੋਇਆ ਤੇ ਆਪਣੀ ਟ੍ਰਾਂਟੋ ਵਿਜ਼ਿਟ ਵੇਲੇ ਅਸੀਂ ਉਹਨਾਂ ਦੇ ਗ੍ਰੈਵਿਕ ਵੀ ਗਏ ਜਿਨ੍ਹਾਂ ਪਿਆਰ ਸਤਿਕਾਰ ਉਹਨਾਂ ਨੇ ਦਿੱਤਾ ਇੱਥੇ ਵੀ ਉਹ ਸਾਨੂੰ ਮਿਲਣ ਆਏ ਨੇ ਸਾਡੇ ਸਟੂਡੀਓ 'ਚ ਵੀ ਔਰ ਅਸੀਂ ਸਮਝਦੇ ਹਾਂ ਅੱਜ ਉਹਨਾਂ ਦਾ ਮੈਸੇਜ ਸੀ ਉਹਦੇ ਤੇ WhatsApp ਤੇ ਕਿ ਜੀ ਅੱਜ 18 ਮਾਰਚ ਹੈ ਪਿਛਲੇ ਸਾਲ ਵੀ ਅਸੀਂ 18 ਮਾਰਚ ਨੂੰ ਸਪான்ਸਰ ਕੀਤਾ ਸੀ ਤੇ ਸਾਡੇ ਵੱਲੋਂ ਤੁਸੀਂ ਸਪான்ਸਰ ਕਰੋ ਔਰ ਹਮੇਸ਼ਾ ਜਦੋਂ ਲਾਸਟ ਟਾਈਮ ਅਸੀਂ ਗਏ ਉਹਨਾਂ ਨੇ ਤੁਹਾਡੇ ਲਈ ਵੀ ਅਮਰਵੀਰ ਲਈ ਵੀ ਜਿਹੜਾ ਸੈਪਰੇਟ ਅਮਾਉਂਟ ਦਿੱਤਾ ਕਿ ਭਾਈ ਇਹ ਦੇਖੋ ਇਹ ਜਿਹੜੇ ਇਸ ਕਿਸਮ ਦੀ ਈਮੋਸ਼ਨਲ ਬੌਂਡਿੰਗ ਹੈ ਇਹ ਬਹੁਤ ਇੰਪੋਰਟੈਂਟ ਹੈ ਬਿਲਕੁਲ ਕਿਉਂਕਿ ਇਹ ਜਿੱਥੇ ਸਾਨੂੰ ਹੌਸਲਾ ਦਿੰਦੀ ਹੈ ਕਿ ਭਾਈ ਪੰਥ ਪਰਿਵਾਰ ਔਰ ਕੌਮੀ ਖਾਲਸਾਣ ਦੇ ਲਈ ਜਿਹੜੇ ਤੁਰੇ ਨੇ ਔਰ ਜਿਵੇਂ ਕਮਿਟਮੈਂਟ ਦੇ ਨਾਲ ਅਗੋਂ ਬੱਚਿਆਂ ਚ ਵੀ ਪਰਿਵਾਰ ਚ ਵੀ ਇਹਨਾਂ ਦੀ ਬੇਟੀ ਜਿਹਨ ਦਾ ਨਾਮ ਹੈ ਫਿਲਾਸਫਰ ਕਿਹਾ ਹੋਇਆ ਜਦੋਂ ਅਸੀਂ ਉਹਨਾਂ ਦੇ ਘਰ ਵੀ ਗਏ ਮਿਲੀ ਇੰਨੀ ਕਲੈਰਿਟੀ ਦੇ ਨਾਲ ਇੰਨੀ ਥਾਟ ਜਿਹੜੀ ਹੈ ਪ੍ਰੋਵੋਕਿੰਗ ਡਿਸਕਸ਼ਨ ਜੀ ਔਰ ਅਸੀਂ ਸਮਝਦੇ ਹਾਂ ਵੀ ਹੁਣ ਵੀ ਜਦੋਂ ਅੱਜ ਅਮਰਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਕਾਲ ਵੀ ਕੀਤਾ ਜੀ ਮੈਸੇਜ ਤੁਹਾਡੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ-ਜਿੱਥੇ ਵੀ ਸਿੱਖ ਹੈ ਕੋਈ ਜਿਹਨੂੰ ਲੱਗਦਾ ਹੈ ਕਿ ਵੀ ਉਹ ਸਿੱਖ ਪੰਥ ਦਾ ਹਿੱਸਾ ਹੈ ਉਹ ਆਪਣਾ योगदान पाए मूवमेंट چون योगदान ਦਾ ਮਤਲਬ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਕੋਲ ਫਾਈਨੈਂਸ਼ੀਅਲ ਕੈਪੇਬਿਲਿਟੀ ਹੈ ਲੇਖਾਲਾਂ ਕਿ ਇਹ ਵੀ ਨਹੀਂ ਹੈ ਵੀ ਜਿਹੜਾ ਅਮਰੀਕਾ ਕੈਨੇਡਾ ਚ ਆਇਆ ਉਹਦੇ ਕੋਲ ਫਾਈਨੈਂਸ਼ੀਅਲ ਨਹੀਂ ਹੈ ਭਾਵੇਂ ਟਕਾਈ ਹੋਏ ਲੇਕਿਨ ਤੁਸੀਂ ਕਿਤੇ ਪ੍ਰੈਜ਼ੈਂਟ ਹੁੰਦੇ ਹੋ ਪ੍ਰੋਟੈਸਟ ਦਾ ਹਿੱਸਾ ਬਣਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਦੋ ਵੇਲੇ ਦੀ ਅਰਦਾਸ ਜੀ ਕੌਮ ਦੀ ਚੜ੍ਹਦੀ ਕਲਾ ਦਸਵੇਂ ਪਾਤਸ਼ਾਹ ਤੋਂ ਮੰਗਦੇ ਹੋ ਤੇ ਇਹ ਵੀ ਤੁਹਾਡਾ ਯੋਗਦਾਨ ਹੈ ਔਰ ਦੂਸਰਾ ਜ਼ਰ ਹੈ ਕਿ ਰੈਫਰੈਂਡਮ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਮਯਾਬੀ ਨਾਲ ਹੋਇਆ ਟ੍ਰਾਂਟੋ ਸਰੀ ਪਿਛਲੇ 2 ਸਾਲ ਤੋਂ ਪ੍ਰੋਸੈਸ ਤੇ ਇਹਦੀ ਯੂਕੇ ਤੋਂ ਸ਼ੁਰੂ ਹੋਈ ਫਿਰ ਯੂਰਪ ਦੇ ਆਡਰਡ ਮੁਲਕਾਂ ਤੋਂ ਔਰ 28 ਜਨਵਰੀ ਨੂੰ ਸੈਨ ਫਰਾਂਸਿਸਕੋ ਚ ਬੜੀ ਕਾਮਯਾਬੀ ਦੇ ਨਾਲ ਜਿਹੜਾ ਇਹ ਖਾਲਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ ਔਰ ਇਨੀ ਵੱਡੀ ਗਿਣਤੀ ਚ ਸਿਕ ਸੰਤਾਸੀ ਕਿ 6 ਘੰਟੇ ਦੀ ਵੇਟਿੰਗ ਲਾਈਨ ਸੀ ਔਰ ਬਹੁਤ ਸਾਰੇ ਅਧਿਉਰ ਜ਼ਿਆਦਾ ਵੋਟ ਨਹੀਂ ਪਾ ਸਕੇ ਸੋ ਫਿਰ ਕੈਲੀਫੋਰਨੀਆ ਦੀਆਂ ਸਿਕ ਸੰਤਾਾਂ ਦੀ ਮੰਗ ਦੇ ਉੱਤੇ ਹੀ ਜਿਹੜਾ 31 ਤਰੀਕ ਨੂੰ ਰਾਜਧਾਨੀ ਸੈਕਰਮੈਂਟੋ ਉਹਨਾਂ ਦੇ ਮੇਨ ਜਿਹੜਾ ਸੈਂਟਰ ਹੈ ਕੈਪੀਟਲ ਦਾ ਉਸ ਦੇ ਵਿੱਚ ਪਹਿਲਾਂ ਸਵੇਰੇ ਅਖੰਡ ਪਾਟ ਸਾਹਿਬ ਦੇ ਭੋਗ ਪਾਏ ਜਾਣੇ ਨੇ ਔਰ ਜਿਵੇਂ 6 ਫਰ ਜਸਟਿਸ ਦੀ ਪ੍ਰੈਸ ਰਿਲੀਜ਼ ਤੋਂ ਸਾਹਮਣੇ ਕਿ ਭਾਈ ਕੁ르ਦੇਵ ਸਿੰਘ ਕੋਂਕੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਆ ਬਿਲਕੁਲ ਕਿਵੇਂ ਸ਼ਹੀਦੀ ਪਾਈ ਔਰ ਕਿਸ ਵਚਨ ਬੱਤਾ ਦੇ ਨਾਲ ਉਹਨਾਂ ਨੇ ਅਖੀਰਲੇ ਸਾਤ ਤੱਕ ਸਿੱਖੀ ਨੂੰ ਨਿਭਾਇਆ ਹਮ ਔਰ ਇਹ ਜਦੋਂ ਹਕੀਕਤ ਹੁਣ ਹਾਲਾਂ ਸ਼ਹਾਦਤ ਤਾਂ ਉਹਨਾਂ ਦੀ ਜਿਹੜੀ ਹੈ ਪਹਿਲੀ ਜਨਵਰੀ 1993 ਨੂੰ ਹੋਈ ਪਰ ਸਕਸੈਸਿਵ ਗਵਰਨਮੈਂਟਾਂ ਕਿਵੇਂ ਪੰਜਾਬ ਦੇ ਵਿੱਚ ਬਾਦਲ ਜਿਹੜਾ ਪੰਜ ਵਾਰ ਮੁੱਖ ਮੰਤਰੀ ਰਿਹਾ 90 ਤੋਂ ਬਾਅਦ ਵੀ ਚਾਰ ਵਾਰ ਰਿਹਾ ਉਹਨਾਂ ਨੇ ਕਿਵੇਂ ਇਸ ਸ਼ਹਾਦਤ ਨੂੰ ਰੋੜਿਆ ਹੀ ਨਹੀਂ ਉਹਨਾਂ ਨੇ ਕਿਵੇਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਉਹ ਸਵਰਨਾ ਕੋਟੜਾ ਜਾਂ ਦੂਸਰੇ ਕੱਲਰ ਲੋਕ ਜਿਨ੍ਹਾਂ ਦੇ ਖਿਲਾਫ ਤੇ ਵਾੜੀ ਕਮੇਟੀ ਨੇ ਜਿਹੜਾ ਇੱਕ ਆਲਾ ਪੁਲਿਸ ਆਫੀਸਰ ਸੀ ਇਹਨਾਂ ਨੂੰ ਦੋਸ਼ੀ ਦੱਸਿਆ ਸੀ ਸੋ ਜਦੋਂ ਇਹ ਸਾਰੇ ਵੇਰਵੇ ਬਾਹਰ ਆਏ ਰਿਪੋਰਟ ਬਾਹਰ ਆਈ ਤਵਾੜੀ ਕਮੇਟੀ ਦੀ ਔਰ ਕੌਮ ਦੇ ਵਿੱਚ ਇੱਕ ਦੁਬਾਰਾ ਜਿਵੇਂ ਪਾਈ ਗੁਰਦੇਵ ਸਿੰਘ ਕੌਂਕੇ ਮੋੜ ਚਰਚਾ ਦੇ ਵਿੱਚ ਆਏ ਔਰ ਫਿਰ ਅਕਾਲੀਆਂ ਨੂੰ ਵੀ ਲੱਗਾ ਕਿ ਡੈਮੇਜ ਕੰਟਰੋਲ ਕਰੀਏ ਪਿੰਡ ਵੀ ਗਿਆ ਦੂਜੇ ਵੀ ਗਏ ਪਰ ਅਜੇ ਤੱਕ ਅਸੀਂ ਦੇਖਦੇ ਹਾਂ ਵੀ ਸਾਡਾ ਵੀ ਹਾਲ ਇਹ ਹੋ ਗਿਆ ਔਰ ਘਟਨਾਕ੍ਰਮ ਵੀ ਇੰਨੀ ਤੇਜ਼ੀ ਨਾਲ ਬਦਲਦਾ ਹੈ ਕਿ ਕੁਝ ਹੋ ਕੇ ਹਟਦਾ ਨਾਲ ਦੀ ਨਾਲ ਹੀ ਜਿਹੜਾ ਉਹ ਕੋਈ ਨਵਾਂ ਆ ਜਾਂਦਾ ਪਿਛਲਾ ਭੁੱਲ ਜਾਂਦਾ ਸੋ ਇਵੇਂ ਅਕਾਲੀਆਂ ਨੂੰ ਵੀ ਲੱਗਣ ਲੱਗ ਗਏ ਸੀ ਕਿ ਪਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਜਿਹੜਾ ਇਹ ਨਾ ਦੇ ਲਈ ਹੁਣ ਬਹੁਤ ਵੱਡੀ ਪੁਲੀਟਿਕ ਸਿਆਸੀ ਟ੍ਰਬਲ ਬਣ ਜਾਏਗਾ ਔਨ ਦਾ ਡਿਫੈਂਸਿਵ ਚਲੇ ਗਏ ਪਿੰਡ ਵੀ ਗਏ ਉੱਥੇ ਬੜੇ ਉਹੀ ਮਗਰਮੱਛ ਦੇ ਅਥਰੂ ਔਰ ਇਹ ਸਾਰੇ ਦੇ ਚਲਦੇ ਆ ਫਿਰ ਦਿੱਲੀ ਕਮੇਟੀ ਨੂੰ ਵੀ ਲੱਗਾ ਕਿ ਜੀ ਅਸੀਂ ਵੀ ਆਪਣੇ ਨੰਬਰ ਬਣਾਈਏ ਉਹਨਾਂ ਨੇ ਅਖੰਡ ਪਾਠ ਰੱਖਿਆ ਦੂਸਰਾ ਪਰ ਜਿਹੜਾ 31 ਮਾਰਚ ਨੂੰ ਸੈਕਰਮੈਂਟੋ ਦੇ ਇਸ ਇਕੱਠ ਦੇ ਵਿੱਚ ਜਿਹੜਾ ਜਿੱਥੇ ਕਿ ਇਹ ਵੋਟਾਂ ਵੀ ਪਾਈ ਗੁਰਦੇਵ ਸਿੰਘ ਕੋਂਕੇ ਅ ਔਰ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ ਦਾ ਜਿਹੜਾ ਉਸ ਦਿਨ ਜਿਹੜਾ ਉਹ ਉਹਨਾਂ ਨੂੰ ਐਲਾਨਿਆ ਜਾਇਗ ਸੋ ਜ਼ਾਰ ਹੈ ਉਹ ਤਾਂ ਸ਼ਹੀਦ ਨੇ ਕੌਮ ਦੇ ਹੀ ਨੇ ਗੁਰੂ ਦੀ ਗੋਦ ਹੈ ਲੇਕਿਨ ਕਈ ਵਾਰ ਕੁਝ ਚੀਜ਼ਾਂ ਆਪਣੇ ਨੂੰ ਵੀ ਦੁਬਾਰਾ ਦੁਬਾਰਾ ਯਾਦਹਾਣੀ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਭਾਈ ਅਸੀਂ ਉਹਨਾਂ ਵੱਲ ਦੇਖੀਏ ਅਸੀਂ ਬਹੁਤ ਵਾਰੀ ਖਾਮੀਆਂ ਕਮਜ਼ੋਰੀਆਂ ਨਾ ਪੱਕੀ ਗੱਲਾਂ ਕਰਦੇ ਆਂ ਪਰ ਜਿਨ੍ਹਾਂ ਨੇ ਸਿੱਖੀ ਤੋੜ ਨਭਾਈ ਕਿਵੇਂ ਜਦੋਂ ਤੁਸੀਂ ਉਹਨਾਂ ਦੀ ਟੌਰਚਰ ਵਾਲੀ ਕਹਾਣੀ ਦੇਖਦੇ ਹੋ ਜਿਹੜੇ ਕਿ ਉਸੇ ਹੀ ਪੁਲਿਸ ਦਾ ਜਿਹੜਾ ਇੱਕ ਫਰੀਦਕੋਟ ਤੋਂ ਕਿ ਕਿਤੇੋਂ ਲਿਆ ਕੇ ਉੱਥੇ ਲਾਇਆ ਸੀ ਉਹ ਕੁਝ ਡਿਸਟੈਂਸ ਤੇ ਦੇਖ ਰਿਹਾ ਸੀ ਕਿ ਕਿਸ ਕਿਸਮ ਦਾ ਅਸੀਂ ਭਾਈ ਮਨੀ ਸਿੰਘ ਜਾਂ ਭਾਈ ਤਾਰੂ ਸਿੰਘ ਜਾਂ ਭਾਈ ਸੁਬੇਕ ਸਿੰਘ ਸ਼ਹਾਬਾਦ ਸਿੰਘ ਉਹਨਾਂ ਦੇ ਇਤਿਹਾਸ ਪੜ੍ਹੇ ਨੇ ਉਹਨਾਂ ਨੂੰ ਉਸੇ ਅਰਦਾਸ ਦੀ ਯਾਦ ਕਰਦੇ ਪਰ ਇਹ ਸਾਡੇ ਇਸੇ ਹੀ ਦੌਰ ਦੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਉਰਪਾਈ ਮਨੀ ਸਿੰਘ ਵੀ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ ਜਿਨ੍ਹਾਂ ਨੇ ਬੰਦਬੰਦ ਕਟਰਾ ਕਬੂਲ ਕੀਤਾ ਔਰ ਅਖੀਰਲੇ ਉਹਨਾਂ ਦੇ ਸਾਹ ਤੱਕ ਵੀ ਵਾਹਿਗੁਰੂ ਦੀ ਧੋਨੀ ਜਿਹੜੀ ਹੈ ਫਜ਼ਾ ਦੇ ਵਿੱਚ ਗੂੰਜੀ। ਇਹੀ ਵਰਤਾਰਾ ਜਿਹੜਾ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਹੈ ਸੋ ਅਸੀਂ ਜਿਹੜਾ ਜਿੱਥੇ ਵੀ ਰਜਤेंद्र ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਉੱਥੇ ਅਸੀਂ ਸਮਝਦੇ ਹਾਂ ਕਿ ਮੈਜ਼ ਬਹੁਤ ਖੁਸ਼ ਜੋ ਸਾਡੇ ਸਾਹਮਣੇ ਹੋ ਰਿਹਾ ਹੈ ਉਸ ਨੂੰ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਨਾ ਸੁਣੇ ਜਾਇਆ ਕਰੀਏ ਜਾਂ ਉਸ ਦੇ ਉੱਤੇ ਜਿਹੜਾ ਸਿਰਫ ਲਫ਼ਜ਼ੀ ਜਿਹੜਾ ਮਲਮ ਰਾਨ ਦੀ ਕੋਸ਼ਿਸ਼ ਨਾ ਕਰੀਏ ਅਲਟੀਮੇਟ ਇਹ ਸਭ ਗੁਲਾਮੀ ਚੋਂ ਪੈਦਾ ਹੈ ਜੇ ਭਾਈ ਮਨੀ ਸਿੰਘ ਦੀ ਸ਼ਹਾਦਤ ਲਾਹੌਰ ਦੇ ਵਿੱਚ ਹੋਈ ਸੀ ਤੇ ਜਦੋਂ ਹੀ ਖਾਲਸੇ ਦੇ ਦਲਾਂ ਤੱਕ ਇਹ ਖਬਰ ਪਹੁੰਚੀ ਸੀ ਪਹਿਲੀ ਵਾਰ ਜਦੋਂ ਇਹ ਲਾਹੌਰ ਦੇ ਵਿੱਚ ਸਖਾਂ ਨੇ ਐਂਟਰੀ ਮਾਰੀ ਸੀ ਪੂਰਾ ਅੱਧੀ ਰਾਤ ਵੇਲੇ ਜੇ ਕਾਰੇ ਗ ਜਾਣਦੇ ਆ ਡੱਬੀ ਬਾਜ਼ਾਰ ਲਾਹੌਰ ਰਾਈ ਜਿਹੜਾ ਅੰਦਰ ਆ ਗਏ ਸੀ ਇੰਨਾ ਰੋ ਸੀ ਔਰ ਉਸ ਦੇ ਵਿੱਚ ਜਿਹੜਾ ਫਤਵਾ ਦੇਣ ਵਾਲਾ ਕਾਜ਼ੀ ਸੀ ਭਾਈ ਬਨੀ ਸਿੰਘ ਦੀ ਸ਼ਹਾਦਤ ਦਾ ਦੂਜੇ ਉਹ ਸਾਰਿਆਂ ਨੂੰ ਜਿਹੜਾ ਸਜ਼ਾ ਜਾਇਆਫਤਾ ਕੀਤਾ ਸੀ ਸੋ ਬਹੁਤ ਵਾਰ ਅਸੀਂ ਸਿਰਫ ਇਹ ਪਾਣਾ ਮੰਨਣ ਤੱਕ ਗੱਲ ਨਹੀਂ ਹੈ ਔਰ ਇਹ ਵੀ ਇੱਕ ਡਿਬੇਟ ਜਿਹੜੀ ਕਈ ਜਿਹੜੇ ਉਹ ਗਾਂਧੀਵਾਦੀ ਕਿਸਮ ਦੇ ਚ ਜਿਨ੍ਹਾਂ ਨੂੰ ਸੰਤ ਚਰਖਾ ਬੱਕਰੀ ਦੇ ਸਿੱਖ ਕਹਿੰਦੇ ਸੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੀ ਸਿੱਖ ਬਦਲਾ ਨਹੀਂ ਲੈਂਦਾ ਹੈ ਸਾਡਾ ਤਾਂ ਉਹ ਸਾਰਾ ਇਤਿਹਾਸ ਉਸ ਦੇ ਨਾਲ ਜੁੜਿਆ ਹੋਇਆ ਕਿ ਭਾਈ ਅਸੀਂ ਬੇਗੁਨਾਹ ਨੂੰ ਨਹੀਂ ਮਾਰਦੇ ਲੇਕਿਨ ਅਕਾਊਂਟ ਸੈਟਲ ਕਰਨਾ ਜੇ ਚੰਦੂ ਇੱਕ ਉਹ ਰੋਲ ਅਦਾ ਕਰਦਾ ਟੌਰਚਰਰ ਦਾ ਔਰ ਇੱਕ ਇਨਸਟ੍ਰਿਗੇਟਰ ਦਾ ਤੇ ਜਦੋਂ ਜਹਾਂਗੀਰ ਆਪਣੀ ਪੋਜੀਸ਼ਨ ਦੇ ਉੱਤੇ ਸਟੇਬਲ ਹੋ ਜਾਂਦਾ ਉਹਨੂੰ ਰਿਅਲਾਈਜ਼ ਵੀ ਹੁੰਦਾ ਹੈ ਵੀ ਉਹਤੋਂ ਕੀ ਗਲਤੀ ਹੋਈ ਹਾਲਾਂ ਉਹਦੀ ਆਪਣੀ ਨੀਅਤ ਕੀ ਸੀ ਉਹਨੇ ਤੌਜ਼ਕੇ ਜਹਾਂਗੀਰ ਦੀ ਚ ਲਿਖੀ ਹੋਈ ਹੈ ਫਿਰ ਜਦੋਂ ਉਹ ਸਮਝੌਤੇ ਵੱਲ ਵੱਧ ਹੈ ਔਰ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਲੇਕਿਨ ਰਿਲੀਜ਼ ਤਾਂ ਇਮਿਨੈਂਟ ਹੈ ਹੀ ਸੀ ਪਰ ਜਿਹੜਾ ਜਿਹੜਾ ਫਿਰ ਕੰਪਰੋ ਜਿਹੜਾ ਇਕਰਾਰ ਹੁੰਦਾ ਹੈ ਜਾਂ ਜਿਸ ਨੂੰ ਅਸੀਂ ਐਗਰੀਮੈਂਟ ਕਹਿੰਦੇ ਉਹਦਾ ਇੱਕ ਹਿੱਸਾ ਸੀ ਕਿ ਇਹ ਚੰਦੂ ਜਨੇ ਜਿਹੜਾ ਉਹ 3 ਦਿਨ ਆਪਣੀ ਹਵੇਲੀ ਚ ਰੱਖ ਕੇ ਟਾਰਚਰ ਕੀਤਾ ਗੁਰੂ ਅਰਜਨ ਸਾਹਿਬ ਨੂੰ ਉਹਨੂੰ ਸਾਡੇ ਹਵਾਲੇ ਕੀਤਾ ਜਾਏ ਹੁਣ ਜੇ ਬਦਲਾ ਨਹੀਂ ਲੈਂਦਾ ਜਾਂ ਅਕਾਊਂਟ ਸੈਟਲ ਨਹੀਂ ਕਰਦਾ ਤੇ ਇਹ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਮੌਜੂਦਗੀ ਛੋਇਆ ਹੋਇਆ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਹਰ ਆਏ 52 ਰਾਜਿਆਂ ਨੂੰ ਵੀ ਔਰ ਇਹ ਵੀ ਪ੍ਰੀ ਕੰਡੀਸ਼ਨ ਰੱਖੀ ਵੀ ਇਹ ਸਾਰੇ ਜਿਹੜੇ ਪੋਲਿਟਿਕਲ ਡਿਸਿਡੈਂਟ ਨੇ ਇਹਨਾਂ ਨੂੰ ਛੱਡੋ ਔਰ ਫੇਰ ਲਾਹੌਰ ਜਦੋਂ ਗੁਰੂ ਸਾਹਿਬ ਆਉਂਦੇ ਨੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕੀਤਾ ਜਾਂਦਾ ਹੈ ਬਿਲਕੁਲ ਚੰਦੂ ਦਾ ਕੀ ਹਸ਼ਰ ਹੁੰਦਾ ਉਹ ਸਾਡੇ ਜਿਹੜੇ ਪ੍ਰਾਤਨ ਇਤਿਹਾਸਿਕ ਅਕਾਊਂਟ ਨੇ ਅਕਾਊਂਟ ਨੇ ਉਹ ਦੱਸਦੇ ਨੇ ਕਿ ਭਾਈ ਭਾਈ ਬਿਲੀਚੰਦ ਜਿਹੜੇ ਬਾਅਦ ਦੇ ਵਿੱਚ ਵੱਡੇ ਜਰਨੈਲਾਂ ਚ ਹੋਏ ਛੇਵੇਂ ਪਾਤਸ਼ਾਹ ਦੇ ਔਰ ਉਹਨਾਂ ਦੀਆਂ ਜਦੋਂ ਅਸੀਂ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਕਿ ਕਿਵੇਂ ਉਹਨਾਂ ਨੇ ਉਹ ਦੋ ਘੋੜੇ ਵਾਪਸ ਲਿਆਂਦੇ ਔਰ ਕੱਲੇ ਇਹੀ ਨਹੀਂ ਉਹ ਹਰ ਜਿਹੜੀਆਂ ਚਾਰ ਜੰਗਾਂ ਨੇ ਛੇਵੇਂ ਪਾਤਸ਼ਾਹ ਦੀਆਂ ਉਹਦੇ ਚ ਪਰਮੁਖ ਜਰਨੇਲਾ ਜੋ ਸਨ ਸੋ ਭਾਈ ਬਿਧੀ ਚੰਦ ਨੇ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਈ ਹਾਂ ਔਰ ਨਾਲ ਫਿਰ ਉਹ ਸਿੱਖਾਂ ਦਾ ਜਥਾ ਤੁਰਿਆ ਕਿਉਂਕਿ ਉਹ ਵੱਡਾ ਵਜ਼ੀਰ ਸੀ ਔਰ ਉਹ ਲਾਹੌਰ ਦੇ ਵਿੱਚ ਹੁੰਦਾ ਹਿੰਦੂਗਾਂ ਦੇ ਵਿੱਚ ਸਵਾਈ ਖਤਰੀ ਚੰਦੂ ਇਸ ਕਦਰ ਹੰਕਾਰੀ ਜਨੇ ਕਦੇ ਇਹ ਕਹਿ ਸੀ ਜਦੋਂ ਉਸ ਨੇ ਜਿਹੜਾ ਉਹ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹਿਆ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ ਲੇਕਿਨ ਨਾਲ ਹੀ ਹੰਕਾਰੀ ਵੀ ਸੀ ਕਿਉਂਕਿ ਉਹਨੂੰ ਜਦੋਂ ਉਹਨਾਂ ਦੇ ਜੋ ਵੀ ਉਸ ਮਾਨੇ ਵਿੱਚ ਰਿਸ਼ਤਾ ਨਿਯਤ ਕਰਨ ਦਾ ਵੜਾ ਬੰਦਾ ਹੁੰਦਾ ਸੀ ਉਹਨੇ ਆ ਕੇ ਕਿਹਾ ਕਿ ਜੀ ਬੜਾ ਯੋਗ ਹੈ ਜਿਹੜਾ ਵਾਰ ਗੁਰੂ ਹਰਗੋਬਿੰਦ ਸਾਹਿਬ ਔਰ ਇੱਕ ਗੁਰੂ ਅਰਜਨ ਸਾਹਿਬ ਦੇ بیٹے ਔਰ ਤੇ ਉਹਨੇ ਪਹਿਲੇ ਹੀ ਹੰਕਾਰੀ ਇਹ ਵਾਕਿਆ ਸੀ ਕਿ ਤੂੰ ਜਿਹੜਾ ਉਹ ਚਵਾਰੇ ਦੀ ਇਟ ਮੂਰੀ ਨੂੰ ਲਾ ਦਤੀ ਹੈ ਹੁਣ ਇਹ ਸੰਗਤ ਨੇ ਤਾਂ ਕਿ ਗੱਲ ਪਹੁੰਚੀ ਸੰਗਤ ਨੇ ਸਨੇਹਾ ਭੇਜਿਆ ਗੁਰੂ ਸਾਹਿਬ ਨੂੰ ਲਾਹੌਰ ਦੀ ਸੰਗਤ ਨੇ ਉਮਾਰਾ ਜੀ ਸੰਕਾਰੀ ਦਾ ਸਾਖ ਨਹੀਂ ਲੈਣਾ ਇਹਨੇ ਇਹ ਲਫਜ਼ ਕਹਿਨੇ ਮੈਂ ਆਪਣੇ ਐਡਰੈਸ ਦੇ ਵਿੱਚ ਵੀ ਕੱਲ ਗੱਲ ਕੀਤੀ ਸੀ ਫਲਸ਼ਿੰਗ ਦੇ ਕਿ ਭਾਈ ਇਹ ਜਦੋਂ ਅਸੀਂ ਸੰਗਤ ਜਾਂ ਗੁਰਸੰਗਤ ਕੀਨੀ ਖਾਲਸਾ ਜਾਂ ਖਾਲਸੇ ਦੀ ਸੋਵਰਨਿਟੀ ਦੀ ਗੱਲ ਕਰਦੇ ਆਂ ਤਾਂ ਇਹ ਮੈਜ਼ ਪੰਜ ਪਿਆਰਿਆਂ ਦੀ ਸਾਜਨਾ ਜਾਂ 1699 ਚ ਸ਼ੁਰੂਆਤ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਜਦੋਂ ਅੱਜ ਵੀ ਅਸੀਂ ਸੰਗਤ ਦੀ ਗੱਲ ਕਰਦੇ ਆਂ ਜਾਂ ਸੰਗਤ ਦੀ رائے ਨੂੰ ਜਾਂ ਅੱਜ ਅਸੀਂ ਜਦੋਂ ਪੰਥ ਦੇ ਵਿੱਚ ਗੁਰਮਤੇ ਦੀ ਗੱਲ ਕਰਦੇ ਆਂ ਕੰਸੈਂਸਸ ਦੀ ਗੱਲ ਕਰਦੇ ਆਂ ਇਹਦੀਆਂ ਫਾਊਂਡੇਸ਼ਨਸ ਵੀ ਗੁਰੂ ਨਾਨਕ ਸਾਹਿਬ ਨੇ ਰੱਖੀਆਂ ਹੋਈਆਂ ਔਰ ਇਹ ਅਸੀਂ ਦੇਖਦੇ ਆਂ ਕਿ ਜੇ ਸੰਗਤ ਨੇ ਹੁਕਮ ਕੀਤਾ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਇਸ ਹੰਕਾਰੀ ਦਾ ਸਾਥ ਨਹੀਂ ਲੈਣਾ ਔਰ ਉਹੀ ਪਾਰਟ ਅਸੀਂ ਦੇਖਦੇ ਆਂ ਜਦੋਂ ਰਾਮ ਰਾਏ ਦਿੱਲੀ ਦੇ ਵਿੱਚ ਬਾਦਸ਼ਾਹ ਨੂੰ ਵੇਲੇ ਦੇ ਨੂੰ ਖੁਸ਼ ਕਰਨ ਦੇ ਲਈ ਉਹ ਗੁਰਬਾਣੀ ਦੀ ਤੱਕ ਮਿੱਟੀ ਬੇਈਮਾਨ ਕੀ ਕਰਦਾ ਉਹਨੇ ਕੋ ਨਵੀਂ ਬੀੜ ਤਾਂ ਨਹੀਂ ਸੀ ਲਿਖ ਦਿੱਤੀ ਉਹਨੇ ਵੇਲੇ ਦੇ ਹਾਕਮ ਨੂੰ ਖੁਸ਼ ਕਰਨ ਲਈ ਮਿਸ ਇੰਟਰਪ੍ਰੀਟ ਕੀਤਾ ਔਰ ਇਹ ਖਬਰ ਵੀ ਕਿ ਭਾਈ ਇਵੇਂ RAM RAJ ਨੇ ਕੀਤਾ ਦਿੱਲੀ ਦੀ ਸੰਗਤ ਨਹੀਂ ਗੁਰੂ ਹਰ Rai ਸਾਹਿਬ ਤੱਕ ਪਹੁੰਚਾਈ ਔਰ ਆਪਣੇ ਸਕੇ ਪੁੱਤਰ ਨੂੰ ਗੁਰੂ ਸਾਹਿਬ ਨੇ ਔਰ ਜਿਹੜਾ ਬਹੁਤ ਬਲੇਸਟ ਸੀ ਜਿਹਨੂੰ ਹੁਣ 11 ਸਾਲ ਦੀ ਉਮਰ ਦਾ ਹੈ ਜਿਹਨੂੰ ਨੁਮਾਇੰਦਗੀ ਕਰਨ ਲਈ ਭੇਜਿਆ ਔਰ ਜਿਹਨੇ ਇਸ ਕਿਸਮ ਦਾ ਪਹਿਲੇ ਦੌਰ ਦੇ ਵਿੱਚ ਉੱਥੇ ਆਪਣਾ ਜਲਵੇ ਦਿਖਾਏ ਉਹ ਕੋਈ ਛੋਟੀ ਗੱਲ ਨਹੀਂ ਸੀ ਪਰ ਇਹ ਹੈ ਸੰਗਤ ਦੀ ਗੱਲ ਨੂੰ ਗੁਰੂ ਉਹ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਮੇਰੇ ਮੱਥੇ ਨਹੀਂ ਲੱਗਣਾ ਤੂੰ ਗੁਰਬਾਣੀ ਨੂੰ ਮਿਸ ਇੰਟਰਪ੍ਰੀਟ ਕੀਤਾ ਹੈ ਖੁਸ਼ ਆਮਦ ਕਰਨ ਦੇ ਲਈ ਸੋ ਇਹ ਕਿਉਂਕਿ ਇਹ ਸਾਡਾ ਓਪਨ ਸੈਗਮੈਂਟ ਹੁੰਦਾ ਇਹਦੇ ਚ ਅਸੀਂ ਹਰ ਗੱਲ ਨੂੰ ਚਰਚਾ ਦੇ ਵਿੱਚ ਲੈ ਆਉਂਦੇ ਆ ਇੱਕ ਆਪਣੇ ਵੱਲੋਂ ਇੱਕ ਵਿਚਾਰਾਂ ਦੀ ਸਾਂਝ ਵੀ ਹੁੰਦੀ ਹੈ ਔਰ ਕੁਝ ਨੁਕਤੇ ਵੀ ਜਿਹੜੇ ਕਿ ਸਾਡੇ ਯੰਗਸਟਰਸ ਖਾਸ ਤੌਰ ਤੇ ਜਿਹੜੇ ਇਸ ਪ੍ਰੋਗਰਾਮ ਨੂੰ ਸ਼ੌਕ ਨਾਲ ਦੇਖਦੇ ਨੇ ਔਰ ਉਹਨਾਂ ਦੇ ਲਈ ਇਹ ਥਿੰਕਿੰਗ ਪੁਆਇੰਟਸ ਵੀ ਹੁੰਦੇ ਨੇ ਤਾਂ ਕਿ ਉਹ ਅੱਗੋਂ ਇਸ ਦੇ ਉੱਤੇ ਰਿਸਰਚ ਕਰਕੇ ਜਾਂ ਇਸ ਦੇ ਉੱਤੇ ਅੱਗੋਂ ਉਹਨਾਂ ਦੀ ਦਿਲਚਸਪੀ ਹੋਏ ਔਰ ਇਹਦੇ ਨਾਲ ਰਿਲੇਟਡ ਹੋਰ ਵੀ ਉਹ ਪੜਨ ਕਿ ਭਾਈ ਇਹ ਜਿਹੜੀ ਸੰਗਤ ਦੀ ਗੱਲ ਹੈ ਔਰ ਇਹ ਗੱਲ ਕੱਲੀ ਇਹ ਨਹੀਂ ਹੈ ਜਦੋਂ ਈਵਨ ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕਿ ਭਾਈ ਕੌਣ ਸ਼ਕਤ ਤੁਦ ਇੱਥੇ ਲੈ ਆਈ ਕਿ ਤੁਸੀਂ ਇੰਨੇ ਪਹਾੜ ਤੇ ਚੜ੍ਹ ਕੇ ਤੇ ਉਹਨਾਂ ਨੇ ਗੁਰੂ ਦੀ ਅਕਾਲ ਪੁਰਖ ਦੀ ਬਾਣੀ ਦੀ ਗੱਲ ਤੇ ਗੁਰ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ ਕਿ ਦੋ ਹੀ ਚੀਜ਼ਾਂ ਦਾ ਸਹਾਰਾ ਗੁਰਬਾਣੀ ਹੈ ਔਰ ਸੰਗਤ ਹੈ ਔਰ ਜਦੋਂ ਅਸੀਂ ਗੁਰਬਾਣੀ ਨੂੰ ਅੱਜ ਪੀਰੀ ਦੇ ਰੂਪ ਚ ਦੇਖਦੇ ਆ ਗੁਰ ਸੰਗਤ ਕਿੰਨੀ ਖਾਲਸਾ ਗੁਰੂ ਖਾਲਸਾ ਪੰਥ ਮੀਰੀ ਦੇ ਰੂਪ ਚ ਆ ਔਰ ਗ੍ਰੰਥ ਪੰਥ ਦੇ ਇਸ ਕਨਸੈਪਟ ਨੂੰ ਰੋਹਾਨੀਅਤ ਦੀ ਦੁਨੀਆ ਦੀ ਬਾਦਸ਼ਾਹੀ ਔਰ ਬਾਦਸ਼ਾਹ ਦੇ ਕੀਚਨ ਨੇ ਜਦੋਂ ਅੱਜ ਵੀ ਅਸੀਂ ਅਰਦਾਸ ਵੇੜੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲੋਕ ਕੇ ਕਰ ਜੋੜ ਕੇ ਅਰਦਾਸ ਕਰਦੇ ਤੇ ਅਸੀਂ ਇਹ ਕਹਿੰਦੇ ਆ ਚਵਰ ਛਤਰ ਤਖਤ ਦੇ ਮਾਲਕ ਬਿਲਕੁਲ ਉਹ ਬਾਦਸ਼ਾਹ ਤਖਤ ਤੇ ਬੈਠਦਾ ਉਸ ਦੇ ਉੱਤੇ ਚਵਰ ਹੁੰਦਾ ਹੈ ਕੈਨੋਪੀ ਜਿਹੜਾ ਚਵਰ ਝੂਲਦਾ ਔਰ ਛਤਰ ਹੁੰਦਾ ਹੈ ਕੈਨੋਪੀ ਹੁੰਦੀ ਹੈ ਔਰ ਇਹ ਤੈਨੂੰ ਹੀ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ ਸੋ ਇਹ ਤੈਨੂੰ ਹੀ ਚਵਰ ਛਤਰ ਤਖਤ ਜਿਹੜੀ ਬਾਦਸ਼ਾਹਤ ਹੈ ਰੋਹਾਨੀ ਦੁਨੀਆ ਦੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਲਗੀਧਰ ਬਾਦਸ਼ਾਹ ਨੇ ਬਖਸ਼ੀ ਹੈ ਤੇ ਜਦੋਂ ਅਸੀਂ ਖਾਲਸਾ ਪੰਥ ਦੀ ਗੱਲ ਕਰਦੇ ਆ ਜਾਂ ਸੰਗਤ ਨੂੰ ਸੰਬੋਧਨ ਕਰਦੇ ਆ ਵੀ ਜਿਵੇਂ ਮੇਰੇ ਸ਼ੁਰੂਆਤੀ ਲਫ਼ਜ਼ ਹੁੰਦੇ ਨੇ ਹਮੇਸ਼ਾ ਹਰ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਜੇ ਬੈਠੇ ਸਤਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਇਹ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੇ ਔਰ ਉਹਨਾਂ ਦੀ ਗੋਚ ਗੁਰੂ ਖਾਲਸਾ ਬੈਠਾ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸਜਣ ਸੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ ਖਾਲਸਾ ਮੇਰੋ ਮੈਂ ਖਾਲਸੇ ਕਾ ਉਤਪੂਤ ਸਾਗਰ ਬੁੰਦੇਰੋ ਇਹ ਮਕਮਲ ਜਦੋਂ ਅਸੀਂ ਗ੍ਰੰਥ ਪੰਥ ਨੀਰੀ ਪੀਰੀ ਇਸ ਕਾਨਸੈਪਟ ਦੀ ਗੱਲ ਕਰਦੇ ਹਾਂ ਸੋ ਉਹ ਗੁਰੂ ਸੰਗਤ ਰੂਪ ਦੇ ਵਿੱਚ ਇਸ ਲਈ ਗੁਰੂ ਦੀ ਸੰਗਤ ਦੇ ਕੋਲ ਵੀ ਹੱਕ ਹੁੰਦਾ ਹੈ ਉਹ ਗੁਰਮਤਾ ਪੰਜ ਪਿਆਰਿਆਂ ਦੇ ਰੂਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉਹਨੂੰ ਹੁਕਮ ਲਾਉਂਦੇ ਨੇ ਔਰ ਉਸ ਦੇ ਉੱਤੇ ਜਿਹੜਾ ਫਿਰ ਪਹਿਰਾ ਦੇਣਾ ਬਣਦਾ ਸੋ ਇਸ ਸਾਰੇ ਨੂੰ ਰੋਸ ਚੰਦੂ ਨੂੰ ਫਿਰ ਕਿਵੇਂ ਹਰ ਹੱਟੀ ਹੱਟੀ ਦੇ ਉੱਤੇ ਜਿਹੜਾ ਉਹ ਕੋੜੀ ਕੋੜੀ ਟਕਾ ਟਕਾ ਪੈਸਾ ਪੈਸਾ ਮੰਗਣ ਦੇ ਉੱਤੇ ਮਜਬੂਰ ਕੀਤਾ ਜਾਂਦਾ ਹੈ ਮੂੰਹ ਦਾ ਕਾਲਾ ਕੀਤਾ ਹੋਇਆ ਹੈ 70 ਉਹਦੇ ਪੈਰ ਆਏ ਨੇ ਉਸ ਨੂੰ ਲਾਹੌਰ ਦੀਆਂ ਉਹ ਜਿਹੜਾ ਸੜਕਾਂ ਦੇ ਉੱਤੇ ਪੈਰੇਡ ਕਰਾਇਆ ਜਾ ਰਿਹਾ ਰ ਅਖੀਰ ਜਦੋਂ ਉਹਨੂੰ ਉਸ ਪੜਪੁੰਜੇ ਦੀ ਉਹ ਦੁਕਾਨ ਤੇ ਆਉਂਦਾ ਜਿਹਨੂੰ ਸੱਦ ਕੇ ਜੇ ਰੇਤਾ ਪਵਾਇਆ ਸੀ ਉਹਨੇ ਆਪਣੀ ਹਵੇਲੀ 'ਚ ਉਪਰ ਪੁੰਜਾ ਜਿਹੜਾ ਵਿਚਾਰੇ ਹੁਕਮਾਂ ਦੇ ਵੱਧੇ ਹੋਏ ਕੀ ਕਰਨ ਉਹਨੇ ਉਹੀ ਕਟਛਾ ਜਿਹਦੇ ਰਾਹੀਂ ਉਹਨੇ ਉਹਦੇ ਤੋਂ ਰੇਤ ਉਹਨੇ ਉਹਦੇ ਸਿਰ 'ਚ ਮਾਰਿਆ ਖਿੱਚ ਕੇ ਕਿ ਤੂੰ ਦੁਸ਼ਟਾ ਮੇਰੇ ਤੋਂ ਇਹ ਕਰਮ ਕਰਾਇਆ ਔਰ ਉਸ ਦਾ ਜਿਹੜਾ ਉਹਦੇ ਨਾਲ ਹੀ ਚੰਦੂ ਦੀ ਮੌਤ ਹੋਈ ਸੋ ਇਹ ਮੈਂ ਔਰ ਇਹਨੇ ਕਿੰਨੇ ਵਾਕਿਆ ਤੁਸੀਂ ਹਿਸਟਰੀ ਦੇ ਅਸੀਂ ਅੱਜ ਤੱਕ ਕਰੰਟ ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਦੀ ਇਹ ਹਿਸਟਰੀ ਸਾਡੀ ਇਹ ਰਿਮਾਈਂਡਰ ਹੈ ਕਿ ਵੀ ਅਸੀਂ ਮੈਜ਼ ਇਹ ਠੀਕ ਹੈ ਸ਼ਹਾਦਤ ਤੇਰਾ ਕੀ ਆ ਮੀਠਾ ਲੱਗਿਆ ਗੁਰੂ ਅਰਜਨ ਸਾਹਿਬ ਨੇ ਇਸ ਲਈ ਸ਼ਹੀਦਾਂ ਦੇ ਉਸਰਤਾਜ ਨੇ ਲੇਕਿਨ ਕੌਮ ਨੇ ਆਪਣਾ ਫਰਜ਼ ਪੂਰਾ ਕੀਤਾ ਇਹ ਨਹੀਂ ਹੈ ਸੋ ਇਵੇਂ ਹੀ ਜੇ ਅੱਜ ਦੇ ਕੰਟੈਕਸਟ ਚ ਅਸੀਂ ਮੈਂ ਜੋ ਸਾਡੇ ਨਾਲ ਇਹ ਨਾ ਚਾਰ ਦਹਾਈਆਂ ਚ ਹੋਇਆ ਇਸ ਨੂੰ ਇੱਕ ਇਵੇਂ ਹੀ ਕਨਰਸ ਵਾਂਗ ਜਾਂ ਅੱਖਾਂ ਚੋਂ ਅਥਰੂ geke ਲਏ ਔਰ ਉਸ ਤੋਂ ਵੀ ਨਹੀਂ ਇਸ ਦਾ ਜਸਟਿਸ ਉਹੀ ਹੈ ਜੋ ਸੰਤ ਪੰਡਰਾਂ ਵਾਲਿਆਂ ਦੇ ਅਲਫਾਜ਼ ਸੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ حق ਲੈਣਾ ਸੋ ਜਦੋਂ ਅਸੀਂ ਜਸਦਾਰ ਕੌਂਕੇ ਕੌਮੀ ਸ਼ਹੀਦ ਉਹਨਾਂ ਦਾ ਜ਼ਿਕਰ ਕਰਦੇ ਆਂ ਜਾਂ 1.5 ਲੱਖ ਤੋਂ ਜ਼ਿਆਦਾ ਔਰ ਹੁਣ ਵੀ ਹੁਣ ਕਿਹੜੀ ਕੋਈ ਆ ਪੰਜਾਬ ਦਾ ਅੱਜ ਦਾ ਮਾਹੌਲ ਦੇਖੋ ਔਰ ਕੱਲ ਇੱਕ ਜਿਹੜਾ ਉਹ ਗੈਂਗਸਟਰ ਕਹੇ ਕਿ ਹੋਰ ਇੱਕ ਸਜਣ ਨੂੰ ਮਾਰਿਆ ਹੋਇਆ ਹਾਰਪੁਰ ਜ਼ਿਲ੍ਹੇ ਚ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਕੋਈ ਜ਼ਿਆਦਤੀ ਕੀਤੀ ਹੋएगी ਕੋਈ ਪੁਲਸੀਆ ਮਾਰਿਆ ਗਿਆ ਸੋ ਹੁਣ ਤੁਹਾਨੂੰ ਇਹ ਹਰ ਚੌਥੇ 6ਵੇਂ ਦਿਨ ਖਬਰ ਮਿਲ ਰਹੀ ਹੈ ਜਿਹੜੀ ਮੀਡੀਆ ਜਮ ਹੁੰਦੀ ਹੈ ਕਿ ਜੀ ਇਹ ਕਿਵੇਂ ਹੋ ਗਿਆ ਕਿ ਵੀ ਉਦੋਂ ਤਾਂ ਪੁਲਸੀਆ ਮਰ ਗਿਆ ਔਰ ਇੱਕ ਦਿਨ ਚੋ ਜਿਹੜਾ ਉਹਨੂੰ ਮਾਰਤਾ ਗ੍ਰਫਤਾਰ ਕਿਉਂ ਨਹੀਂ ਕੀਤਾ ਫੜਕੇ ਮਾਰਿਆ ਹੋਇਆ ਰਿਵੈਂਜ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਜੋ ਏਜੰਸੀਆਂ ਨੇ ਸੈਂਟਰ ਦੀਆਂ ਉਹਨਾਂ ਨੇ ਉਸ ਲਾਈਨ ਦੇ ਉੱਤੇ ਖੜਾ ਕਰ ਦਿੱਤਾ ਔਰ ਇਹ ਸਾਰੇ ਦੇ ਚੱਲਦੇ ਆ ਸਾਡੇ ਲਈ ਜਿਹੜਾ ਈਵਨ ਜਿਹੜੀ ਹਿਸਟਰੀ ਦੇ ਸਾਡੇ ਗਲੋਰੀਅਸ ਡੇਜ਼ ਨੇ ਜਿਵੇਂ ਜਦੋਂ ਅਸੀਂ 14 ਮਾਰਚ ਤੋਂ ਲੈ ਕੇ ਸ਼ੁਰੂ ਕਰ ਲੈਨੇ ਆ ਗੱਲ ਦਿੱਲੀ ਫਤਿਹ ਦਿਵਸ ਹਾਲਾਂਡੇ ਵੇਰੀ ਕਰਦੇ ਨੇ ਮੂਲ ਲੰਕਸ਼ਾਈ ਕੈਲੰਡਰ ਚ ਡੇਟ ਹੋਰ ਹੈ ਜਦੋਂ ਸੀ অর ਅਬਾਊਟ 6 ਜਾਂ ਦੂਜੇ ਵੈਬਸਾਈਟਸ ਦੇਖਦੇ ਹਾਂ ਉਹਨਾਂ ਤੇ ਹੋਰ ਹੈ ਲੇਕਿਨ ਇਹ ਮੈਟਰ ਨਹੀਂ ਕਰਦਾ ਬਹੁਤ ਹੈ ਗੱਲ ਤਾਂ ਉਸ ਦਿਨ ਨੂੰ ਯਾਦ ਕਰਨਾ ਹੈ ਕਿ ਭਾਈ ਅੱਜ ਜਿਹੜੀ ਦਿੱਲੀ ਨੇ ਸਾਡੇ ਗੁਲਾਮੀ ਦੀਆਂ ਬੀੜੀਆਂ ਔਰ ਸੰਗੜਾ ਸਾਨੂੰ ਜਕੜਿਆ ਹੋਇਆ ਹੈ ਅੱਜ ਉਸ ਦਿੱਲੀ ਤੱਕ ਪਹੁੰਚਣ ਲਈ ਸ਼ੰਭੂ ਮੋਰਚੇ ਦੇ ਉੱਤੇ ਜੋ ਕੁਝ ਕੀਤਾ ਗਿਆ ਔਰ ਜਿਵੇਂ ਜਿਹੜਾ ਉਹ ਲਾਈਵ ਅਮਿਨੀਸ਼ਨ ਬੁਲੇਟਸ ਔਰ ਡਰੋਨਸ ਰਾਈਂ ਟਿਅਰ ਗੈਸ ਸ਼ੈਲ ਜਿਹੜੇ ਨੇ ਉਹ ਵਰਸਾਏ ਗਏ ਔਰ ਕਿਵੇਂ ਸਾਨੂੰ بار-बार ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਭਾਈ ਅਸੀਂ ਗੁਲਾਮ ਹੈ ਇਹ ਦਿੱਲੀ ਸਾਡੇ ਦਿਲਾਂ ਚ ਜਿਹੜੀ ਹੈ ਉਹ ਚਾਰ ਸਦੀਆਂ ਤੋਂ ਹੀ ਰੜਕਦੀ ਹੈ ਹਾਲਾਂ ਮੈਂ ਆਪਣੀ ਪ੍ਰੈਜੈਂਟੇਸ਼ਨ ਕਿਉਂਕਿ ਇਸ ਸੰਬੰਧੀ ਸਟ ਕੋਸਟ ਸਿਕ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਾਕੀ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ పార్ਕਿੰਸਨਸ ਬੁਲੇਵਾਰਡ ਦੇ ਉੱਤੇ ਹੈ ਉੱਥੇ ਦੀਵਾਨ ਸੀ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਮ ਵੈਸੇ ਤਾਂ ਜੇ ਬਹੁਤ ਸਿੱਖ ਸੰਗਤ ਇਕੱਠੀ ਕਰਨੀ ਹੋਏ ਫਿਰ ਤਾਂ ਤੁਸੀਂ ਜਲੇਬੀਆਂ ਜਾਂ ਪਕੌੜੇ ਜਾਂ ਕੋਈ ਹੋਰ ਉਹਦਾ ਪ੍ਰਬੰਧ ਕਰਦੇ ਹੋ ਬਾਹਰ ਉਹ ਤਾਂ আজকাল ਪਾਰਕਾਂ 'ਚ ਵੀ ਇਕੱਠੇ ਹੁੰਦੇ ਨੇ ਲੇਕਿਨ ਇਹ ਦਿਨਾਂ ਦੇ ਮੌਕੇ ਜਦੋਂ ਸਾਰੀਆਂ ਜਿਹੜੇ ਡਿਸੀਜਨ ਮੇਕਰ ਲਾਈਨ ਦੇ ਲੋਕ ਨੇ ਉਹ ਆ ਕੇ ਪਾਰਟਿਸਿਪੇਟ ਕਰਦੇ ਨੇ ਕੋਈ ਨਿਊ ਜਰਸੀ ਤੋਂ ਆਇਆ ਹੈ ਬਾਬਾ ਪ੍ਰੇਮ ਸਿੰਘ ਸੁਸਾਇਟੀ ਹੈ ਬਾਬਾ ਮੱਖਣ ਸ਼ਾਹ ਸੁਸਾਇਟੀ ਹੈ ਰਿਚਮੰਡ ਦੇ ਨੇ 6 ਫਾਰ ਜਸਟਿਸ ਹੈ 6 ਯੂਥ ਆਫ ਅਮਰੀਕਾ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਸੋ ਇੱਕ ਨੁਮਾਇੰਦਾ ਇਕੱਠ ਹੋ ਜਾਂਦੇ ਨੇ ਔਰ ਲੰਘ ਪਗ 2-3 ਘੰਟੇ ਚੱਲੇ ਦੀਵਾਨ ਚ ਹਰ ਇੱਕ ਦੀ ਜਿਹੜੀ ਸੀ ਉਹ ਪ੍ਰੈਜੈਂਟੇਸ਼ਨ ਬੜੀ ਟੱਚਿੰਗ ਵੀ ਸੀ ਅੱਜ ਦੇ ਕੰਟੈਕਸਟ ਨੂੰ ਵੀ ਬਿਆਨ ਦੇ ਸੀ ਔਰ ਸਾਡੀ ਟੈਕਨੀਕਲ ਟੀਮ ਨੇ ਇਸ ਨੂੰ ਰਿਕਾਰਡ ਕੀਤਾ ਔਰ ਅਸੀਂ ਆਉਣ ਵਾਲੇ ਦਿਨਾਂ ਚ ਇਸ ਨੂੰ ਟੈਲੀਕਾਸਟ ਵੀ ਕਰਾਂਗੇ ਪਰ ਰਿਮਾਈਂਡਰ ਦੇ ਤੌਰ ਦੇ ਉੱਤੇ ਜਿਹੜੇ ਸੇਲੈਂਟ ਪੁਆਇੰਟ ਹੁੰਦੇ ਨੇ ਕਿ ਭਾਈ ਜੋ ਕੁਛ ਉਦੋਂ ਹੁੰਦਾ ਸੀ ਉਦੋਂ ਵੀ ਜਿਹੜਾ ਰਿਜ਼ੋਲਵ ਸੀ ਕੌਮ ਦਾ ਉਹੀ ਸੀ ਕਿ ਭਾਈ ਅਸੀਂ ਦਿੱਲੀ ਜਿਸ ਤੋਂ ਜ਼ੁਲਮਾਂ ਦੇ ਹੁਕਮਨਾਮੇ ਨਿਕਲਦੇ ਨੇ ਫਰਮਾਨ ਬਾਦਸ਼ਾਹੀ ਜਿੱਥੇ ਸਿੱਖ ਕੌਮ ਦੇ ਸਰਬਨਾਸ਼ ਦਾ ਜਿਹੜਾ ਉਹਨਾਂ ਨੇ ਏਜੰਡਾ ਉਹ ਲਾਗੂ ਕੀਤਾ ਹੋਇਆ ਅਸੀਂ ਮੁਗਲਿਆ ਸਾਮਰਾਜ ਦੀ ਜੜ ਪੁੱਟਣੀ ਹੈ ਔਰ ਇਤਿਹਾਸ ਗਵਾਹ ਹੈ ਕਿ ਇੱਕ ਸਦੀ ਖਾਲਸੇ ਨੇ ਕੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ ਸਾਡੀਆਂ ਮਾਤਾਵਾਂ ਭੈਣਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਚ ਪਵਾਏ ਪਰ ਇਹ ਰਿਜ਼ੋਲਵ ਨਹੀਂ ਛੱਡਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾ ਅਗਲੋ ਪਾਵਾਂ ਜਾਂ ਹਮ ਪਾਤਸ਼ਾਹੀ ਸਤਗੁਰ ਦੇ ਹੰਨੇ ਹੰਨੇ ਲਾਏ ਜਾਂ ਜਾਂ ਬਹਿ ਜ਼ਮੀਨ ਮਾਲ ਤਹ ਤਹ ਤਖਤ ਬਣਾਏ ਕਿ ਅਸੀਂ ਤਾਂ ਜਿਹੜੀ ਪਾਤਸ਼ਾਹਤ ਹੈ ਘੋੜੇ ਦੀ ਕਾਠੀ ਨਾਲ ਬੰਨੀ ਹੋਈ ਆ ਹੰਨੇ ਨਾਲ ਬੰਨੀ ਹੋਈ ਮਤਲਬ ਇਹ ਆ ਵੀ ਅਸੀਂ ਨਿਕਲਿਆ ਕਮਰ ਕਸਾ ਕੀਤਾ ਹੋਇਆ ਘਰੋਂ ਨਿਕਲੇ ਜਾਂ ਪਾਤਸ਼ਾਹੀ ਜਾਂ ਸ਼ਹੀਦੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਜਿਹੜੀ ਅਮਰੀਕਨ ਫਰੀडम ਸਟਰਗਲ ਦਾ ਵਰਜੀਨੀਆ ਦੇ ਵਿੱਚ ਜਿਸ ਨੂੰ ਬਹੁਤ ਵੱਡੀ ਸਟੇਟਮੈਂਟ ਮੰਨਿਆ ਜਾਂਦਾ ਹੈ ਕਿ ਭਾਈ ਕਿਵੇਂ ਇਸ ਇੱਕ ਜਿਹੜਾ ਉਹ ਗੇਮ ਚेंजर ਸਟੇਟਮੈਂਟ ਸੀ ਜਦੋਂ ਉਸ ਰਿਚਮੰਡ ਦੀ ਅਸੈਂਬਲੀ ਦੇ ਵਿੱਚ ਖਲੋ ਕੇ ਇਹ ਕਿਹਾ ਗਿਆ ਸੀ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਜੀ ਸੋ ਅੱਜ ਵੀ ਬੇਸ਼ੱਕ ਅਸੀਂ ਸਾਡਾ ਮੁੱਖ ਵਿਸ਼ਾ ਡਿਬਰੂਗਾਰਡ ਜੇਲ ਦੇ ਵਿੱਚ ਜਿਹੜੇ ਦਸ ਸਿੰਘ ਨੇ ਭਾਈ ਅਮਰਪਾਲ ਸਿੰਘ ਔਰ ਉਹਨਾਂ ਦੇ ਨੌ ਹੋਰ ਸਾਥੀ ਤਿੰਨ ਹਫ਼ਤੇ ਤੋਂ ਲਗਭਗ ਹੋ ਗਏ ਨੇ ਉਹਨਾਂ ਨੇ ਭੁੱਖ ਹੜਤਾਲ ਰੰਭੀ ਹੋਈ ਹੈ ਕਿਵੇਂ ਉਹਨਾਂ ਦੇ ਉੱਤੇ ਝੂਠਾ ਕੇਸ ਤਾਂ ਪਹਿਲਾਂ ਹੀ ਪਾਏ ਹੋਏ ਨੇ ਐਨਐਸਏ ਦੇ ਥੱਲੇ ਔਰ ਐਨਐਸਏ ਸਾਲ ਆਲਮੋਸਟ ਹੋਣ ਵਾਲਾ ਲੇਕਿਨ ਕਿਵੇਂ ਉਹਨਾਂ ਦੀ ਪ੍ਰਾਈਵੇਸੀ ਨੂੰ ਵਾਇਓਲੇਟ ਕੀਤਾ ਗਿਆ ਕਿਸ ਅੰਦਾਜ਼ ਦੇ ਵਿੱਚ ਕੈਮਰੇ ਔਰ ਦੂਜੇ ਰੱਖ ਕੇ ਸਪਾਈ ਕੈਮਰੇ ਤੇ ਦੂਜੇ ਉਹਨਾਂ ਦੇ ਖਾਤੇ ਚ ਪਾਏ ਗਏ ਹਾਲਾਂ ਉਹ ਉਹਨਾਂ ਦੀ ਪ੍ਰਾਈਵੇਸੀ ਨੂੰ ਵਾਇਓਲੇਟ ਕਰ ਰਹੇ ਸੀ ਜਦੋਂ ਉਹਨਾਂ ਨੇ ਰਿਪੋਰਟ ਕੀਤਾ ਤੇ ਉਹਨਾਂ ਦੇ ਉੱਤੇ ਹੀ ਔਰ ਉਹਦੇ ਚ ਇਹਨੂੰ ਈਵਨ ਆਪਣੇ ਇਸ ਚਾਰਜ ਨੂੰ ਜਸਟੀਫਾਈ ਕਰਨ ਲਈ ਉਹਨਾਂ ਨੇ ਸੁਪਰਡੈਂਟ ਜੇਲ ਜਿਹੜਾ ਆ ਸਾਮ ਡਿਬਰੂਗੜ ਦਾ ਉਸ ਦੇ ਉੱਤੇ ਵੀ ਯੂਆਪਾ ਲਾਤਾ ਕਿ ਭਾਈ ਇਹ ਜਿਹੜਾ ਇਹ ਰਲਿਆ ਹੋਇਆ ਸੀ ਔਰ ਇਵੇਂ ਸੀ ਔਰ ਜ਼ਾਰੇ ਵੀ ਸੰਗਤਾਂ ਸਾਰੀ ਪਰਟਰਬਡ ਹੁੰਦੀ ਹੈ ਪਰ ਪਰਿਵਾਰ ਵਾਲਿਆਂ ਦੇ ਲਈ ਕਿਸੇ ਦਾ ਪੁੱਤਰ ਕਿਸੇ ਦਾ ਪਤੀ ਕਿਸੇ ਦਾ ਭਰਾ ਸੋ ਪਰਿਵਾਰ ਵਾਲਿਆਂ ਨੇ ਜਿਹਨਾਂ ਚ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਫੈਮਲੀ ਨੇ ਲੀਡ ਲਈ ਦੂਸਰੇ ਵੀ ਪਰਿਵਾਰ ਆਏ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧਿਆ ਪਹਿਲਾਂ ਸਾਰੇ ਤਖਤ ਸਹਿਬਾਨ ਤੇ ਜਾ ਕੇ ਅਰਦਾਸ ਕੀਤੀ ਫਿਰ ਹੈਰੀਟੇਜ ਸੈਂਟਰ ਜਿਹੜਾ ਉਹਨਾਂ ਨੇ ਆਪਣਾ ਮੋਰਚਾ ਲਾਇਆ ਰਲਸੀ ਵਿੱਚ ਪਿਛਲੇ ਦੋ ਤਿੰਨ ਪ੍ਰੋਗਰਾਮ ਪਿਛਲੇ ਹਫਤੇ ਚ ਜਿਹੜੇ ਕੌਮ ਨੂੰ ਵੰਗਾਰ ਵਾਂਗ ਸਨ ਕਿਉਂਕਿ 17 ਮਾਰਚ ਦੀ ਤਰੀਕ ਉਹਨਾਂ ਨੇ ਦਿੱਤੀ ਸੀ ਕਿ ਵੀ ਸੰਗਤ ਵੱਡਾ ਇਕੱਠ ਕਰੇ ਔਰ ਸਰਕਾਰ ਏਜੰਸੀਆਂ ਨੇ ਵੀ ਕੰਨ ਖੜੇ ਕੀਤੇ ਹੋਏ ਸੀ ਅ ਪਰ ਅਸੀਂ ਮੁਬਾਰਕਬਾਦ ਵੀ ਦਿੰਦੇ ਆ ਆਪਣੀਆਂ ਸਿੱਖ ਸੰਤਾਂ ਨੂੰ ਪੰਜਾਬ ਵਾਸੀਆਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਤਾਂ ਨੇ ਔਰ ਦਰਸ਼ਕ ਦੇਖ ਵੀ ਸਕਦੇ ਨੇ ਟੀਵੀ 84 ਨੇ ਵੀ ਉਹਨੂੰ ਲਾਈਵ ਕਵਰ ਕੀਤਾ ਉੱਥੋਂ ਜੀ ਲੇਕਨ ਫਿਰ ਵੀ ਜਿਹੜੀਆਂ ਸਾਡੀ ਇੱਕ ਆਡੀਅנס ਹੈ ਜਾਂ ਵਿਊਰਸ਼ਿਪ ਹੈ ਜਿਹੜੀ ਟੀਵੀ ਵਾਲੀ ਹੈ ਉਹ ਕੋਈ ਰੈਗੂਲਰਲੀ ਜ਼ਰੂਰੀ ਨਹੀਂ ਵੀ ਵੀਕਐਂਡ ਪ੍ਰੋਗਰਾਮ ਉਹਨਾਂ ਨੇ ਦੇਖੇ ਹੋਣ ਹਮ ਸੋ ਇਹਦੇ ਵਿੱਚ ਕੋਈ ਦੋਸ਼ ਸ਼ੱਕ ਨਹੀਂ ਕਿ ਸਰਕਾਰ ਨੇ ਥਾਂ-ਥਾਂ ਨਾਕੇ ਲਾਏ ਹੋਏ ਸੀ ਜਿੰਨੇ ਵੱਡੇ ਲੀਡਰ ਨੇ ਜਿਨ੍ਹਾਂ ਦੀ ਪਾਰਟੀ ਸਰਦਾਰ ਸਮਨਜੀਤ ਸਿੰਘ ਮਾਨ ਹੋਰਾਂ ਨੂੰ ਘਰ ਚ ਨਜ਼ਰਬੰਦ ਕਰ ਦਿੱਤਾ ਸੀ ਦੀਪ ਸਿੱਧੂ ਦੇ ਭਰਾ ਨੂੰ ਭਾਈ ਦਲਜੀਤ ਸਿੰਘ ਜਿਹੜੇ ਪ੍ਰਮੋਖਾਗੂ ਖਾੜਕੂ ਲਹਿਰ ਦੇ ਰਹੇ ਨੇ ਉਹਨਾਂ ਨੂੰ ਘਰ ਦੇ ਵਿੱਚ ਔਰ ਬਹੁਤ ਸਾਰੀਆਂ ਥਾਵਾਂ ਤੇ ਛਾਪੇ ਮਾਰ ਕੇ ਔਰ ਮੈਂ ਦਾਅਦਨ ਹੈ ਕਿ ਭਾਈ ਜਨਾ ਨੇ ਇੰਦਰਾ ਉਦੋਂ ਨਿਕਲ ਨਿਕਲ ਕੇ ਜਿਹੜੇ ਲੀਡਰ ਵੀ ਪਹੁੰਚ ਗਏ ਔਰ ਸਟੇਜ ਦੀ ਕਾਰਵਾਈ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਰਾਂ ਨੇ ਚਲਾਈ ਉਹਨਾਂ ਦੇ ਘਰ 'ਚ ਵੀ ਛਾਪਾ ਮਾਰਿਆ ਇਸ ਲਈ ਕਿ ਉਹ ਪਹਿਲਾਂ ਉੱਥੋਂ ਕਰੋ ਨਿਕਲ ਚੁੱਕੇ ਸੀ ਸੋ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਇੰਨੀਆਂ ਰੋਕਾਂ ਔਰ ਪੂਰੀ ਹਰਾਸਮੈਂਟ ਦੇ ਬਾਵਜੂਦ ਔਰ ਉਸ ਦੇ ਵਿੱਚ ਇਹ ਤਾਂ ਨਹੀਂ ਹੈ ਕਿ ਐਸ்சிਪੀਸੀ ਜਾਂ ਅਕਾਲੀ ਦਲ ਬਾਦਲ ਦਾ ਕੋਈ ਦੂਸਰਿਆਂ ਤੋਂ ਜਿਵੇਂ ਮੈਂ ਕਾਹ ਵੀ ਪ੍ਰਮੁੱਖ ਹੋਣਾਂ ਨੇ ਚਿਹਰੇ ਆਣ ਹੀ ਨਹੀਂ ਦਿੱਤੇ ਇਹਨਾਂ ਨੂੰ ਤਾਂ ਨਹੀਂ ਸੀ ਕਿਸੇ ਨੇ ਚੱਕਣਾ ਪਰ ਇਹਨਾਂ ਦਾ ਕੋ ਪ੍ਰਮੁੱਖ ਚਿਹਰਾ ਤਾਂ ਨਹੀਂ ਆਇਆ ਹਾਲਾਂਕਿ ਕਿਉਂਕਿ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੋਈ ਹੈ ਪਿਛਲੇ ਇਸ ਇਕੱਠਾ ਚ ਉਹਨਾਂ ਦੇ ਵਿੱਚ ਆਲਮੋਸਟ ਤਿੰਨ ਮੈਂਬਰ ਜਿਹੜੇ ਨੇ ਉਹ ਜਿਵੇਂ ਸ਼ਿਆਲਕਾ ਐਡਵੋਕੇਟ ਹੈ ਜਾਂ ਰਣਜਿੰਦਰ ਸਿੰਘ ਮੈਥ ਹੈ ਮੈਥ ਨੂੰ ਨਹੀਂ ਆਣ ਦਿੱਤਾ ਗਿਆ ਅੱਛਾ ਔਰ ਇੱਕ ਹੋਰ ਸੱਜਣ ਨੇ ਲੇਕਿਨ ਦੋ ਅਜਮੇਰ ਸਿੰਘ ਔਰ ਡਾਕਟਰ ਉਦੋਕੇ ਆ ਇਹ ਦੂਸਰੀ ਇੰਟੈਲੈਕਚੁਅਲ ਗਰੁੱਪ ਚੋਂ ਨੇ ਸੋ ਇਸ ਦੇ ਬਾਵਜੂਦ ਕਿ ਇਹਨਾਂ ਦਾ ਕੋਈ ਧਾਮੀ ਜਾਂ ਕੋਈ ਹੋਰ ਅਕਾਲੀ ਦਲ ਦਾ ਜਾਂ ਦੂਜਾ ਨਹੀਂ ਆਇਆ ਲੇਕਿਨ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਨਾਂ ਦੇ ਐਡੀਸ਼ਨਲ ਹੈੱਡ ਗ੍ਰੰਤੀ ਨੇ ਗਿਆਨੀ ਮਲਕੀਤ ਸਿੰਘ ਉਹਨਾਂ ਦੀ ਪ੍ਰੈਜ਼ੈਂਸ ਸੀ ਔਰ ਉਹਨਾਂ ਨੇ ਸਰਉਪਾਉ ਵੀ ਪਰਿਵਾਰਾਂ ਨੂੰ ਦਿੱਤੇ ਖੁਦ ਉਹਨਾਂ ਨੇ ਸਰਉਪਾਉ ਲੈਣ ਤੋਂ ਨਾ ਕੀਤੀ ਇਹ ਕਹਿ ਕੇ ਕਿ ਜਦੋਂ ਤੱਕ ਸਿੰਘ ਬਾਰ ਨਹੀਂ ਆ ਜਾਂਦੇ ਜੇਲਾਂ ਚੋਂ ਹੂੰ ਸਰਪਾਉ ਨਹੀਂ ਲੈਣਾ ਚਲੋ ਇਹ ਕਈ ਵਾਰੀ ਜੈਸਚਰ ਹੁੰਦੇ ਨੇ ਲੇਕਿਨ ਜਿਹੜਾ ਸੰਗਤ ਦੇ ਵਿੱਚ ਰੌਸੀ ਔਰ ਇੱਕ ਮਜ਼ਬੂਤ ਇਰਾਦੇ ਜਦੋਂ ਤੁਸੀਂ ਡਿਫਾਇੰਸ ਦੇ ਨਾਲ ਜਾਂਦੇ ਹੋ ਮਤਲਬ ਤਾਂ ਹੁੰਦਾ ਵੀ ਅਰੈਸਟ ਹੋ ਜਾਏ ਕੋਈ ਹੋਰ ਹੋ ਜਾਏ ਸੋ ਇਹ ਸਾਰੇ ਚੋਂ ਜਿਹੜੇ 8 ਮਤੇ ਵੀ ਕੀਤੇ ਕੋਈ ਮਤਿਆਂ ਦੇ ਵਿੱਚ ਬਹੁਤਾ ਕੁਛ ਤਾਂ ਨਹੀਂ ਹੋ ਸਕਦਾ ਜਦੋਂ ਤੁਸੀਂ ਆਲਰੇਡੀ ਐਸੀ ਗਰਾਉਂਡ ਤੇ ਖੜੇ ਹੋ ਉਹਨਾਂ ਦੇ ਵਿੱਚ ਅਨੇ ਸੈਨੂ ਲਾਣ ਨੂੰ ਕੰਡੈਮਨ ਕੀਤਾ ਸੀ ਔਰ ਜਿਹੜੀ ਰਿਹਾਈ ਹੈ ਉਸ ਦੀ ਮੰਗ ਪੰਜਾਬ ਦੀਆਂ ਜੇਲਾਂ ਚ ਲਿਆਓ ਔਰ ਇਹ ਸਾਰੇ ਦੀ ਜਿਹੜੀ ਇਹ ਸਰਕਾਰ ਦੀ ਨਖੇਦੀ ਗ੍ਰਿਫਤਾਰੀਆਂ ਦੀ ਔਰ ਨਾਲ ਦੀ ਨਾਲ ਪੰਜ ਮੈਂਬਰੀ ਕਮੇਟੀ ਨੂੰ ਇਹ ਕਿਹਾ ਵੀ ਵੱਧ ਚੜ ਕੇ ਤੁਸੀਂ ਕੰਮ ਕਰੋ ਔਰ ਇਹ ਕਿਹਾ ਗਿਆ ਕਿ ਅਪ੍ਰੈਲ ਮਹੀਨੇ ਚ ਫਤੇਗੜ ਸਾਹਿਬ ਦਮਦਮਾ ਸਾਹਿਬ ਕੇਸਗੜ ਸਾਹਿਬ ਤੋਂ ਰੋਸ ਮਾਰਚ ਕੱਢੇ ਜਾਣ ਔਰ ਸ਼ਰਮਣੀ ਕਮੇਟੀ ਇਨਾ ਦਾ ਪ੍ਰਬੰਧ ਕਰਨ ਜੀ ਔਰ ਇੱਕ ਜਿਹੜਾ ਸੀ ਅਸਲ ਚ ਡਿਸਾਈਸਿਵ ਮਤਾ ਕਿ ਸੰਗਤ ਦੇ ਵੱਲੋਂ ਹੀ ਆਇਆ ਕਿ ਜਥੇਦਾਰ ਅਕਾਲ ਤਖਤ ਜਿਹੜੇ ਨੇ ਉਹ ਮਾਤਾ ਜੀ ਔਰ ਬਾਕੀ ਸੰਗਾਂ ਦੀ ਪੋਖੜ ਤਾਲ ਖਤਮ ਕਰਵਾਉਣ ਕਿਉਂਕਿ ਉਹਨਾਂ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਸੀ ਆਲਮੋਸਟ 21 ਦਿਨ ਹੋ ਗਏ ਸੀ ਜੀ ਔਰ ਲੇਟੈਸਟ ਆਣ ਤੋਂ ਪਹਿਲਾਂ ਮੈਂ ਦੇਖਿਆ ਕਿ ਆਲਰੇਡੀ ਮਾਤਾ ਜੀ ਨੂੰ ਔਰ ਦੂਸਰੇ ਸਿੰਘ ਅਕਾਲ ਤਖਤ ਤੇ ਗਏ ਔਰ ਅਰਦਾਸਾ ਸੋਧ ਕੇ ਜਿਹੜਾ ਜਿਹੜੇ ਸੰਗਤ ਦੇ ਵਿੱਚ ਬੈਠੇ ਔਰ ਕੜਾ ਪ੍ਰਸ਼ਾਦ ਦੀ ਦੇਖ ਦੇ ਨਾਲ ਜਿਹੜਾ ਉਹਨਾਂ ਦਾ ਇਸ ਦਾ ਉਹਨਾਂ ਨੇ ਐਲਾਨ ਵੀ ਉਹਨਾਂ ਦੇ ਪਿਤਾ ਜੀ ਨੇ ਵੀ ਕੀਤਾ ਭਾਈ ਅਮਰਪਾਲ ਸਿੰਘ ਉਹਨਾਂ ਨੇ ਕਿ ਭਾਈ ਅਸੀਂ ਅਕਾਲ ਤਖਤ ਨੂੰ ਸਮਰਪਿਤ ਹੈ ਔਰ ਅਸੀਂ ਇਸ ਭੁਖੜਤਾਲ ਨੂੰ ਖਤਮ ਕਰ ਰਹੇ ਹਾਂ ਅਸੀਂ ਪੰਥ ਦੇ ਅੱਗੇ ਜੋ ਵੀ ਫੈਸਲਾ ਪੰਥ ਕਰੇਗਾ ਔਰ ਐਸਾ ਵੀ ਹੈ ਵੀ ਸ਼ਾਇਦ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਭੇਜੇ ਜਾਣ ਡਿਬਰੂਗੜ੍ਹ ਅਸਾਮ ਵੀ ਉਹਨਾਂ ਦਾ ਵੀ ਹਾਲਤ ਜਿਹਨਾਂ ਦੀ ਨਾਜ਼ਕ ਹੁੰਦੀ ਜਾ ਰਹੀ ਹੈ ਉਸ ਨੂੰ ਜਿਹੜਾ ਉਹ ਪੋਖੜ ਤਾਲ ਨੂੰ ਖਤਮ ਕਰਾਇਆ ਜਾਏ ਜੀ ਔਰ ਇਹ ਸਾਰੇ ਦੇ ਨਾਲ ਜਿਹੜਾ ਇਹ ਅਸਲ ਚ ਚਲੋ ਹੁਣ ਕਈ ਚੀਜ਼ਾਂ ਭਾਵਨਾ ਦੇ ਨਾਲ ਜੁੜੀਆਂ ਹੁੰਦੀਆਂ ਨੇ ਅਸੀਂ ਇਸ ਦੇ ਉੱਤੇ ਕੋਈ ਕਮੈਂਟਰੀ ਨਹੀਂ ਕਰਨਾ ਚਾਹੁੰਦੇ ਪਰ ਮੈਨੂੰ ਮੈਂ ਤਾਂ ਅਕਸਰ ਇਹ ਸੋਚਦਾ ਕਿ ਵੀ ਜਿਹਨਾਂ ਜ਼ਮਾਨਿਆਂ ਚ ਵਰਤ ਰੱਖੇ ਇਹ ਤਾਂ ਆਇਆ ਹੀ ਵਰਤ ਰੱਖਣ ਦਾ ਕੰਮ ਗਾਂਧੀਵਾਦੀ ਤੌਰ ਤਰੀਕਿਆਂ ਚੋਂ ਸੀ ਮਾਸਟਰ ਤਾਰਾ ਸਿੰਘ ਨੇ ਫਿਰ ਦੇਖੋ ਦੇਖੀ ਸੰਤ ਫਤਿਹ ਸਿੰਘ ਨੇ ਫਿਰ ਉਹਦੇ ਨਾਲ ਹਾਵਨ ਕੋਣ ਵੀ ਬਣਾ ਲੈ ਅਕਾਲ ਤਖਤ ਤੇ ਕਿ ਜੀ ਅਸੀਂ ਸੜ ਕੇ ਮਰ ਜਾਾਂਗੇ ਔਰ ਸ਼ੁਕਰਾਨਾ ਸਰਦਰਸ਼ਨ ਸਿੰਘ ਫੇਰੂਮਾਨ ਦਾ ਜਿਹਨੇ 74 ਦਿਨ ਭੁੱਖ ਹੜਤਾਲ ਕਰਕੇ ਔਰ ਜਿਹੜੀ ਉਹਨਾਂ ਦੀ ਲਾਸਟ ਵਿਲ ਵੀ ਸੀ ਉਹਨਾਂ ਨੇ ਕਿਹਾ ਵੀ ਇੱਕ ਤਾਂ ਸਿੱਖ ਹੋਮਲੈਂਡ ਹੈ ਹੀ ਹੈ ਪਰ ਮੈਂ ਇਹ ਜਿਹੜੇ ਵਰਤ ਰੱਖ ਕੇ ਔਰ ਦੂਸਰੇ ਲੋਕਾਂ ਦੇ ਵਿੱਚ ਬਾਅਦ ਚ ਵਰਤ ਖੋਲਦੇ ਨੇ ਔਰ ਲੋਕਾਂ 'ਤੇ ਪ੍ਰਭਾਵ ਜਾਂਦਾ ਹੈ ਵੀ ਇਹ ਸਿੱਖ ਉਹ ਨਹੀਂ ਨੇ ਜਿਹੜੇ ਅਰਦਾਸ ਕਰਕੇ ਪਿੱਛੇ ਨਹੀਂ ਸੀ ਹਟਦੇ ਸੋ ਮੈਂ ਤਾਂ ਆਪਣੀ ਜ਼ਿੰਦਗੀ ਇਸ ਲਈ ਕੁਰਬਾਨ ਕਰਨ ਆ ਇਸ ਧਰਤੀ ਦੇ ਉੱਤੇ ਅਕਾਲ ਤਖਤ ਦੇ ਹਾਲਾਂ ਉਹਨਾਂ ਨੂੰ ਉਹਨਾਂ ਨੇ ਅਕਾਲ ਤਖਤ ਮੱਥਾ ਨਹੀਂ ਸੀ ਟੇਕਣ ਦਿੱਤਾ ਉਹਨਾਂ ਨੇ ਜੇਲ੍ਹ ਦੇ ਜੇਲ੍ਹ ਦੇ ਵੀ ਬਾਤ ਜਦੋਂ ਸੀਰੀਅਸ ਹਾਲਤ ਹੋਈ ਗੁਰੂ ਤੇਗ ਬਹਾਦਰ ਹਸਪਤਾਲ ਅੰਮ੍ਰਿਤਸਰ ਚੋਨਾ ਦੀ ਸ਼ਹਾਦਤ ਹੋਈ ਉਹਨਾਂ ਨੇ ਕਿਹਾ ਕਿ ਮੈਂ ਇਹੀ ਦੱਸਣਾ ਚਾਹੁੰਦਾ ਕਿ ਅਰਦਾਸ ਦੇ ਵਿੱਚ ਹੀ ਸਭ ਕੁਝ ਹੈ ਔਰ ਸਿੱਖ ਅਰਦਾਸ ਤੋਂ ਪਿੱਛੇ ਨਹੀਂ ਹਟਦਾ ਤੋ ਅਸੀਂ ਸਮਝਦੇ ਆ ਵੀ ਇਹ ਜਿਹੜਾ ਹੜਤਾਲਾਂ ਭੁੱਖ ਹੜਤਾਲਾਂ ਵਾਲਾ ਜਾਂ ਮਰਨ ਵਰਤਾਂ ਵਾਲਾ ਕੰਮ ਹੈ ਇਸ ਤੋਂ ਬਚਣਾ ਹੀ ਚਾਹੀਦਾ ਹੈ ਔਰ ਇਹ ਮੇਰਾ ਇੱਕ ਸਿਧਾਂਤਕ ਓਪੀਨੀਅਨ ਹੈ ਪਰ ਚਲੋ ਇੱਕ ਚੰਗੀ ਗੱਲ ਹੈ ਵੀ ਪੰਥ ਨੇ ਇੱਕ ਆਨਰੇਬਲ ਢੰਗ ਨਾਲ ਪੰਜਾਂ ਸਿੰਘਾਂ ਰਾਹੀਂ ਜਾਂ ਆਕਾਲ ਤਖਤ ਰਾਹੀਂ ਜਾਂ ਦੂਸਰਾ ਇਸ ਨੂੰ ਖਤਮ ਕੀਤਾ ਪਰ ਮੈਂ ਕਨਕਲੂਜਨ ਚ ਹੀ ਕਹਿਣਾ ਚਾਹਾਂਗਾ ਕਿ ਅਗੇਨ ਅਸੀਂ ਬਿਮਾਰੀ ਦੇ ਕੱਲੇ-ਕੱਲੇ ਸਿੰਪਟਮ ਦੇ ਨਾਲ ਕੱਲੇ-ਕੱਲੇ ਲੱਛਣ ਦੇ ਨਾਲ ਲੜ ਰਹੇ ਹਮ ਜਦੋਂ ਜੋ ਹੈ ਤੁਸੀਂ ਬਿਲਕੁਲ ਠੀਕ ਫਰੇਜ਼ ਯੂਜ਼ ਕੀਤਾ 100 ਹੱਥ ਰੱਸਾ ਸਿਰੇ ਤੇ ਗੰਢ ਜੀ ਮਤਲਬ ਇਹ ਹੁੰਦਾ ਕਿ ਫਾਈਨਲੀ ਕੋਈ ਇੱਕ ਗੰਢ ਜਿਵੇਂ ਕਿ ਭਾਈ ਇੱਕ ਰੱਸਾ ਜਿੰਨਾ ਮਰਜੀ ਖਿੱਚੀ ਜਾਓ ਪਰ ਅਲਟੀਮੇਟਲੀ ਗੰਢ ਤਾਂ ਜਿਹੜੀ ਆ ਉਹ ਸਿਰੇ ਤੇ ਹੀ ਲੱਗਦੇ ਜਿਹੜੇ ਦੋ ਵੱਜਦੇ ਹੀ ਆ ਉਹ ਦੱਸ ਦਿੰਦੇ ਆ ਕਿ ਭਾਈ ਇਥੇ ਹੁਣ ਐਂਡ ਹੈ ਇਹ ਐਂਡਰ ਇਸ ਰਸੇ ਦਾ ਹੁਣ ਉਹ ਜਿਹੜੀ ਐਂਡ ਵਾਲੀ ਗੰਢ ਹੈ ਸਾਡੇ ਮਾਮਲੇ 'ਚ ਤਾਂ ਖਾਲਿਸਤਾਨ ਦੀ ਕਾਇਮੀ ਹੈ ਖਾਲਿਸਤਾਨ ਦੀ ਲਿਬਰੇਸ਼ਨ ਹੈ ਹੁਣ ਜਿੰਨਾ ਜ਼ੁਲਮ ਈਵਨ ਪੀਸਫੁਲੇ ਕੱਟ ਕਰਨ ਦੇ ਲਈ ਵੀ ਤੁਹਾਨੂੰ ਤੇ ਉਹੀ ਰੁਕਾਵਟਾਂ ਉਹੀ ਨਜ਼ਰਬੰਦੀਆਂ ਉਹੀ ਛਾਪੇ ਆ ਕਿਸਾਨ ਮੂਵਮੈਂਟ ਇਹਨਾਂ ਨੇ ਕਿਹੜੀ ਭੰਗੀਆਂ ਵਾਲੀ ਤੋਪ ਚਲਾਈ ਪਰ ਕਿਸ ਕਿਸਮ ਦਾ ਵਰਤਾਰਾ ਉਹਨਾਂ ਦੇ ਨਾਲ ਹੋਇਆ ਜੇ ਇਹਨਾਂ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਲਈ ਵੀ ਜ਼ੁਲਮ ਔਰ ਤਸ਼ੱਦਦ ਦਾ ਲੈਵਲ ਉਹੀ ਤੁਸੀਂ ਹਸਾਰਦੇ ਹੋ ਤੇ ਇੱਕ ਵਾਰ ਜਿਹਨੂੰ ਕਹਿੰਦੇ ਨੇ ਵੀ ਕੋੜਾ ਕੁੱਟ ਕਰਕੇ ਖਾਲਿਸਤਾਨ ਲਈ ਖਲੋਜਾ ਬਾਰਲੀ ਦੁਨੀਆ ਨੂੰ ਵੀ ਸਮਝ ਆ ਜਾਂਦੀ ਹੈ ਕਿ ਭਾਈ ਕਿੰਨਿਆਂ ਨੂੰ ਮਾਰ ਲੈਣਗੇ ਇਹ ਨਹੀਂ ਹੁੰਦਾ ਜਦੋਂ ਲੋਕ ਨਿਕਲ ਆਉਂਦੇ ਨੇ ਆ ਰੂਸ ਦੇ ਵਿੱਚ ਜਦੋਂ ਯੇਲਸਨ ਇਸ ਲਈ ਬਾਅਦ ਚੋ ਪ੍ਰੈਜ਼ੀਡੈਂਟ ਵੀ ਬਣਿਆ ਕਿ ਭਈ ਕਮਿਊਨਿਸਟ ਜੀਮ ਨੇ ਤਾਂ ਟੈਂਕ ਲੈ ਆਂਦੇ ਹੂੰ ਦੂਸਰਾ ਹੁੰਦਾ ਜਦੋਂ ਟੈਂਕ ਦੂਜੇ ਆ ਗਏ ਲੋਕ ਆ ਗਏ ਹਜ਼ਾਰਾਂ ਹੁਣ ਟੈਂਕ ਚ ਚਲਾਉਣ ਵਾਲੇ ਕਿਹੜੇ ਕਿਸੇ ਹੋਰ ਗ੍ਰਹਿ ਤੋਂ ਆਏ ਲੋਕ ਸੀ ਤੁਹਾਡੇ ਆਪਣੇ ਹੀ ਮੁੰਡੇ ਕੁੜੀਆਂ ਹੁੰਦੇ ਨੇ ਜਿਹੜੇ ਫੌਜੀ ਨੇ ਉਹਨਾਂ ਨੇ ਨਾ ਕਰਤੀ ਕਿ ਵੀ ਅਸੀਂ ਨਹੀਂ ਆਪਣੇਾਂ ਤੇ ਉਹ ਟੈਂਕ ਥੋੜੀ ਚੜਾਣੇ ਬਿਲਕੁਲ ਗੱਲ ਮੁੱਕ ਗਈ ਡਿਜ਼ਾਈਨ ਹੋ ਗਿਆ ਔਰ ਚੇਂਜ ਹੋ ਗਿਆ ਸੋ ਇੱਕੋ ਵਕਤ ਜਿਹੜਾ ਉਹ ਲਿਆਇਆ ਲਿਆ ਲਿਆਂਦਾ ਜਾਣਾ ਚਾਹੀਦਾ ਜਿਹਦੇ ਚ ਕਿ ਲੋਕ ਲੱਖਾਂ ਦੇ ਵਿੱਚ ਨਿਕਲ ਕੇ ਆ ਜਾਣ ਕਿ ਜੀ ਮਾਰ ਲਓ ਸਾਨੂੰ ਤੁਸੀਂ ਸਾਨੂੰ અપਮਾਨਿਤ ਕਰਦੇ ਹੋ ਹਰ ਚੜੇ ਸੂਰਜ ਤੁਸੀਂ ਸਾਨੂੰ ਅਹਿਸਾਸ ਕਰਵਾਉਂਦੇ ਹੋ ਗੁਲਾਮੀ ਦਾ ਅਸੀਂ ਖਾਲਸਾਤਨ ਚਾਹੁੰਦੇ ਹਾਂ ਔਰ ਇਹ ਉਹ ਮੌਕਾ ਹੈ ਕਿੰਨਿਆਂ ਨੂੰ ਮਾਰ ਲੈਣਗੇ ਬਿਲਕੁਕੁਲ ਸੋ ਇਹ ਠੀਕ ਹੈ ਵੀ ਅਸੀਂ ਇੰਨੀ ਜ਼ਿਆਦਾ ਕੁਰਬਾਨੀ ਦਿੱਤੀ ਹੈ ਔਰ ਇਸ ਦੇ ਬਾਵਜੂਦ ਜਦੋਂ ਤਾਕਤਵੇਂ ਬਖਰੀ ਨਜ਼ਰ ਆਂਦੀ ਜਿਵੇਂ ਹੁਣ ਵੀ ਨਜ਼ਰਬੰਦ ਸਿੰਘਾਂ ਦਾ ਮੋਰਚਾ ਦਿੱਲੀ ਉਹ ਜਿਹੜਾ ਬੰਦੀ ਸਿੰਘਾਂ ਦਾ 25 25 30 30 ਸਾਲ ਤੋਂ ਜੇਲ੍ਹਾਂ ਚ ਨੇ ਉਹ ਉੱਥੇ ਲੱਗਾ ਹੋਇਆ ਚੰਡੀਗੜ੍ਹ ਦੀਆਂ ਬਰੂਹਾਂ ਤੇ ਉਧਰ ਡਿਬਰੂਗੜ੍ਹ ਸੀ ਇਧਰ ਇਹ ਹੈ ਔਰ ਬਾਕੀ ਜਿਹੜੀਆਂ ਡੇ ਟੂ ਡੇ ਐਕਟੀਵਿਟੀਆਂ ਨੇ ਅੱਧੇ ਕਲੈਕਸ਼ਨ ਨੂੰ ਦੌੜੇ ਹੋਏ ਨੇ ਅੱਧੇ ਖੁੱਦ ਤੋਂ ਨੇ ਸੋ ਹੁਣ ਇਹ ਜਿਹੜਾ ਫੋਕਸਡ ਗੱਲ ਹੋਣੀ ਚਾਹੀਦੀ ਹੈ ਔਰ ਇਹ ਸਾਰੇ ਚੋਂ ਅਸੀਂ ਸਮਝੇ ਕਿ ਇਹ ਇੱਕ ਮੁਬਾਰਕ ਹੈ ਜਿੱਥੇ ਕਿ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਚ ਇਸ ਪੰਥਕ ਇਕੱਠ ਦੇ ਵਿੱਚ ਪਹੁੰਚ ਕੇ ਦੱਸਿਆ ਕਿ ਇਹ ਚੌਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਵੀ ਉਸ ਧਰਤੀ ਤੇ ਨੇ ਭਾਵੇਂ ਮਰੀਆਂ ਜ਼ਮੀਰਾਂ ਵਾਲੇ ਵਿਕੇ ਹੋਏ ਬਾਦਲਾਂ ਦਾ ਅਮਰਿੰਦਰਾਂ ਦਾ ਭਗਵੰਤ ਮਾਨਾਂ ਦਾ ਔਰ ਹੋਰ ਜਿੰਨੀ نسل ਹੈ ਜਿਹਦੀਆਂ ਵੀ ਉੱਥੇ ਧਰਾਂ ਨੇ ਜਿਹਨਾਂ ਦਾ ਨਾਮ ਵੀ ਲੈਣਾ ਜਿਹੜਾ ਉਹ ਜ਼ਬਾਨ ਨੂੰ ਅਪਵਿੱਤਰ ਕਰਦਾ ਹੈ ਉਹਨਾਂ ਦੀਆਂ نسلਾਂ ਰਹਿਣੀਆਂ ਹੀ ਨੇ ਲੇਕਿਨ ਸਾਨੂੰ ਇਹ ਸੰਗਤ ਤੇ ਮਾਣ ਹੈ ਜਿਹੜੀ ਗੁਰੂ ਪੰਥ ਦੀ ਜਿਹੜੀ ਹੈ ਉਹ ਰਹਿਨਮਾਈ ਉਹ ਰਗਵਾਈ ਕਰਦੀ ਹੈ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨੇ ਬ੍ਰੇਕ ਆਫ ਬ੍ਰੇਕ ਦੇ ਜਾਂ ਤਾਂ ਪਹਿਲਾਂ ਸੇ ਮਦਰਸ਼ਕਾਂ ਤੋਂ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਆਜਨਸਰਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 4 ਇੱਕ ਪੰਥਕ ਚੈਨਲ ਹੈ ਔਰ ਟੀਵੀ 4 ਦੀ ਚੜ੍ਹਦੀ ਕਲਾ ਵਾਲੀ ਬਾਤ ਤੁਹਾਨੂੰ ਇਨਡੋਨੇਟ ਕਰੋ ਤੁਹਾਨੂੰ ਇਨਡੋਨੇਟ ਲਈ ਸਾਡੀ ਵੈਬਸਾਈਟ ਟੀਵੀ 4.com ਤੇ ਜਾ ਕੇ ਵਿਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਇਫੋਰ ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫਾਈਨਿਟੀਵੀਫੋਰ.tv ਤੇ ਅਸੀਂ ਤੁਹਾਡੇ ਤਿਆਦਿਲ ਤੋਂ ਧੰਨਵਾਦ ਹੋਵਾਂਗੇ ਉਸ ਵੇਲੇ ਲੈਨੇ ਬ੍ਰੇਕ ਪਿਓਰ ਜੁਸ ਤੁਸੀਂ ਅਸੀਂ ਇਸ ਤਰ੍ਹਾਂ ਬਣੀ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਕੈਲੀਫੋਰਨੀਆ ਵਿਖੇ ਖਾਲਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹਿਣਗੀਆਂ ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਹੁੰਚ ਜਾਣਗੇ ਹੋਰ ਜਾਣਕਾਰੀ ਲਈ ਸੰਪਰਕ ਕਰੋ 6692220946 ਜਾਂ 6692220306 ਕੀ ਤੁਸੀਂ ਪਰਸੇ ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸ ਨੇ ਆਪਣੀ ਸਲਾਨਾ ਰਿਪੋਰਟ ਵਿੱਚ ਕਿਸਾਨ ਅੰਦੋਲਨ ਨੂੰ ਤੋੜ ਫੋੜ ਕਰਨ ਵਾਲਾ ਅਤੇ ਅਲਗਾਵਵਾਦੀ ਦੱਸਿਆ ਹੈ ਔਰ ਦੂਸਰੇ ਪਾਸੇ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਦਾ ਦੌਰ ਦੌਰਾ ਜਾਰੀ ਹੈ ਅਰ ਗੁਜਰਾਤ ਦੀ ਇੱਕ ਯੂਨੀਵਰਸਿਟੀ ਵਿੱਚ ਮੁਸਲਮਾਨ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਬਾਰਲੀਪੀਨ ਨੇ ਉਦੋਂ ਹਮਲਾ ਕੀਤਾ ਜਦੋਂ ਕਿ ਉਹ ਹੋਸਟਲ ਦੇ ਹਾਟ ਤੇ ਵਿੱਚ ਰਮਜ਼ਾਨ ਦੀ ਨਮਾਜ਼ ਅਦਾ ਕਰੇ ਸਨ ਸੋ ਇਸ ਬਾਰੇ ਅਪ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋਨ ਲਈ ਐਨ ਲਿਖ ਲੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਦੇਖੋ ਇਸ ਵੇਲੇ ਮੋਦੀ ਅਮਿਤ ਸ਼ਾਹ ਦੀ ਹਕੂਮਤ ਹੈ ਬੀਜੇਪੀ ਦੇ ਥੱਲੇ ਜੀ ਅਰਜ਼ਾਰ ਹੈ ਕਿ ਆਰਐਸਐਸ ਜਿਸ ਦੀ ਨੀ 1925 ਦੇ ਵਿੱਚ ਰੱਖੀ ਗਈ ਡਾਕਟਰ ਹੈਨਗਵੇਅਰ ਵੱਲ ਜਿਸ ਨੂੰ ਫਿਰ ਇੱਕ ਬੂਟਾ ਬਣਾ ਕੇ ਪ੍ਰਵਾਨ ਚੜਾਇਆ ਗੋਲ ਵਲਕਰ ਨੇ ਔਰ ਇਨ ਬਿਟਵੀਨ ਕਿੰਨੇ ਹੋਰ ਜਿਹੜੇ ਇਹਨਾਂ ਦੇ ਡੈਡੀਕੇਟਿਡ ਹਿੰਦੂਤੋਂ ਵੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਲੋਕ ਰਾਜ ਮੋਨ ਭਾਗਵਤ ਜਿਹੜਾ ਇਸ ਨੂੰ ਪ੍ਰੈਜ਼ਾਈਡ ਕਰਦਾ ਹੈ ਹਮ ਹਮੇਸ਼ਾ ਆਰਐਸਐਸ ਨੇ ਦਾਅਵਾ ਕੀਤਾ ਕਿ ਜੀ ਅਸੀਂ ਤਾਂ ਸਮਾਜ ਸੇਵੀ ਸੰਸਥਾ ਹੈ ਸਾਡਾ ਕੰਮ ਸਮਾਜ ਦੀ ਸੇਵਾ ਹੈ ਸਿਆਸੀ ਤੌਰ ਤੇ ਜਿਹੜਾ ਉਹ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਲੇਕਿਨ ਇਹ ਹਰ ਇੱਕ ਨੂੰ ਪਤਾ ਹੈ ਕਿ ਡਿਕਲੇਅਰਡਲੀ ਜੋ ਵੀ ਭਾਜੀਪੀ ਦੇ ਵਿੱਚ ਪ੍ਰੈਜ਼ੀਡੈਂਟ ਬਣਨ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਜਾਂ ਅੰਦਰੋਂ ਕਿਹਨੂੰ ਕੱਢਣਾ ਹੈ ਕਿਹਨੂੰ ਚੱਕਣਾ ਹੈ ਉਹ ਸਾਰੇ ਫੈਸਲੇ ਆਰਐਸਐਸ ਕਰਦਾ ਰਾਦਰ ਹਕੂਮਤ ਦਾ ਹੈੱਡਕੁਆਰਟਰ ਦਿੱਲੀ ਨਹੀਂ ਹੈ ਹੈੱਡਕੁਆਰਟਰ ਨਾਗਪੁਰ ਹੈ ਜੀ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਹੁਣ ਪਿਛਲੇ 2014 ਤੋਂ ਲੈ ਕੇ 10 ਸਾਲ ਤੋਂ ਪਾਵਰ ਸਿੱਧੀ ਆਰਐਸਐਸ ਦੇ ਕੋਲ ਹੈ ਕਿਵੇਂ ਤਰੂਵੀਕਰਨ ਹੋਇਆ ਸਮਾਜ ਦਾ ਕਿਵੇਂ ਈਸਾਈਆਂ ਨੂੰ ਮੁਸਲਮਾਨਾਂ ਨੂੰ ਜਿਹੜੀ ਤਾਂ ਉਹਨਾਂ ਨੇ ਆਈਡੀਓਲੋਜੀਕਲੀ ਖੁੰਝੇ ਲਾਣ ਦੀ ਗੱਲ ਉਹਨਾਂ ਦੇ ਸੰਵਿਧਾਨ ਦਾ ਹਿੱਸਾ ਹੀ ਸੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਇਹ ਵਿਦੇਸ਼ੀ ਨੇ ਦੋਨੋਂ ਧਰਮ ਇਹਨਾਂ ਦੀਆਂ ਪੁੰਨ ਧਰਤियां ਪਵਿੱਤਰ ਧਰਤियां ਬਾਹਰ ਨੇ ਸੋ ਇਹਨਾਂ ਦੇ ਲਈ ਇੱਕੋ ਹੀ ਰਸਤਾ ਹੈ ਜਾਂ ਤਾਂ ਇਹ ਇਥੋਂ ਨਿਕਲ ਜਾਣ ਤੇ ਜਾਂ ਇਹ ਵਾਪਸ ਜਿਹਨੂੰ ਇਹਨਾਂ ਨੇ ਘਰ ਵਾਪਸੀ ਦਾ ਨਾਮ ਦਿੱਤਾ ਕਿ ਵਾਪਸ Hindu ਧਰਮ ਦੇ ਵਿੱਚ ਆ ਜਾਣ ਔਰ ਜਿਹੜੇ ਮਜ਼ਹਬ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਆ ਨੈਟਿਵ ਲੈਂਡ ਦੇ ਵਿੱਚ ਖੜੇ ਹੋਏ ਜਿਨ੍ਹਾਂ ਅਜ ਬੁੱਧ ਧਰਮ ਜੈਨ ਧਰਮ ਲਗਭਗ 22000 ਸਾਲ ਪਹਿਲਾਂ ਔਰ ਸਿੱਖ ਧਰਮ ਲਗਭਗ 550 ਸਾਲ ਪਹਿਲਾਂ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਸਾਡੇ Hindu ਤੋਂ ਬਾਦੀਆਂ ਹੀ branches ਨੇ ਔਰ ਬਿਹਤਰ ਇਹ ਹੈ ਕਿ ਵੀ ਇਹ ਸਨਾਤਨ ਧਰਮ ਦੇ ਰਖਿਆਕ ਦੇ ਤੌਰ ਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਜੇ ਖੱਬੇ ਸੱਜੇ ਜਾਣ ਦੀ ਕੋਸ਼ਿਸ਼ ਕਰਨਗੇ ਫਿਰ ਇਹਨਾਂ ਦਾ ਬਲੱਡ ਬਾਥ ਕੀਤਾ ਜਾਏਗਾ ਜਿਹੜੀ ਗੱਲ ਨਾਨਾ ਜੀ ਦੇਸ਼ਮukh ਨੇ ਜਿਹਨੂੰ ਭਾਰਤ ਰਤਨ ਦਾ ਅਵਾਰਡ ਮੋਦੀ ਸਰਕਾਰ ਨੇ ਦਿੱਤਾ ਉਨੇ ਨਵੰਬਰ 84 ਦੇ ਵਿੱਚ ਇੱਕ ਜਿਹੜਾ ਲਿਖਤ ਸਾਰੇ ਐਮਪੀਜ਼ ਔਰ ਸਾਰੇ ਮੀਡੀਆ ਚ ਸਰਕੂਲੇਟ ਕੀਤੀ ਜਿਹਦੇ ਚ ਜੂਨ 84 ਔਰ ਨਵੰਬਰ 84 ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਗਿਆ ਸੀ ਕਿ ਸਿੱਖੇ ਡਿਜ਼ਰਵ ਕਰਦੇ ਸੀ ਕਿਉਂਕਿ ਇਹਨਾਂ ਨੂੰ ਹਿੰਦੂਆਂ ਤੋਂ ਅੱਡ ਹੋਣ ਦੀ ਚਾਅਟ ਅੰਗਰੇਜ਼ਾਂ ਨੇ ਲਾਈ ਹੋਈ ਸੀ ਔਰ ਇਹ ਬੜਾ ਜ਼ਰੂਰੀ ਸੀ ਕਿ ਇਹਨਾਂ ਦੇ ਦਿਮਾਗ ਨੂੰ ਟਿਕਾਣੇ ਲਿਆਂਦਾ ਜਾਏ ਔਰ ਸਿੱਖਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਐਵੇਂ ਸ਼ਿਕਾਇਤ ਜਾਂ ਦੂਸਰਾ ਮਤ ਕਰੋ ਚੁੱਪ ਕਰਕੇ ਇਹਨੂੰ ਜਿਹੜਾ ਸਮਝੋ ਕਿ ਵੀ ਤੁਸੀਂ ਐਡਰਸਰਵ ਕਰਦੇ ਸੀ ਸੋ ਇਹ ਕਹਿਣ ਦਾ ਮਤਲਬ ਇਹ ਹੈ ਕਿ ਆਰਐਸਐਸ ਮੈਂ ਇਸ ਇੱਕ ਸਮਾਜ ਸੇਵੀ ਤਾਂ ਦੂਰ ਦੀ ਗੱਲ ਹੈ ਇਸ ਵੇਲੇ ਜੇ ਤੁਸੀਂ ਈਵਨ ਇਲੈਕਟਰਲ ਬਾਂਡਸ ਦੇ ਹਵਾਲੇ ਨਾਲ ਹੀ ਦੇਖੋ ਵੀ ਕਿਵੇਂ ਕਈ-ਕਈ ਹਜ਼ਾਰ ਕਰੋੜ ਦੀ ਜਿਹੜੀ ਫਰੋਤੀ ਹੈ ਉਹ ਭਾਜਪਾ ਦੇ ਖਾਤਿਆਂ ਦੇ ਵਿੱਚ ਆਈ ਹੈ ਉਹਨਾਂ ਵੱਡਿਆਂ ਅ ਇੰਡਸਟਰੀਅਲ ਘਰਾਣਿਆਂ ਵੱਲੋਂ ਵੀ ਔਰ ਉਹਨਾਂ ਤੋਂ ਵੀ ਤੁਸੀਂ ਇਹਨਾਂ ਦਾ ਅਦਰਵਾਇਜ਼ ਜੇ ਕਥਨੀ ਤੇ ਕਰਨੀ ਜਿਹਨੂੰ ਅਸੀਂ ਕਹਿੰਦੇ ਆਂ ਜੇ ਇਸ ਬਾਰੇ ਜਦੋਂ ਅਸੀਂ ਸਿੱਖ ਦਾ ਕਿਰਦਾਰ ਦੇਖਦੇ ਆਂ ਤੇ ਅਸੀਂ ਇਹ ਕਹਿੰਦੇ ਆਂ ਕਿ ਭਾਈ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਤੁਸੀਂ ਇੱਕ ਪਾਸੇ ਦੇਖੋਗੇ ਕਿ ਇਹ ਆਦਰਸ਼ ਭਾਰਤ ਔਰ ਆਦਰਸ਼ ਭਾਰਤ ਮਾਤਾ ਤੇ ਫਲਾਣਾ ਸਾਡਾ ਸਾਹਿਤ ਔਰ ਦੂਜਾ ਉਹਨ ਇਲੈਕਟਰਲ ਬਾਂਡਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਭ ਤੋਂ ਜ਼ਿਆਦਾ ਡੋਨੇਸ਼ਨ ਜਿਸ ਧਿਰ ਨੇ ਦਿੱਤੀ ਉਹ ਗੈਂਬਲਿੰਗ ਔਰ ਜਵਾਰਪਰਾ ਜਿਹੜਾ ਉਹ ਉੱਥੇ ਵੇਚਦੇ ਨੇ ਉਹਨੂੰ ਪ੍ਰੋਮੋਟ ਕਰਦੇ ਨੇ ਲਾਟਰੀ ਸਿਸਟਮ ਰਾਈ ਜਾਂ ਗੈਂਬਲਿੰਗ ਡੈਂਸ ਬਣਾ ਕੇ ਔਰ ਜਿਨ੍ਹਾਂ ਦੇ ਆਪਣੇ ਔਰ ਉਹਨਾਂ ਦਾ ਮਾਲਕ ਵੀ ਉੱਥੋਂ ਕੋਈ ਬਰਮਾ ਦਾ ਹੈਗਾ ਰਹਿਣ ਵਾਲਾ ਮਿਆਂ ਮਾਰਦਾ ਔਰ ਉਹ ਸਭ ਤੋਂ ਉਹਦੇ ਖਿਲਾਫ ਈਡੀ ਦੇ ਛਾਪੇ ਦੂਜੇ ਪਰ ਸਭ ਤੋਂ ਵੱਡਾ ਡੋਨਰ ਭਾਜਪੀ ਦੇ ਜਵਾਰੀ ਹੈ ਹੁਣ ਜੇ ਨਾ ਜਵਾਰੀਆਂ ਨੇ ਜੇ 15000 ਕਰੋੜ ਤੋਂ ਤੱਕ ਇਹ ਪਹੁੰਚੇ ਨੇ ਡੋਨੇਸ਼ਨਰ ਉਸ ਤੋਂ ਬਿਯੋਂਡ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਖੈਰਾਤੀ ਤਾਂ ਨਹੀਂ ਦਿੱਤੇ ਹੋਏ ਜ਼ਾਰ ਹੈ ਵੀ ਇਹਨਾਂ ਤੋਂ ਕੀ ਲੈਣਾ ਸੋ ਮਤਲਬ ਇਹ 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 ਕਹਿਣਾ ਜਾਂ ਦੇਖਣਾ ਕਿ ਵੀ ਇਹਨਾਂ 'ਚ ਕੋਈ اخਲਾਕਨਾਮ ਦੀ ਚੀਜ਼ ਹੈ ਜਾ ਇਹ ਆਪਣੀ ਜੋ ਜੋ Hindu ਮਰਿਆਦਾ ਹੀ ਆ ਉਹਦੇ ਅਨਸਾਰ ਹੀ ਕਿਸੇ اخلاقی ਪੈਮਾਨੇ ਤੇ ਪੂਰੇ ਉਤਰਦੇ ਨੇ ਇਹ ਬਿਲਕੁਲ ਨਹੀਂ ਆਪਣੇ ਲੋਕਾਂ ਨਾਲ ਵੀ ਧੋਖਾ ਕਰ ਰਹੇ ਨੇ ਹੂੰ ਬਾਕੀਆਂ ਦੇ ਨਾਲ ਜੋ ਕਟਗਣਤੀਆਂ ਨਾਲ ਜਾਂ ਮੁਲਕ ਜਾਂ ਕਨਸਟੀਟਿਊਸ਼ਨਲ ਜੋ ਕਰ ਰਹੇ ਨੇ ਉਹ ਇੱਕ ਵਕਰੀ ਡਿਬੇਟ ਹੈ ਅਲਾ ਜੀ ਕਿਸੇ ਨੇ ਸੈਟਰਲ ਕੀਤਾ ਸੀ ਕਹਿੰਦੇ ਤੁਸੀਂ ਮੋਦੀ ਨੂੰ ਐਵੇਂ ਹੀ ਦੋਸ਼ ਤੇ ਹੀ ਜਾਂਦੇ ਹੋ ਕਿ ਮੋਦੀ ਨੇ 에어ਪੋਰਟ ਵੇਚ ਦਿੱਤੇ ਬੰਦਰਗਾਹਾਂ ਵੇਚਤੀਆਂ ਜਹਾਜ਼ਾਂ ਦੀਆਂ ਕੰਪਨੀਆਂ ਵੇਚਤੀਆਂ ਡਿਫੈਂਸ ਵੇਚ ਦਿੱਤੇ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਮੋਦੀ ਨੇ ਇਹ ਵੇਚ ਕੇ ਕੁਝ ਖਰੀਦਿਆ ਵੀ ਹੈ ਉਹਨੇ ਅਦਾਲਤਾਂ ਖਰੀਦ ਲਈਆਂ ਉਹਨੇ ਮੀਡੀਆ ਖਰੀਦ ਲਿਆ ਉਹਨੇ ਦੂਜਾ ਕਰ ਲਿਆ ਉਹਨੇ ਕਿਹਾ ਜੀ ਇੱਕ ਹਾਲ ਸੇ ਦੋ ਇਧਰੋਂ ਕਹਿੰਦਾ ਵੇਚੇ ਉਹ ਜਿਹੜੇ ਆਏ ਉਧਰੋਂ ਖਰੀਦੇ ਸੋ ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਇਹ ਸਾਰੇ ਸ਼ੈਤਾਨ ਮੰਡਲ ਨੂੰ ਔਰ ਫਿਰ ਤੁਸੀਂ ਦੇਖਦੇ ਹੋ ਵੀ ਇੱਕ ਪਬਲਿਕ ਕੰਜ਼ਮਪਸ਼ਨ ਲਈ ਨੇ ਬਿਆਨਬਾਜ਼ੀਆਂ ਹਮੇਤ ਸ਼ਾਹ ਨੇ ਕੀ ਕਿਹਾ ਮੋਦੀ ਨੇ ਕੋਈ ਐਸੀ ਗੱਲ ਕਹੀ ਹਮੇਤ ਸ਼ਾਹ ਕਹੇਗਾ ਇਹ ਤਾਂ ਇੱਕ ਝੁੰਮਲਾ ਥਾ ਲੇਕਿਨ ਆਰਐਸਐਸ ਦੀ ਜਿਹੜੀ ਰੀਅਲ ਪਕੜ ਹੈ ਉਹ ਗਰਾਊਂਡ ਦੇ ਉੱਤੇ ਹੈ ਉਹਨਾਂ ਦੇ ਲੱਖਾਂ ਵਰਕਰ ਗਰਾਸ ਰੂਟ ਤੋਂ ਜਿਨ੍ਹਾਂ ਨੇ ਇਨਪੁੱਟ ਲੈਣੀ ਹੈ ਉਹਨਾਂ ਦੀ ਡਿਸੀਜਨ ਮੇਕਿੰਗ ਕਿਵੇਂ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਜਿਵੇਂ ਨਾਜ਼ੀਆਂ ਦੇ ਜਾਂ ਇੱਥੇ ਉਹ ਮੈਸਾਨਿਕ ਇੱਕ ਚਰਚ ਹੈ ਮੈਸਨਜ਼ ਉਹਨਾਂ ਨੂੰ ਕਹਿੰਦੇ ਨੇ ਉਹ ਪਤਾ ਨਹੀਂ ਕਾਲਾ ਜਾਦੂ ਹੈ ਕਿ ਕੀ ਹੈ ਉਹਨਾਂ ਦੇ ਵੀ ਇਵਨ ਉਹਨਾਂ ਦੀ ਮੈਂਬਰਸ਼ਿਪ ਲਿਸਟ ਕਿਸੇ ਕੋਲ ਨਹੀਂ ਹੁੰਦੀ ਆਰਐਸਐਸ ਦੀ ਕੋਈ ਮੈਂਬਰਸ਼ਿਪ ਲਿਸਟ ਨਹੀਂ ਹੈ ਕੋਈ ਤੁਹਾਨੂੰ ਉੱਥੋਂ ਪਤਾ ਨਹੀਂ ਲੱਗ ਸਕਦਾ ਕੌਣ ਕੀ ਹੈ ਡਿਸੀਜਨ ਮੇਕਿੰਗ ਕਿਵੇਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਡਿਸੀਜਨ ਅਪਰ ਲੈਵਲ ਤੱਕ ਪਹੁੰਚਦਾ ਹੈ ਉਹ ਥੱਲੋਂ ਹੀ ਜਾਂਦਾ ਹੈ ਤੇ ਜਦੋਂ ਉੱਪਰੋਂ ਹੁਕਮ ਆ ਜਾਂਦਾ ਹੈ ਫਿਰ ਜਿੰਨਾ ਮਰਜ਼ੀ ਪਾਵਰਫੁੱਲ ਲੋਏ ਬਿਨਾ ਚੂਂ ਚਾਂ ਚੂਂ ਕੀਤੇ ਚੁੱਪ ਕਰਕੇ ਘਰੇ ਬਹਿ ਜਾਂਦਾ ਜਿਵੇਂ ਉਹਨਾਂ ਨੇ ਬਾਜਪਾਈ ਨੂੰ ਬਿਠਾ ਦਿੱਤਾ ਮੁਰਲੀ ਮਨੋਰ ਜੋਸ਼ੀ ਨੂੰ ਬਿਠਾਦਾਤਾ ਅਡਵਾਨੀ ਨੂੰ ਬਿਠਾਦਾ ਅੱਜ ਮੋਦੀ ਜਿਨਾ ਮਰਜ਼ੀ ਪੁੜਕਦਾ ਹੋਏ ਜੇ ਅੱਜ ਆਰਐਸਐਸ ਦਾ ਨਾਗਪੁਰ ਤੋਂ ਆ ਜਾਏਗਾ ਦੇਸ਼ ਕੇ ਨਹੀਂ ਉਹ ਇਹਨੂੰ ਪਾਸੇ ਕਰੋ ਹੁਣ ਅਮਿਤ ਸ਼ਾਹ ਹੈ ਤੇ ਇਹ ਜਾ ਕੇ ਵੀ ਉਹਨੂੰ ਜਿਹੜਾ ਬਿਲਕੁਲ ਮੰਨ ਕੇ ਜਿੰਨੀ ਮਰਜ਼ੀ ਆਪਣੀ ਕਿਸੇ ਨੇ ਲੋਬੀ ਬਣਾਈ ਹੋਏ ਇਹ ਇੱਕ ਬਿਲਕੁਲ ਇਹਨੂੰ ਤੁਸੀਂ ਕਿਉਂਕਿ ਇਹ ਜਿਹੜੀਆਂ ਅਥਾਰਟੀਟੇਰੀਅਨ ਸੰਸਥਾਵਾਂ ਹੁੰਦੀਆਂ ਉਹਨਾਂ 'ਚ ਇਵੇਂ ਹੀ ਹੁੰਦਾ ਹੈ ਸੋ ਇਹੀ ਕਾਰਨ ਹੈ ਕਿ ਇਹ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਨੇ ਇਹਨਾਂ ਨੂੰ ਲੈ ਕੇ ਆਰਐਸਐਸ ਚਿੰਤਤ ਵੀ ਹੈ ਆਦਾ ਈਵੀਐਮ ਮਸ਼ੀਨਾ ਜਿੰਦਾਬਾਦ ਅਲਟੀਮੇਟਲੀ ਵਿਕਟਰੀ ਤਾਂ ਉਹਨਾਂ 'ਚੋਂ ਨਿਕਲਣੀ ਹੈ ਸੋ ਇਸ ਲਈ ਬਹੁਤ ਬਰੀਕੀ ਦੇ ਨਾਲ ਉਹ ਐਲਾਈਅੰਸ ਇੱਕ ਫੇਰ ਉਹ ਦੇਖਦੇ ਨੇ ਕਿ ਜੇ ਉਹਨਾਂ ਨੂੰ ਲੱਗੇ ਕਿ ਵੀ ਕੋਈ ਪ੍ਰੈਸ਼ਰ ਬਣ ਰਿਹਾ ਔਰ ਪਬਲਿਕ ਪੋਸਟਰ ਚੇਂਜ ਹੋਣਾ ਤਾਂ ਇਹਨਾਂ ਨੇ ਜਿਹੜੀਆਂ 72 ਇਹਨਾਂ ਦੀਆਂ ਅੱਗੋਂ ਸੰਘ ਪਰਿਵਾਰ ਦੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਚੋਂ ਇੱਕ ਅੱਡੇ ਤੋਂ ਪੋਜੀਸ਼ਨ ਸਰਕਾਰ ਦੇ ਖਿਲਾਫ ਵੀ ਲੈ ਲੈਣਗੇ ਮਜ਼ਦੂਰ ਸੰਘ ਨੇ ਜਿਵੇਂ ਫਾਰਮਰ ਮੂਵਮੈਂਟ ਦੇ ਵੇੜੇ ਲਈ ਹਾਲਾਂ ਕਿੰਨੀਆਂ ਫਾਰਮਰ ਜੱਤੇ ਬੰਦੀਆਂ ਜਾਲੀ ਖੜੀਆਂ ਕਰਕੇ ਇਹਨਾਂ ਨੇ ਸਰਕਾਰ ਦੇ ਹੱਥ 'ਚ ਵੀ ਖੜੀਆਂ ਕੀਤੀ ਹੁਣ ਇਹ ਸਾਡੇ ਲਈ ਇਸ ਲਈ ਵੀ ਇੰਪੋਰਟੈਂਟ ਹੁੰਦਾ ਵੀ ਆਰਐਸਐਸ ਦੀ ਵਰਕਿੰਗ ਚੋਂ ਹੀ ਤੁਹਾਨੂੰ ਉਹਨਾਂ ਦੇ ਨੈਕਸਟ ਸਟੈਪ ਦੀ ਭਿੰਨਤਾ ਨਹੀਂ ਪੈਣ ਦਿੰਦੇ ਪਰ ਤੁਹਾਨੂੰ ਥੋੜਾ ਜਿਹਾ ਜਿਹੜੀ ਹੈ ਉਹ ਐਰੋਮਾ ਹੁੰਦਾ ਹੈ ਉਹ ਸਾਰੇ ਚੋਂ ਖੁਸ਼ਬੂ ਹੈ ਜਾਂ ਮਦਬੂ ਹੈ ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਸ ਡਾਇਰੈਕਸ਼ਨ ਚ ਜਾਣਗੇ ਜੀ ਉਹ ਕਿਉਂਕਿ ਸਾਡਾ ਫਿਕਰ ਤਾਂ 2024 ਦੀਆਂ ਚੋਣਾਂ ਨੂੰ ਲੈ ਕੇ ਇਹ ਨਹੀਂ ਹੈ ਵੀ ਜਿੱਤਦਾ ਕੌਣ ਹੈ ਤੇ ਹਾਰਦਾ ਕੌਣ ਹੈ ਤੋਂ ਸਾਰੀ ਹਿੰਦੂ ਤਵੀਆਂ ਦੀ ਖੇਡ ਹੈ ਜਿੱਤਣ ਵਾਲੇ ਵੀ ਉਹ ਤੇ ਹਾਰਨ ਵਾਲੇ ਵੀ ਉਹ ਪਰ ਸਾਡਾ ਫਿਕਰ ਇਹ ਹੈ ਵੀ ਕੀ ਇਹਨਾਂ ਨੇ ਇਸ ਤੋਂ ਪਹਿਲਾਂ ਜੇ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਵੀ ਉਹਦੀ ਪੌਪੂਲਾਰਿਟੀ ਜਿੰਨੀ ਉਹਨਾਂ ਨੇ ਫੇਕ ਮੀਡੀਆ ਜੀ ਕ੍ਰੀਏਟ ਕੀਤੀ ਹੋਈ ਹੈ ਗਰਾਸ ਰੂਟ ਤੇ ਡਿਫਰੈਂਟ ਤੇ ਇਹ ਮੁਸਲਮਾਨਾ ਦੀ ਨਸਲ ਖੁਸ਼ੀ ਦੇ এজেন্ডੇ ਨੂੰ ਲਾਗੂ ਕਰਨਗੇ ਸਿੱਖਾਂ ਦੇ ਨੂੰ ਕਰਨਗੇ ਬਾਹਰ ਮੁਖੀ ਜੋ ਮਰਜ਼ੀ ਕਹਿਣ ਸਿੱਖਾਂ ਦੀ ਤਾਰੀਫ ਕਰੀ ਜਾਣ ਅੰਦਰੂਨੀ ਤੌਰ ਤੇ ਇਹਨਾਂ ਦਾ ਜਿਹੜਾ ਐਨਾਲਿਸਿਸ ਹੈ ਜਾਂ ਇਹਨਾਂ ਦੀ ਐਨੂਅਲ ਰਿਪੋਰਟਸ ਨੇ ਬਿਲਕੁਲ ਉਹਨਾਂ ਦੇ ਵਿੱਚ ਕੀ ਆ ਰਿਹਾ ਔਰ ਪਿਛਲੇ ਦਿਨੀ ਆਰਐਸਐਸ ਨੇ ਜਿਹੜੀ ਆਪਣੀ 2023 ਦੀ ਰਿਪੋਰਟ ਇਦੇ ਸਾਰੀਆਂ ਡਿਵੈਲਪਮੈਂਟਸ ਦਾ ਜ਼ਿਕਰ ਹੁੰਦਾ ਕਿ ਮੁਲਕ ਚ ਕੀ ਹੋਇਆ ਕਿਵੇਂ ਫਿਰ ਉਹ ਕੁਝ 파ਟ ਤੋਂ ਉਹਦਾ ਰਿਪੋਰਟ ਦਾ ਕਨਫਿਡੈਂਸ਼ੀਅਲੀ ਹੁੰਦਾ ਜਿਹੜਾ ਉਹਨਾਂ ਦਾ ਐਨਾਲਿਸਿਸ ਤੋਂ ਬਾਅਦ ਉਹਨਾਂ ਦਾ ਕਨਕਲੂਜ਼ਨ ਹੁੰਦਾ ਕਿ ਉਹਨਾਂ ਨੇ ਅੱਗੋਂ ਆਪਣੇ ਵਰਕਰਾਂ ਨੂੰ ਕੀ ਨਿਰਦੇਸ਼ ਦੇਣਾ ਜਾਂ ਆਦੇਸ਼ ਦੇਣਾ ਪਰ ਇਸ ਤੇ ਵੀ ਜਿਹੜੀ ਉਹਨਾਂ ਦੀ 2023 ਦੀ ਰਿਪੋਰਟ ਸੀ ਉਹਦੇ ਚ ਉਹਨਾਂ ਨੇ ਜਦੋਂ ਪੰਜਾਬ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਫਾਰਮਰ ਮੂਵਮੈਂਟ ਹੈ ਇਹ ਸੈਪਰੇਟਿਜ਼ਮ ਨੂੰ ਵਧਾਵਾ ਦਿੰਦੀ ਹੈ ਅਲਗਾਵਵਾਦ ਨੂੰ ਡਿਸਰਪਟਿਵ ਹੈ ਡਿਸਰਪਟਿਵ ਹੁੰਦਾ ਹੈ ਕਿ ਬਈ ਇਹ ਸਿਸਟਮ ਨੂੰ ਤੋੜਨਾ ਚਾਹੁੰਦੇ ਹੈ ਔਰ ਇਹ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਇਹਨਾਂ ਦਾ ਹੋਣ ਦਾ ਮਤਲਬ ਇਹ ਹੈ ਕਿ ਬਈ ਇਹ ਡਿਸਰਪਟਿਵ ਫੋਰਸਸ ਨੇ ਜਦੋਂ ਇਹਨਾਂ ਕਿਨਾਂ ਦਾ ਐਨਾਲਿਸਿਸ ਹੁੰਦਾ ਫਿਰ ਉਹਨਾਂ ਦਾ ਇੱਕ ਹੋਰ ਜਿਹੜਾ ਮੋਰ ਪੜਕਾਉ ਗੱਲ ਕਰਨ ਵਾਲਾ ਕੋਈ ਸੰਨਿਆਸੀ ਜਾਂ ਸੰਿਆਸਣ ਹੁੰਦੀ ਹੈ ਉਹ ਫਿਰ ਉਹਨੂੰ ਪਾਕਿਸਤਾਨ ਨਾਲ ਜੋੜ ਦੇਗੀ ਜਾਂ ਦੂਜਾ ਉਹ ਸਟੈਪ ਉਹਨਾਂ ਨੇ ਰੱਖ ਲਿਆ ਹੁੰਦਾ ਹੈ ਸੋ ਉਹਦੇ ਤੋਂ ਇਹ ਜ਼ਾਹਰ ਹੋ ਜਾਣਾ ਚਾਹੀਦਾ ਹੈ ਵੀ ਜਿਨ੍ਹਾਂ ਨੂੰ ਇਹ ਕੋਈ ਆਸ ਜਾਂ ਕੋਈ ਉਮੀਦ ਹੋਏ ਕਿ ਭਾਈ ਕਿਸਾਨ ਮੂਵਮੈਂਟ ਵੱਖਰੀ ਹੈ ਤੇ ਬੰਦੀ ਸਿੰਘਾਂ ਦੀ ਵੱਖਰੀ ਹੈ ਤੇ ਜੇਕਰ ਨੂੰ ਕੋ ਖਾਲਸਤਾਨ ਦੀ ਗੱਲ ਕਰੇ ਤਾਂ ਨਹੀਂ ਇਹਨਾਂ ਦੇ ਲਈ ਭਾਵੇਂ ਪੱਗਾਂ ਉਸਾਰੀਆਂ ਕਿਸਾਨਾਂ ਨੇ ਹਰੀਆਂ ਬੰਨੀਆਂ ਹੋਈਆਂ ਹਮ ਪਰ ਇਹਨਾਂ ਦੇ ਲਈ ਹਰੀ ਨਹੀਂ ਹੈ ਉਹ ਇਹ ਕੇਸਰੀ ਹੈ ਇਹ ਨੀਲੀ ਹੈ ਇਹ ਖਾਲਸਤਾਨੀ ਹੈ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਇਹਨਾਂ ਦੀ ਐਨੂਅਲ ਰਿਪੋਰਟ 2023 ਦੀ ਕਹਿ ਰਹੀ ਹੈ ਕਿ ਕਿਸਾਨ ਮੂਵਮੈਂਟ ਜਿਹੜੀ ਹੈ ਇਹ ਸੈਪਰੇਟਿਸਟ ਹੈ ਸੈਪਰੇਟਿਜ਼ਮ ਨੂੰ ਵਧਾਵਾ ਦੇਣ ਵਾਲੀ ਹੈ ਔਰ ਡਿਸਰਪਟਿਵ ਇਸ ਤੀਆਂ ਜਿਹੜਾ ਉਹ ਨੂਆਨਸਸ ਨੇ ਔਰ ਇਸ ਦੇ ਉੱਤੇ ਇਵਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਿਹੜਾ ਹਾਲਾਂ ਖੁਦ ਇਹਨਾਂ ਦਾ ਕੀ ਟ੍ਰੈਕ ਰეკਡ ਹੈ ਕਿਸੇ ਨੂੰ ਕੋ ਭੁਲੇਖਾ ਨਹੀਂ ਹੈ ਔਰ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਫਲੇਜ਼ ਆਰਐਸਐਸ ਸਟੇਟਮੈਂਟ against farmers protest outfit had pointed to disruptive tendencies in state ke ji ta pan tod karn wali aur state nu todne wali line de utte aur kalla ehi nahi eh apne aap ch jinna nu dilchaspi hai further dekh sakde ne ke bhai rss ne sikh persecution da darwaza farmer movement nu suppress karan de naam te halle khula rakha aur jo khattar di police ne ਜਦ ਸਿਕਿਉਰਿਟੀ ਦਸਤਿਆਂ ਨੇ ਸ਼ੰਭੂ ਦੇ ਉੱਤੇ ਕੀਤਾ ਇਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇਹ ਕਿਵੇਂ ਆਰਐਸਐਸ ਦੇ ਡਾਇਰੈਕਟਿਵ ਦੇ ਉੱਤੇ ਹੀ ਸੀ ਕਿ ਭਾਈ ਐਤਕੀ ਇਹਨਾਂ ਨੂੰ ਸਬਕ ਸਿਖਾਓ ਔਰ ਉਹਨਾਂ ਨੇ ਕਿਵੇਂ ਸ਼ੰਭੂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰੋਨਸ ਰਾਈ ਜਿਹੜਾ ਇੱਕ ਡਰੋਨ ਇੱਕੋ ਸੈਕਿੰਡ ਦੇ ਵਿੱਚ ਕਿੰਨੇ ਕਿੰਨੇ 100 ਟੀਅਰ ਗੈਸ ਸ਼ੈੱਲ ਸੁੱਟਦਾ ਔਰ ਵਾਟਰ ਕੈਨਨਸ ਔਰ ਲਾਈਵ ਅਮੂਨੀਸ਼ਨ ਔਰ ਰਬਨ ਬੁਲਟਸ ਦੇ ਨਾਲ ਹੱਥ ਲੈ ਕਿੰਨਿਆਂ ਨੂੰ ਅੰਨੇ ਕੀਤਾ ਕਿੰਨਿਆਂ ਦੇ ਜੜੀਆਂ ਨੇ ਉਹ ਜ਼ਖਮੀ ਕੀਤਾ ਔਰ ਨਾਲ ਦੀ ਨਾਲ ਤੁਸੀਂ ਜਦੋਂ ਇਹਨਾਂ ਨੂੰ ਮਿਲਾ ਕੇ ਦੇਖੋਗੇ ਖਬਰਾਂ ਨੂੰ ਫਿਰ ਲੋਕ ਸਭਾ ਇਲੈਕਸ਼ਨ ਆਰ ਐਸ ਐਸ ਟੂ ਗੋ ਰੀਚ ਆਊਟ ਟੂ ਪੀਪਲ ਟੂ ਐਨਸ਼ੋਰ 100% ਵੋਟਿੰਗ ਸੰਗ ਕੇਮ ਇਨ ਕੰਟੈਕਟ ਵਿਦ 19.39 ਕਰੋੜ ਫੈਮਿਲੀਜ਼ ਡੂਰਿੰਗ ਰਾਈਸ ਡਿਸਟ੍ਰਿਬਿਊਸ਼ਨ ਕੈਂਪੇਨ ਅਹੈਡ ਆਫ ਰਾਮ ਟੈਂਪਲ ਕੰਸੀਕਰੇਸ਼ਨ ਇਹ ਗੱਲ ਨਹੀਂ ਕਿ ਜੀ ਰਾਮ ਟੈਂਪਲ ਚ ਜਿਹੜੀ ਪ੍ਰਤੀਸ਼ਠਾ ਪ੍ਰਾਣ ਪ੍ਰਤੀਸ਼ਠਾ ਕਰਨ ਤੋਂ ਪਹਿਲਾਂ ਜਿਹੜਾ ਕਈ ਜਿਹੜਾ ਰਾਈਸ ਡਿਸਟ੍ਰੀਬਿਊਸ਼ਨ ਕੈਂਪੇਨ ਸਰਕਾਰ ਨੇ ਕੀਤਾ ਆਲਮੋਸਟ 20 ਕਰੋੜ ਪਰਿਵਾਰਾਂ ਦੇ ਨਾਲ ਆਰਐਸਐਸ ਸੰਪਰਕ ਚ ਹੈ ਹੁਣ ਤੁਸੀਂ 20 ਕਰੋੜ ਦੇਖ ਲਓ ਉਹ ਆਲਮੋਸਟ ਉਹ ਸਾਰੇ ਵੋਟਰਾਂ ਦੀ ਗੱਲ ਹੀ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਉਹਨਾਂ ਨੇ ਇਹ ਸਾਰੇ ਦੇ ਉੱਤੇ ਗਰਾਊਂਡ ਦੇ ਉੱਤੇ ਉਹਨਾਂ ਉਹ ਕੰਮ ਕਰ ਰਹੇ ਨੇ ਤਾਂ ਕਿ ਮੈਕਸਿਮਮ ਲੋਕ ਵੋਟਰਾਂ ਦੇ ਹੀ ਨਿਕਲਣ 100% VOTING ਦੇ ਲਈ ਉਹਨਾਂ ਨੇ ਕਿਹਾ ਵੀ ਟੂ ਕ੍ਰੀਏਟ ਅਵੇਅਰਨੈਸ ਅਬਾਊਟ VOTING ਆਰਐਸਐਸ ਵੋਲੰਟੀਅਰਸ ਵਿਲ ਗੋ ਡੋਰ ਟੂ ਡੋਰ ਟੂ ਰਿਕਵੈਸਟ ਪੀਪਲ ਟੂ ਫ੍ਰੈਂਚਾਈਜ਼ ਥੇਅਰ ਇਲੈਕਟਰਲ ਰਾਈਟਸ ਹੁਣ ਕਹਿਣਾ ਇੱਕ ਇੱਕ ਕਰਾਊਡ ਲੈ ਦੇਖੋ ਜੀ ਅਸੀਂ ਅਵੇਅਰਨੈਸ ਪੈਦਾ ਕਰ ਰਹੇ ਹਾਂ ਕਿ ਲੋਕ ਵੋਟ ਪਾਉਣ ਪਰ ਇਹ ਜਿਹੜਾ ਸਾਰਾ ਹੀ ਕੈਂਪੇਨ ਹੈ ਲੋਕਾਂ ਤੱਕ ਜਿੱਥੇ ਉਹਨਾਂ ਨੂੰ ਲੋੜ ਹੋਏਗੀ ਉੱਥੇ ਥ੍ਰੈਟ ਕਰਨਗੇ ਮੁਸਲਮਾਨਾਂ ਦੇ ਮਹੱਲੇ ਜਾਂ ਚ ਕਹਿਣਗੇ ਖਬਰਦਾਰ ਵੋਟ ਪਾਣ ਨਹੀਂ ਨਿਕਲੇ ਹੂੰ ਦੂਸਰੇ ਪਾਸੇ ਕਹਿਣਗੇ ਕਿ ਜੀ ਇਹ ਜੇ ਤੁਹਾਡੇ ਸਾਨੂੰ ਸਭ ਪਤਾ ਲੱਗ ਜਾਂਦਾ ਵੀ ਤੁਹਾਡੇ ਇਲਾਕੇ ਚ ਵੋਟ ਸਾਨੂੰ ਪਈ ਹੈ ਕਿ ਨਹੀਂ ਤੇ ਅਗਲੀ ਵਾਰੀ ਤੁਹਾਡੇ ਘਰਾਂ ਨੂੰ ਬੁਲਡੋਜ਼ ਕਰਾਂਗੇ ਔਰ ਇਹ ਉਹਨਾਂ ਦਾ ਖੁਦ ਕਹਿਣਾ ਹੈ ਕਿ ਹੀ ਫਰਦਰ ਇਨਫਾਰਮਡ That total of nineteen point thirty nine crore families came in contact with RSS during the Akshaf sacred rice distribution campaign before the inauguration of Ram Tamran Ayodhya, which took place in, on January 22nd. The enthusiastic response and reception received by the campaign reassured, reassured our faith in the people. Or Har Pandra. 1 ਲੱਖ 1.5 ਲੱਖ ਤੋਂ 1 ਲੱਖ ਨਾ ਹਰ ਸਾਲ ਹਰ ਹੀ ਐਡਿਡ ਐਵਰੀ ਈਅਰ 15000 ਟੂ 17000 ਯੰਗ ਇੰਡੀਵਿਜੂਅਲਸ ਪਾਰਟਿਸਿਪੇਟ ਇਨ ਦਾ ਆਰਐਸਐਸ ਟ੍ਰੇਨਿੰਗ ਪ੍ਰੋਗਰਾਮ ਥੈਟ ਆਰ categories ਇਨ ਵੇਰੀਅਸ ਵਰਕਸ 15 ਤੋਂ 17000 ਨਵੇਂ ਵਲੰਟੀਅਰ ਹਰ ਸਾਲ ਸਾਨੂੰ ਮਿਲਦੇ ਨੇ ਮੋਰ ਥੈਨ 1 ਲੱਖ ਰਿਕਵੈਸਟਸ ਟੂ ਜੁਆਇਨ ਦਾ ਆਰਐਸਐਸ ਔਰ ਕੰਟੀਨਿਊਸਲੀ ਕਮਿੰਗ ਔਨ ਦ ਆਰਗੇਨਾਈਜੇਸ਼ਨਸ ਵੈਬਸਾਈਟ ਕਿ ਪਿਛਲੇ 7 ਸਾਲ ਤੋਂ 1 ਲੱਖ ਬੇਨਤੀਆਂ ਜਾਂ ਰਿਕੁਐਸਟ ਸਾਨੂੰ ਆਉਂਦੀਆਂ ਨੇ ਰੋਜ਼ਾਨਾ ਕਿ ਅਸੀਂ ਆਰਐਸਐਸ ਜੁਆਇਨ ਕਰਨਾ ਹੈ ਔਰ ਉਹਨਾਂ ਨੇ ਕਿਹਾ ਵੀ ਜਦੋਂ ਦਾ ਇਹ ਜਨਵਰੀ ਔਰ ਫਰਵਰੀ 2024 ਦੇ ਵਿਚਾਲੇ ਇਹ ਜਿਹੜੀ ਗਿਣਤੀ ਜਦੋਂ ਰਾਮ ਟੈਂਪਲ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਗਿਣਤੀ ਦੁੱਗਣੀ ਹੋ ਗਈ ਹੈ ਔਰ ਅੱਗੇ ਪੂਰਾ ਵੇਰ ਵੇਖ ਕੇ ਜੀ ਸਾਡਾ ਕਿੰਨਾ ਲੰਬਾ ਚੌੜਾ ਦਾਇਰਾਕਾਰ ਹੈ ਹੁਣ ਇੱਕ ਪਾਸੇ ਅਸੀਂ ਦੇਖ ਰਹੇ ਆਂ ਵੀ ਆਰਐਸਐਸ ਦੀ ਇਨਰ ਰਿਪੋਰਟ ਜਿਹੜੀ ਹੈ ਉਹ ਕਿਸਾਨ ਮੂਵਮੈਂਟ ਨੂੰ ਵੀ ਖਾਲਸਤਾਨੀ ਮੂਵਮੈਂਟ ਦੱਸ ਰਹੀ ਹੈ ਇਹ ਇੰਡੀਕੇਸ਼ਨ ਹੈ ਵੀ ਇਹ ਸਿੱਖਾਂ ਨੂੰ ਟਾਰਗੇਟ ਤੇ ਰੱਖੋ ਭਾਵੇਂ ਕਿਸਾਨ ਮੂਵਮੈਂਟ ਇਹਨੂੰ ਦਬਬ ਦਿਓ ਕਿਉਂਕਿ ਇਹਦੇ ਚੋਂ ਹੀ ਜਿਹੜੀਆਂ ਨੇ ਉਹ ਖਾਲਸਤਾਨ ਦੀਆਂ ਜੜ੍ਹਾਂ ਲੁਕੀਆਂ ਹੋਈਆਂ ਨੇ ਦੂਸਰੇ ਪਾਸੇ ਮੁਸਲਮਾਨਾ ਦੇ ਖਿਲਾਫ ਉਹਨਾਂ ਨੇ ਜੋ ਅੰਦਰੂਨੀ ਪ੍ਰੋਪਾਗੈਂਡਾ ਜਾਂ ਚਾਲੀ ਰਿਹਾ ਹੈ ਤੁਸੀਂ ਇਹਨਾਂ ਦੀ ਦਿਲਵੰਦੀ ਦੇਖੋ ਹੁਣ ਭਾਰਤ ਦੇ ਵਿੱਚ ਕੋਈ ਅਮਰੀਕਾ ਕੈਨੇਡਾ ਦੇ ਗੋਰੇ ਤਾਂ ਪੜਨ ਨਹੀਂ ਜਾਂਦੇ ਬਿਲਕੁਲ ਜਿਹੜੇ ਅਫਰੀਕਨ ਕੰਟਰੀਜ਼ ਨੇ ਜਾਂ ਸੈਂਟਰਲ ਏਸ਼ੀਅਨ ਜਾਂ ਦੂਜੇ ਮਿਡਲ ਈਸਟ ਦੇ ਉਹ ਸਟੂਡੈਂਟ ਜਾਂਦੇ ਨੇ ਹੁਣ ਗੁਜਰਾਤ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਆ ਆਲਮੋਸਟ 300 ਸਟੂਡੈਂਟ ਨੇ ਇੰਟਰਨੈਸ਼ਨਲ ਉਹਨਾਂ ਦੇ ਵਿੱਚ ਜਿਹੜੇ ਮੁਲਕਾਂ ਦੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਅਜ਼ਰਬਾਈਜ਼ਾਨ ਅਫਗਾਨਿਸਤਾਨ ਸ਼੍ਰੀਲੰਕਾ ਔਰ ਕੁਝ ਅਫਰੀਕਨ ਕੰਟਰੀਜ਼ ਦੇ ਹੁਣ ਜ਼ਾਹਰ ਹੈ ਕਿ ਵੀ ਅਜ਼ਰਬਾਈਜ਼ਾਨ ਜਾਂ ਕਜ਼ਾਕਿਸਤਾਨ ਜਾਂ ਦੂਸਰਿਆਂ ਦੇ ਤੋਂ ਮੁਸਲਮਾਨ ਸਟੂਡੈਂਟ ਹੀ ਹੋਣਗੇ ਉਹ ਅੱਜ ਕੱਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਸੋ ਉਹਨਾਂ ਨੇ ਸ਼ਾਮ ਨੂੰ ਆਪਣੇ ਰੋਜ਼ੇ ਤੋਂ ਬਾਅਦ ਹੋਸਟਲ ਦੇ ਵਿੱਚ ਕਿਉਂਕਿ ਕੋਈ ਮਸਜਿਦ ਤਾਂ ਹੈ ਨਹੀਂ ਉੱਥੇ ਨੇੜੇ ਸੋ ਇਹ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜਾ ਗੁਜਰਾਤ ਯੂਨੀਵਰਸਿਟੀ ਦਾ ਹੈ ਪ੍ਰੋਪਰ ਅਹਮਦਾਬਾਦ ਦੇ ਵਿੱਚ ਹੋਸਟਲ ਦੇ ਵਿੱਚ ਉਹ ਉਹਦੇ ਲਾਨ ਦੇ ਵਿੱਚ ਆਪਣੀ ਜਿਹੜੀ ਹੈ ਉਹ ਰੋਜ਼ਾ ਖੋਲ ਕੇ ਨਮਾਜ਼ ਅਦਾ ਕਰ ਰਹੇ ਸੀ ਤੇ ਬਾਹਰੋਂ ਹਿੰਦੂਆਂ ਦੀ ਇੱਕ ਵੱਡੀ ਭੀੜ ਨੇ ਉਹਨਾਂ ਤੇ ਹਮਲਾ ਕੀਤਾ ਬਹੁਤਿਆਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਔਰ ਇਹ ਜਿਹੜਾ ਖਬਰ ਇਕਦਮ ਇੰਟਰਨੈਸ਼ਨਲ ਖਬਰ ਬਣੀ ਇਹਨਾਂ ਨੂੰ ਫਿਕਰ ਵੀ ਪਿਆ ਕਿ ਜੀ ਇਹ ਤਾਂ ਇੰਟਰਨੈਸ਼ਨਲ ਇਨਾ ਮੁਲਕਾਂ ਦੇ ਸਟੂਡੈਂਟ ਨੇ ਜੀ ਔਰ ਇਹ ਉਹਨਾਂ ਨੇ ਕਿਹਾ ਜਿਸੀ ਸੱਤ ਟੀਮਾਂ ਬਣਾਤੀਆਂ ਉਹ ਸ਼ਨਾਖਤ ਕਰਨਗੇ ਪਰ ਮੈਂ ਇਹ ਸਾਰੀ ਲੰਬੀ ਚੌੜੀ ਖਬਰ ਵੀਕਐਂਡ ਦੀ ਸੀ ਪਰ ਤੁਸੀਂ ਜਿਹੜਾ ਵਾਈਸ ਚਾਂਸਲਰ ਹੈ ਗੁਜਰਾਤ ਯੂਨੀਵਰਸਿਟੀ ਦਾ ਉਹਦੀ ਸਟੇਟ ਉਹਦਾ ਨਾਮ ਡਾਕਟਰ ਨੀਰਜਾ ਗੁਪਤਾ ਹੈ ਉਹ মিডিਆ ਨੂੰ ਕਹਿ ਰਿਹਾ ਕਿ देयर ਵਾਸ ਸਮ ਟੈਂਸ਼ਨ ਬੀਟਵੀਨ ਦੋਜ਼ ਇਨ ਦ ਮੌਬ ਐਂਡ ਸਮ ਓਵਰਸੀਜ਼ ਸਟੂਡੈਂਟ ਹਮ ਇਹ ਇਹ ਚੱਲ ਰਹੀ ਸੀ ਥੋੜੀ ਬਹੁਤ ਟੈਂਸ਼ਨ ਹੈ ਐਸਕੇਲੇਟ ਹੋ ਗਈ ਹੁਣ ਕਹਿ ਕੀ ਰਿਹਾ ਉਹ these are foreign students uh -huh. and when you go abroad you must learn cultural sensitivity uh -huh. ke ji dekho ye students jare na inna nu pata hi nahi ke hinduan di cultural sensitivity tusi hinduan de samne namaz nahi pad sakde uh -huh. ke bhi inna di training di load hai oh ye keh reha these are foreign students when you go abroad you must learn cultural sensitivity these students need an orientation ke uh -huh. inna di orientation di load hai we will sit with them ਉਹ ਹਸਪਤਾਲ ਚ ਪਏ ਹੋਏ ਨੇ ਜ਼ਖਮੀ ਬੁਰਾ ਹਾਲ ਉਹਨਾਂ ਦਾ ਕੀਤਾ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਐਂਡ ਪ੍ਰੋਵਾਈਡ ਕਲਚਰਲ ਔਰੀਐਂਟੇਸ਼ਨ ਐਂਡ ਡਿਸਕਸ ਹਾਊ ਟੂ ਸਟਰੈਂਥਨ देयर ਸਿਕਿਉਰਟੀ ਵੀ ਇਹ ਜਦੋਂ ਹੋ ਗਏ ਅਸੀਂ ਨਾਲ ਬੈਠ ਕੇ ਇਹਨਾਂ ਨੂੰ ਸੈਂਸਿਟੀਵਿਟੀ ਸਿਖਾਵਾਂਗੇ ਕਲਚਰਲ ਔਰ ਦੂਸਰਾ ਹੈ ਖਾਲਾ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਫੋਰਨ ਨੇ ਕਿਹਾ ਜੀ ਅਸੀਂ ਕਮੇਟੀ ਬਣਾਤੀ ਹੈ ਅਸੀਂ ਸਟੂਡੈਂਟ ਫੜਾ ਜਿਹੜੇ ਬਾਹਰ ਲੈਨੇ ਉਹ ਬਾਹਰ ਸਟੂਡੈਂਟ ਵੀ ਨਹੀਂ ਜਿਨ੍ਹਾਂ ਨੇ ਅਟੈਕ ਕੀਤਾ ਸੋ ਇਹ ਹੈ ਕਿਉਂਕਿ ਇਹਨਾਂ ਨੇ ਇਹਨਾਂ ਦੋਨਾਂ ਨੂੰ ਜੇ ਸਿੱਖਾਂ ਨੂੰ ਕਿਸਾਨਾਂ ਦੇ ਨਾਲ ਤੇ ਕਿਸਾਨ ਡਿਸਰਪਟਿਵ অর ਸੈਪਰੇਟਿਸਟ ਨੇ ਇਸ ਚੁੱਲੇ ਨੂੰ ਵੀ ਮਗਦਾ ਰੱਖਣਾ ਮੁਸਲਮਾਨਾ ਵਾਲਾ ਤੇ ਰੱਖਿਆ ਹੀ ਹੋਇਆ ਤੇ ਕਿਨੂੰ ਉਹਨਾਂ ਨੇ ਅਲਟੀਮੇਟਲੀ ਭਾਂਬੜ ਬਣਾਣਾ ਹੈ ਉਹ ਜੋ-ਜੋ ਉਹਨਾਂ ਇਲੈਕਸ਼ਨ ਤੇ ਅਨਾਉਂਸ ਹੋ ਗਏ ਉਹ ਸਿਸਟਮੈਟਿਕਲੀ ਹੋਣਗੇ ਕਈ ਹਫ਼ਤੇ ਕਦੇ ਇੱਧਰ ਕਦੇ ਉੱਧਰ ਉਹ ਜਿਹੜਾ ਉਸ ਤੇ ਲਈ ਇਹ ਪੋਲਰਾਈਜੇਸ਼ਨ ਵਾਲਾ ਪਾਰਟ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਹਿੰਸਕ ਰੂਪ ਦੇ ਵਿੱਚ ਇਸ ਨੂੰ ਵਧਾ ਦੇਖ ਸਕਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਅੰਬਰੇਕ ਫਿਊਰਜ਼ ਤੁਸਨ ਇਤਨੇ ਬੜੇ ਨਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 ਕਾਲ FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਹੋਰ ਜਾਣਕਾਰੀ ਲਈ ਦੇਖੋ fbi.gov forward/tnr ਜੇਕਰ ਤੁਸੀਂ ਤਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਨੌ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨ ਨੂੰ ਕਾਇਮ ਰੱਖਣਾ ਹੈ ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੇ ਪੈ ਰਹੇ ਆ ਤੁਹਾਡੇ ਚੱਕਲੇ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸ ਸੋਲਦਾ ਹੈ ਤਾ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ ਬਾਬ ਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫਾਰ ਅ ਸਮਾਲ ਫੀ ਨੋ ਕੰਟਰੈਕਟ ਨੋ ਰਿਜ਼ਰਵ ਐਂਡ ਨੋ ਹਿਡਨ ਫੀਸ ਅੱਜ ਹੀ ਕਾਲ ਕਰੋ ਬਾਬ ਟੇਲ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 B84 ਅਗੇਨ 410 204 ਸਾਪੂਪੁਰ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਸਰਕਾਰੀ ਮੌਤ ਪੀਜ਼ ਅਖਬਾਰ ਗਲੋਬਲਸ ਟਾਈਮਜ਼ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਉਂਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਵੋਟਾਂ ਲੈਣ ਲਈ ਚੀਨ ਵਿਰੋਧੀ ਪ੍ਰੋਪਾਗੈਂਡਾ ਨਾ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਲੈਣ, ਸੁਣ ਲੈਣ, ਲਿਖਣ ਲੈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਦਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਅ ਦੇਖੋ ਜਦੋਂ ਅਸੀਂ ਗਲੋਬਲ ਟਾਈਮਜ਼ ਦਾ ਜ਼ਿਕਰ ਕਰਦੇ ਹਾਂ ਦ ਗਲੋਬਲ ਟਾਈਮਸ ਚਾਈਨਾ ਦੀ ਮੁੱਖ ਪਬਲਿਕੀਸ਼ਨ ਹੈ ਜੀ ਜਿਸ ਦਾ ਮਤਲਬ ਚਾਈਨੀਜ਼ ਕਮਿਊਨਿਸਟ ਪਾਰਟੀ ਹੈ ਹਮ ਚਾਈਨੀਜ਼ ਕਮਿਊਨਿਸਟ ਪਾਰਟੀ ਦਾ ਮਤਲਬ ਹੈ ਪ੍ਰੈਜ਼ੀਡੈਂਟ ਸ਼ੀ ਇਜ਼ ਇਨ ਪਿੰਗ ਉਹਨਾਂ ਦੀ ਰੂਲਿੰਗ ਪਾਰਟੀ ਹਮ ਸੋ ਚਾਈਨੀਜ਼ ਦਾ ਸਟਾਈਲ ਬਹੁਤ ਵਾਰ ਜਿਹੜਾ ਉਹ ਬਹੁਤੇ ਦਾਅਵੇ ਨਹੀਂ ਕਰਦੇ ਆਪਣੇ ਐਕਸ਼ਨ ਦੇ ਨਾਲ ਉਹ ਸਾਬਤ ਕਰਦੇ ਨੇ ਪਰ ਜਦੋਂ ਕਿਸੇ ਇਸ਼ੂ ਦੇ ਉੱਤੇ ਉਹਨਾਂ ਦਾ ਦਾਵਾ ਵੀ ਹੋਏ ਇਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਬਹੁਤ ਖਫਾ ਨੇ ਜਵੇਂ ਜਦੋਂ ਇਸ ਇਲੈਕਸ਼ਨ ਕੈਂਪੇਨ ਜਿਹੜਾ ਹੁਣ ਚੱਲ ਰਿਹਾ ਇਸ ਦੇ ਦੌਰਾਨ ਮੋਦੀ ਜਿਹੜਾ ਔਰਨਾਚਲ ਪ੍ਰਦੇਸ਼ ਗਿਆ ਤੇ ਚਾਈਨਾ ਨੇ ਫੋਰਨ ਇੰਡੀਆ ਨੂੰ ਰਿਬਿਊਕ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਇਹ ਸਾਡੀ ਟੈਰੀਟਰੀ ਹੈ ਮਤ ਐਸਾ ਕਰੋ ਰੇ ਦੂਸਰੀ ਵਾਰੀ ਉਹਨਾਂ ਨੇ ਅਗੇਨ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਟੇਟਮੈਂਟ ਫੇਰ ਦਿੱਤੀ ਹੈ ਕਿ ਵੀ ਇਹ ਪੜਕਾਟ ਦੀ ਕੋਸ਼ਿਸ਼ ਨਾ ਕੀਤੀ ਜਾਏ। ਅੱਛਾ। ਹੁਣ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਭਾਰਤ ਦੇ ਵਿੱਚ ਇੱਕ ਤਬਕਾ ਜਿਨ੍ਹਾਂ ਦੇ ਵਿੱਚ ਈਵਨ ਆਰਐਸਐਸ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਸ਼ਾਮਲ ਨੇ। ਉਹਨਾਂ ਦਾ ਸਿੱਧਾ ਇਲਜ਼ਾਮ ਹੈ ਕਿ ਚਾਈਨਾ ਦੇ ਨਾਲ ਮੋਦੀ ਦੇ ਜਿਹੜੇ ਨੇ ਉਹ ਇੰਟਰਸਟ ਜੁੜੇ ਹੋਏ ਨੇ। ਉਰੇ ਹੀ ਕਾਰਨ ਹੈ ਕਿ ਮੋਦੀ ਨੇ ਕਦੇ ਵੀ ਆਪਣੇ ਮੂੰਹ ਚਾਈਨਾ ਨੂੰ ਹਮਲਾਵਰ ਨਹੀਂ ਦੱਸਿਆ ਚਾਈਨਾ ਦਾ ਨਾਂ ਲੈਣ ਤੋਂ ਵੀ ਕੰਨ ਭੰਦੇ ਨੇ ਔਰ ਇਸ ਸਾਰੇ ਨੂੰ ਜਿਹੜਾ ਇਹ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਉਦੋਂ ਵੀ 4-5 ਵਾਰ ਉਹ ਚਾਈਨਾ ਗਿਆ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕੰਨੀ ਵਾਰ ਗਿਆ ਸ਼ੀਜ਼ਨ ਪਿੰਗ ਨੂੰ ਝੂਲਾ ਚਲਾਇਆ ਔਰ ਇਸ ਸਭ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਈਵਨ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਸਾਰੇ ਪੀਰੀਅਡ ਚ ਇੱਕ ਪਾਸੇ ਆਪਣੇ ਡੋਮੈਸਟਿਕ ਲੋਕਾਂ ਨੂੰ ਦੱਸਣ ਦੇ ਲਈ ਕਿ ਜੀ ਅਸੀਂ ਤਾਂ ਦੇਖੋ ਚਾਈਨਿਸ ਐਪ ਉਹਦੇ ਉੱਤੇ پابندੀਆਂ ਲਾਤੀਆਂ ਸੀ ਦੂਸਰੇਆ ਪਰ ਹਰ ਸਾਲ ਹੁਣ 2020 ਦੇ ਵਿੱਚ ਗਲਵਾਨ ਦਾ ਕਲੈਸ਼ ਹੁੰਦਾ ਜਿਹੜਾ ਜੂਨ ਦੇ ਵਿੱਚ ਜ਼ਿਆਦਾ ਹੁੰਦਾ ਮਈ ਤੋਂ ਸ਼ੁਰੂ ਹੋ ਜਾਂਦਾ ਜਿੱਦੇ ਵਿੱਚ 20 ਭਾਰਤੀ ਫੌਜੀ ਮਾਰੇ ਜਾਂਦੇ ਨੇ 15 ਦੇ ਕਰੀਬ ਪ੍ਰिजनਰ ਆਫ ਵਾਰ ਜਿਨ੍ਹਾਂ ਨੂੰ ਚਾਈਨਾ ਬਾਅਦ ਦੇ ਵਿੱਚ ਛੱਡ ਦਿੰਦਾ ਵਿਦ ਗ੍ਰੇਸ ਕਿ ਵੀ ਜਾਓ ਜਾਓ ਔਰ ਉਹਦੇ ਤੋਂ ਬਾਅਦ ਅਸੀਂ ਜੇ ਇਹਨਾਂ ਫਿਗਰਸ ਨੂੰ ਹੀ ਦੇਖੀਏ ਕਿ ਚਾਈਨਾ ਇੰਡੀਆ ਇਕਨੋਮਿਕਲ ਟ੍ਰੇਡ 220 ਤੋਂ 223 ਤੱਕ ਕਿਉਂਕਿ 24 ਤਾਜ ਇਹ ਉਹਦਾ ਪਹਿਲਾ ਕੁਆਟਰ ਹੈ ਬਹੁਤ ਤੇਜ਼ੀ ਦੇ ਨਾਲ ਵਧੀ ਹੈ ਔਰ ਇਸ ਵੜੇ ਚਾਈਨਾ ਇੰਡੀਆ ਬਾਈਲੈਟਰਲ ਟ੍ਰੇਡ ਵੋਲਿਊਮ ਹੈ ਉਹ 136.22 ਬਿਲੀਅਨ ਹੈ ਹੂੰ ਪਿਛਲੇ ਸਾਲ ਨਾਲੋਂ ਵੀ ਜਿਹੜਾ 2022 ਚ ਸੀ ਉਹਦੇ ਨਾਲੋਂ ਵੀ 1.5% ਇਨਕਰੀਜ਼ ਹੁਣ 136.22 ਦਾ ਮਤਲਬ 137 ਬਿਲੀਅਨ ਡਾਲਰ ਦਾ ਚਾਈਨਾ ਵਰ ਪਰ ਦਾ ਟ੍ਰੇਡ ਹੈ ਹੁਣ ਜੇ ਚਾਈਨਾ ਇਨੀ 호ਸਟਿਲਟੀ 호ਸਟਾਈਲ ਕੰਟਰੀ ਹੈ ਜਿਹਦੀ 50000 ਫੌਜ ਜਿਹਨੂੰ ਤੁਸੀਂ ਲਦਾਖ ਤੇ ਇੰਡੀਆ ਨੇ ਲਾਈ ਹੋਈ ਹੈ 10000 ਹੋਰ ਐਲਓਸੀ ਤੋਂ ਮੂਵ ਕਰਕੇ ਐਲੇ ਤੇ ਜਿਹੜੀ ਐ ਲਾਈਨ ਤੇ ਲਾਈ ਹੈ ਤੁਸੀਂ ਆਪਣੇ ਲੋਕਾਂ ਦੇ ਵਿੱਚ ਚੀਨ ਚਾਈਨਿਸ ਚੀਜ਼ਾਂ ਦੇ ਬਾਈਕਾਟ ਦੀ ਕਾਲ ਵੀ ਦਿੱਤੀ ਹੋਈ ਸੀ ਨਾ ਇਮੀਡੀਏਟ RSS ਦੀਆਂ ਆਊਟਫਿਟਸ ਨਹੀਂ ਦਿੰਦੀ ਪਰ ਇਹ ਚੰਗਾ ਬਾਈਕਾਰਟ ਹੈ ਬਾਈਕਾਰਟ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਵੀ ਉਹ ਜਵੇਂ ਹੁੰਦਾ ਹੈ ਕਿ ਜੇ ਮੰਤਰ ਪੁੱਠਾ ਪੈ ਗਿਆ ਕਿ ਵੀ ਤੁਸੀਂ ਟ੍ਰੇਡ ਵਧਾਉਣੀ ਹੈ ਹੁਣ 136.22 ਬਿਲੀਅਨ ਦੀ ਟ੍ਰੇਡ ਹੈ ਔਰ ਇਹ ਜਿਹੜੀਆਂ ਇਹਦੇ ਚ 117.68 ਬਿਲੀਅਨ ਜਿਹੜਾ ਹੈ ਉਹ ਚਾਹੇ ਉਹ ਚਾਈਨਾ ਜਿਹੜਾ ਇੰਡੀਆ ਨੂੰ ਐਕਸਪੋਰਟ ਕਰਦਾ ਜਿਹੜਾ ਇਹੀ ਨਹੀਂ ਵੀ ਦੋਨੋਂ ਜਦੋਂ ਟ੍ਰੇਡ ਹੁੰਦਾ ਉਹਦਾ ਮਤਲਬ ਦੋਨਾਂ ਦਾ ਵਪਾਰ ਹੁਣ ਉਹਦੇ ਚ ਕੱਲਾ 136.2 ਬਿਲੀਅਨ ਚੋਂ 117.6 ਬਿਲੀਅਨ ਚੀਨ ਦਾ ਸਾਮਾਨ ਭਾਰਤ ਦੀ ਮਾਰਕੀਟ ਦੇ ਵਿੱਚ ਆਉਂਦਾ ਹੈ ਔਰ ਪਿਛਲੇ ਸਾਲ ਨਾਲੋਂ ਵੀ ਇਹ 0.8% ਵਧਿਆ ਹੈ ਜਦੋਂ ਕਿ ਇੰਡੀਆ ਦੀ ਸਿਰਫ ਜਿਹੜੀ ਹੈ 18.54 ਬਿਲੀਅਨ ਦਾ ਸਬਾਨ ਚੀਨ ਦੇ ਵਿੱਚ ਜਾਂਦਾ ਹੈ ਇਹ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਟ੍ਰੇਡ ਡੈਫਿਸਿਟ ਹੈ ਚਾਈਨਾ ਔਰ ਪਾਰੰਦਾ ਜੀ ਹੁਣ ਇਸ ਸਭ ਦੇ ਬਾਵਜੂਦ ਜੇ ਚਾਈਨਾ ਦੇ ਅਫੀਸ਼ੀਅਲ ਮਾਉਥਪੀਸ ਗਲੋਬਲ ਟਾਈਮਜ਼ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਹੈ ਸਿਆਸੀ ਤਰ੍ਹਾਂ ਨੂੰ ਕਿਉਂਕਿ ਮੋਦੀ ਤਾਂ ਬੋਲਦਾ ਨਹੀਂ ਹੈ ਲੇਕਿਨ ਕਿਉਂਕਿ ਰਾਹੁਲ ਗਾਂਧੀ ਜਾਂ ਉਹਨਾਂ ਦਾ ਇੰਡੀਆ ਬਲੌਕ ਜਾਂ ਦੂਜੇ ਉਹ ਤਾਂ ਕਹਿ ਰਹੇ ਨੇ ਕਿ ਵੀ ਇਹਨਾਂ ਨੇ ਚਾਈਨਾ ਬਾਰੇ ਕਿਉਂ ਮੂੰਹ ਬੰਦ ਰੱਖਿਆ ਹੋਇਆ ਹੈ ਔਰ ਇਹ ਇਹਨਾਂ ਦਾ ਕੀ ਇੰਟਰਸਟ ਹੈ ਇੰਟਰਸਟ ਆ ਜੇ ਉਹ ਸੁਬ੍ਰਹਮਣਯ ਸੁਆਮੀ ਕਹਿੰਦਾ ਹੈ ਮੈਨੂੰ ਪਤਾ ਹੈ ਵੀ ਕੀ ਇੰਟਰਸਟ ਹੈ ਜੇ ਮੈਂ ਮੂੰਹ ਖੋਲਿਆ ਇਹ ਤਾਂ ਜਾਏਗਾ ਹੀ ਜਾਏਗਾ ਪਾਰਟੀ ਦਾ ਨੁਕਸਾਨ ਹੋਏਗਾ ਭਾਜਪੀ ਦਾ ਔਰ ਮੈਂ ਕਿਉਂਕਿ ਲਾਇਲ ਵਰਕਰ ਹੈ ਭਾਜਪੀ ਦਾ ਇਸ ਲਈ ਮੈਂ ਸੋ ਮਤਲਬ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ देयर इज ਮੋਰ ਥੈਨ ਵਨ ਮੀਟਸ ਦਾ ਆਈ ਇਹ ਉਹਨਾਂ ਦੇ ਹੀ ਕਹਿਣ ਮੁਤਾਬਕ ਔਰ ਇਹ ਮੇਨ ਖਬਰ ਜਿਹੜੀ ਗਲੋਬਲ ਟਾਈਮਜ਼ ਨੇ ਲਾਈ ਜਿਹਦਾ ਟਾਈਟਲ ਦਿੱਤਾ ਹੈ ਐਂਟਾਈ ਚਾਈਨਾ ਸੈਂਟੀਮੈਂਟ ਮਸਟ ਬੀ ਅਵੋਇਡਡ being exacerbated to gain votes during india's election season ke bhai khabardar ye china virodhi jada prachar hai sentiment hai nu avoid karna hai vota land ye kam na karna pehla ta veer veh ke ji election seven phase general election ho rahi hai aur is de vich galwan valley to baad ye pehli election hai 2020s hui aur unhone kaha ke bhai ye is wade ਇੰਪੋਰਟੈਂਟ ਡੈਸਟੀਨੇਸ਼ਨ ਵੀ ਹੈ ਇੰਡੀਆ ਜਿੱਥੇ ਚਾਈਨੈਸ ਇਨਵੈਸਟਰ ਵੀ ਨੇ ਮੋਬਾਈਲ ਫੋਨ ਕੰਪਨੀਆਂਜ਼ ਨੇ ਔਰ ਇਹ ਸਾਰੇ ਦੇ ਚੱਲਦੇ ਆ ਵਪਾਰ ਵੀ ਜਿਹੜਾ ਹੈ ਚਾਈਨਾ ਦਾ ਦੇ ਨਾਲ ਜਿਹੜਾ ਵਧਿਆ ਇੰਡੀਆ ਦਾ ਔਰ ਇਹ ਇੰਡੀਆ ਨੂੰ ਫਿਕਰ ਵੀ ਹੈ ਜੀ ਟ੍ਰੇਡ ਡੈਫਿਸਿਟ ਕਿਉਂ ਹੈ ਪਰ ਉਹਨਾਂ ਨੇ ਕਿਹਾ ਵੀ ਅਵਰ ਫੀਅਰ ਧੇਰਫੋਰ ਇਜ਼ ਥੈਟ ਦਾ ਇੰਡੀਅਨ ਮੀਡੀਆ ਵਿਲ ਯੂਜ਼ ਸੈਂਸਿਟਿਵ ਪੁਆਇੰਟਸ ਸਚ ਐਜ਼ ਚਾਈਨਾ to build momentum for the side the support like what they have done in the past hmm. the candidates will also use china related issues to round up more votes ke china nu nishana banaya jayega aur unhone kaha bhi is tarah na karna kyunki assi is wade saadi stable stage hai both side are trying to make progress in boundary negotiations bichhade nahi ne sarad de assi dono sides kar rahe hain ਔਰ ਇਸ ਦੇ ਉੱਤੇ इवन ਉਹਨੇ ਫਿਰ ਇੰਡੀਆ ਟੁਡੇ ਨੂੰ ਕੋਟ ਕੀਤਾ ਕਿ ਜੀ ਉਹਨੇ ਫੋਰਨ ਮਿਨਿਸਟਰ ਐਸ ਜੀ ਸ਼ੰਕਰ ਨੇ 12 ਮਾਰਚ ਨੂੰ ਕਿਹਾ ਸੀ ਕਿ ਜਿਹੜੀਆਂ ਨੇ ਇਹ ਟੈਂਸ਼ਨਸ ਇੰਡੀਆ ਔਰ ਚਾਈਨਾ ਦੇ ਵਿੱਚ ਘਾਰੇ which has not benefited either nation ਇਹ ਦੋਨਾਂ ਮੁਲਕਾਂ ਚ ਕਿਸੇ ਦੇ ਹੱਕ ਚ ਨਹੀਂ ਪਰ ਉਹਨਾਂ ਨੇ ਕਿਹਾ ਵੀ ਫਿਰ ਵੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿਉਂਕਿ ਜਨਰਲ ਇਲੈਕਸ਼ਨ ਆ ਰਹੀ ਹੈ ਕਿ ਇਹ ਚਾਈਨਾ ਵਿਰੋਧੀ ਸੈਂਟੀਮੈਂਟ ਨੂੰ ਜਿਹੜਾ ਵਿਪ ਵੇ ਪਾਪ ਕੀਤਾ ਜਾਏ ਸਟਰ ਕੀਤਾ ਜਾਏ اور ਇਹ ਉਹਨਾਂ ਨੇ ਕਿਹਾ ਵੀ ਇਸ ਤੋਂ ਅਸੀਂ ਦੇਖਦੇ ਆਂ ਵੀ ਜਿਵੇਂ ਮੋਦੀ ਦਾ ਜ਼ੈਂਗ ਜ਼ੈਂਗਨਾਨ ਜਿਹੜਾ ਅਰੁਣਾਚਲ ਹੈ ਇੰਡੀਆ ਦਾ ਉਹਨੂੰ ਚਾਈਨਾ ਵਾਲੇ ਜ਼ੈਂਗਨਾਨ ਕਹਿੰਦੇ ਨੇ ਕਿ ਮਾਰਚ ਨੂੰ ਉਹ ਮੋਦੀ ਉੱਥੇ ਗਿਆ ਜੀ ਉਹਨਾਂ ਨੇ ਕਿਹਾ ਜਿਹਦਾ ਏਰੀਆ ਆਫ ਜ਼ੈਂਗਨਾਨ ਇਜ਼ ਚਾਈਨੀਜ਼ ਟੈਰੀਟਰੀ ਫਿਰ ਇੰਡੀਆ ਨੂੰ ਮੈਸੇਜ ਦਿੱਤਾ ਕਿ ਭਈ ਇਹ ਖਬਰਦਾਰ ਇਹ ਸਮਝਣਾ ਵੀ ਇਹ ਤੁਹਾਡਾ ਨੈਚਰਲ ਪ੍ਰਦੇਸ਼ ਹੈ the chinese government has never recognized the so called arunachal pradesh mm. illegally set up by india and firmly opposes it china firmly opposes the indian leaders visit to east section of china india boundary mm. and has made solemn representation ladakh bhi so pehle stage pe tha china arunachal pradesh the claim se si, ladakh bare grey area rakhda tha ਔਰ ਇਹਨਾਂ ਦੀਆਂ ਜੋ ਨਏ ਇਸ ਕਿਸਮ ਦੀਆਂ ਹੁਜਤਾ ਉਸ ਤੋਂ ਬਾਅਦ ਉਹ ਹੁਣ ਲਦਾਖ ਦੇ ਉੱਤੇ ਵੀ ਆਪਣਾ ਓਪਨ ਕਲੇਮ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਤੁਸੀਂ ਖਬਰਦਾਰ ਹੋ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿਹੜਾ ਚਾਈਨਾ ਨੇ ਜੋ ਵੀ ਕੀਤਾ ਸੈਲਫ ਡਿਫੈਂਸਿਵ ਕਾਉਂਟਰ ਅਟੈਕ ਅਲੋਂਗ ਦਾ ਚਾਈਨਾ ਇੰਡੀਆ ਬਾਰਡਰ ਔਰ ਇਹ ਸੈਲਫ ਡਿਫੈਂਸ ਦੇ ਵਿੱਚ ਸੀ ਉਹਨੇ ਕਿਹਾ ਬਾਕੀ ਜਿਹੜੇ ਵੈਸਟਰਨ ਕੰਟਰੀਜ਼ ਨੇ ਇਹ ਵੀ ਚਾਹੁੰਦੀਆਂ ਨੇ ਇੰਡੀਆ ਨੂੰ ਪਰਵੋਕ ਕਰਕੇ ਇੱਕ ਹਾਈਪ ਕ੍ਰੀਏਟ ਕਰਕੇ ਚਿੰੰਦੇ ਗੱਲ ਪਵਾਉਣਾ ਔਰ ਅਸੀਂ ਸਮਝਦੇ ਹਾਂ ਵੀ ਇੰਡੀਆ ਨੂੰ ਜਿਹੜਾ ਉਹ ਇਸ ਤੋਂ ਬਚਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਵੀ ਇਹ ਇਨਫੈਕਟ ਕੋਈ ਕਮੈਂਟਰੀ ਨਹੀਂ ਹੈ ਕਿ ਭਈ ਐਵੇਂ ਹੋਏਗਾ ਔਰ ਇੰਡੀਅਨ ਪਾਰਟੀਆਂ ਕਰਨਗੇ ਇਹ ਚਾਈਨਾ ਦੀ ਵੇਲਡ ਵਾਰਨਿੰਗ ਹੈ ਕਿ ਭਈ ਇਹ ਬੰਦ ਕਰੋ ਕਿਉਂਕਿ ਇਸ ਸਟੇਟਮੈਂਟ ਸਟਰੋਂਗਲੀ ਉਹਨਾਂ ਨੇ ਕਿਹਾ ਹੈ ਕਿ ਭਈ ਇਹ ਜ਼ਿੰਨ ਇਹ ਵੀ ਸਾਡਾ ਹੈ ਪਰ ਲਦਾਖ ਵੀ ਸਾਡਾ ਇਹ ਇਹਦੇ ਬਾਰੇ ਤੁਹਾਨੂੰ ਕੋ ਭੁਲੇਖਾ ਨਹੀਂ ਰੱਖਣਾ ਚਾਹੀਦਾ ਔਰ ਖਬਰਦਾਰ ਜ਼ਬਾਨ ਬੰਦ ਚੀਂਗ ਦੇ ਖਿਲਾਫ ਮੂੰਹ ਨਹੀਂ ਖੋਲਣਾ ਮੂੰਹ ਬੰਦ ਇਹ ਹੈ একদম ਮਤਲਬ ਤੁਹਾਡਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਐਂਡ ਬ੍ਰੇਕ ਈਵਰਸ ਤੁਸੀਂ ਤੁਸੀਂ ਨੈਸਰ ਬਣੀ ਰਹਿਣਾ ਮਿਲਦੇ ਹਾਂ ਛੋਟੇ ਜੀ ਪਕਪੇਤਪੁਰ ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਸਮਰਪਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹਿਣਗੀਆਂ ਸ਼ਹੀਦ ਜਥੇਦਾਰ ਕੌਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ ਹੋਰ ਜਾਣਕਾਰੀ ਲਈ ਸੰਪਰਕ ਕਰੋ 6692220946 ਜਾਂ 6692220306 ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਛਾਣੀ ਕੰਪਨੀ accurate accountants and taxes ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ accurate accountants and taxes ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਤਾਲੀਬਾਨ ਹਕੂਮਤ ਵਿਚਕਾਰ ਤਣਾਅ ਦੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ ਔਰ ਇਸ ਵੇਲੇ ਜੋ ਕਿਸੇ ਵੇਲੇ ਵੀ ਇੱਕ ਗੰਭੀਰ ਟਕਰਾਅ ਵਿੱਚ ਬਦਲ ਸਕਦੀ ਹੈ ਔਰ ਪਿਛਲੇ ਦਿਨੀ ਅਫਗਾਨਿਸਤਾਨ ਦੀ ਸਰਹੱਦ ਵਿੱਚੋਂ ਦਸ਼ਤਗਰਦਾਂ ਨੇ ਪਾਕਿਸਤਾਨੀ ਚੌਂਕੀ ਤੇ ਹਮਲਾ ਕਰਕੇ ਸੱਤ ਪਾਕਿਸਤਾਨੀ ਫੌਜੀਆ ਨੂੰ ਮਾਰ ਦਿੱਤਾ ਸੀ ਹੁਣ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਫਗਾਨਿਸਤਾਨ ਦੀ ਸਰਹੱਦ ਵਿੱਚ ਹਵਾਈ ਹਮਲਿਆਂ ਨਾਲ ਤਾਲਿਬਾਨ ਦੇ ਟਿਕਾਣਿਆਂ ਤੇ ਬੰਬਾਰੀ ਕੀਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਦਿੱਖਰ ਸੋਨ ਲਈ ਆ ਲਿਖ ਲੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਕੀ ਵਿਚਾਰ ਨੇ ਇਸ ਬਾਰੇ ਦੇਖੋ ਵੈਸੇ ਦੁਨੀਆ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਨਾ ਕਿ ਨਾ ਸ਼ੁਕਰੇ ਲੋਕਾਂ ਦੀ ਜਾਂ ਕੌਮਾਂ ਦੀ ਕਮੀ ਨਹੀਂ ਹੈ ਤੇ ਇਹ ਸਟੇਟਮੈਂਟ ਕਾਫੀ ਹੱਦ ਤੱਕ ਠੀਕ ਹੈ ਅਸੀਂ ਈਸਟ ਪੰਜਾਬ ਦੇ ਵਿੱਚ ਅਕ੍ਰਿਤ ਕਣ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਡੇ ਲਹਿੰਦੇ ਪੰਜਾਬ ਤੋਂ ਜ਼ਿਆਦਾ ਨਾ ਸ਼ੁਕਰੇ ਇਹ ਕੋਣ ਹੈ ਜਿਹੜੇ ਸ਼ੁਕਰਗੁਜ਼ਾਰ ਹੁੰਦੇ ਨੇ ਇੱਕ ਨੇ ਜਿਹੜੇ ਨਾ ਸ਼ੁਕਰੇ ਨੇ ਅਸੀਂ ਅਕਸਰ ਜਦੋਂ ਇਹ ਹਿੰਦੂਤਵਾਦੀ ਆਈਡੀਓਲੋਜੀ ਵਾਲੀ ਕੌਮ ਦੀ ਗੱਲ ਕਰਦੇ ਆਂ ਤੇ ਅਸੀਂ ਕਹਿੰਦੇ ਆਂ ਵੀ ਕਿੰਨੇ ਵੱਡੇ ਅਕਰਤ ਕਰਨ ਨੇ ਇਹ ਸਾਡੇ ਗੁਰੂਆਂ ਦੀ ਕੁਰਬਾਨੀ ਦਾ ਦੇਣਾ ਨਹੀਂ ਦੇ ਸਕਦੇ ਔਰ ਇਹ ਗੱਲ ਜਿਹੜੀ ਐ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇੰਦਰਾ ਗਾਂਧੀ ਨੂੰ 1975 ਚ ਜਿਹੜਾ ਰਾਮਲੀਲਾ ਗਰਾਊਂਡ ਦੀ ਸਟੇਜ ਤੋਂ ਕਹੀ ਸੀ ਜਿੱਤੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹੀਦੀ ਯਾਦ ਦੇ ਸੰਬੰਧ ਵਿੱਚ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਇੱਕ ਨਗਰ ਕੀਰਤਨ ਜਿਹੜਾ ਚੱਲਿਆ ਸੀ ਉਸੇ ਰਸਤੇ ਤੋਂ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਤੁਰ ਕੇ ਦਿੱਲੀ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਰਾਜਪਾਗ ਤੇ ਬੈਠੇ ਤੁਸੀਂ ਅੱਜ ਹੰਕਾਰੇ ਹੋਇਓ ਔਰ ਸਿੱਖਾਂ ਨੂੰ ਜਿਹੜਾ ਆ ਉਹ ਤੁਸੀਂ ਦਬਾਣਾ ਚਾਹੁੰਦੇ ਹੋ ਆਵਾਜ਼ ਜਿਹੜਾ ਸਿੱਖਾਂ ਦੇ ਨਾਲ ਧੱਕਾ ਕਰਦੇ ਹੋ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਈ ਤੁਹਾਡਾ ਸਾਰੀ ਕੌਮ ਜਿਹੜੀ ਹੈ ਉਹ ਪੁੱਠੀ ਵੀ ਲਟਕ ਜਾਏ ਔਰ ਜੋ ਜਿੱਥੇ ਤੱਕ ਵੀ ਚਲੀ ਜਾਏ ਤੁਸੀਂ ਇੱਕ ਰੋਮ ਮਾਤਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦੇਣ ਦਾ ਜਿਹੜਾ ਉਹ ਦੇਣਾ ਨਹੀਂ ਦੇ ਸਕਦੇ ਸੋ ਅਲਫਾਜ਼ ਥੋੜੇ ਬਹੁਤ ਇੱਧਰ ਉੱਧਰ ਨੇ ਮੈਂ ਜੋ ਕਹ ਪਰ ਮਕਸਦ ਇਹ ਸੀ ਔਰ ਇਹ ਵੀ ਉਹਦਾ ਜਿਹੜਾ ਇਸ ਮੈਸੇਜ ਦਾ ਕਨਕਲੂਡਿੰਗ ਪਾਰਟ ਇਹ ਸੀ ਕਿ ਬੀਬੀ ਇਹ ਦੇਖ ਜਿਹੜੇ ਰਾਜ ਲੈ ਕੇ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ ਜੀ ਉਹਨਾਂ ਨੂੰ ਪਤਾ ਹੈ ਵੀ ਕੀ ਕਰਨਾ ਸੋ ਅਸੀਂ ਉਹਨਾਂ ਦੀ ਅਖਿਰਤ ਕੰਡਤਾ ਦੀ ਕਹਾਣੀ ਔਰ ਲਗਾਤਾਰਤਾ ਦੇ ਨਾਲ ਦੇਖ ਹੀ ਰਹੇ ਹਾਂ ਕਿ ਭਾਈ ਜਿਹੜਾ ਬੈਨੀਫੈਕਟਰ ਇਸ ਦਾ ਮੋਸਟ ਹੇਟਡ ਪਰਸਨ ਜਿਵੇਂ ਅਮਰੀਕਨ ਵੀ ਕਹਿੰਦੇ ਨੇ ਹੁਣ ਮੈਂ ਜਦੋਂ ਇਹ ਦੇਖਦਾ ਹਾਂ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਕੱਲੀ ਕੁਰਬਾਨੀ ਲਫ਼ਜ਼ ਇੱਕ ਹੱਦ ਤੱਕ ਜਿਹੜਾ ਉਹ ਮਰਨ ਤੱਕ ਹੀ ਮ hạnੂਦ ਨਹੀਂ ਹੁੰਦਾ ਹੁਣ ਪਾਕਿਸਤਾਨ ਦਾ ਤਾਂ ਕੋਈ ਕਸੂਰ ਨਹੀਂ ਪਾਕਿਸਤਾਨ ਜਦੋਂ ਹੋਣ ਚਾਹੁੰਦਾ ਹੈ ਆਲਰੇਡੀ ਸਿੱਖ ਰਾਜ ਦੇ ਵੇਲੇ ਹੀ ਲਾਹੌਰ ਦਰਬਾਰ ਦੇ ਵੇਲੇ ਜਿਹਨੂੰ ਬਾਅਦ ਦੇ ਵਿੱਚ 1893 ਚ ਡਿਊਰੈਂਟ ਲਾਈਨ ਕਿਹਾ ਗਿਆ ਜਿਹੜਾ ਡਿਊਰੈਂਟ ਨੇ ਲਾਈਨ ਖਿੱਚੀ ਜਿਹੜਾ ਅਫਗਾਨਿਸਤਾਨ ਦੇ ਨਾਲ ਬਾਰਡਰ ਤੈਅ ਹੋਇਆ ਸੀ ਅੰਗਰੇਜ਼ੀ ਰਾਜ ਦੇ ਵੇਲੇ ਵੀ ਜਦੋਂ ਪਾਕਿਸਤਾਨ ਬਣਿਆ ਤੇ ਉਸ ਸੂਬੇ ਦਾ ਨਾਮ ਉਹ ਅੱਡ ਸੂਬਾ ਨਾ ਨੇ ਕਿਉਂਕਿ ਸਿੱਖ ਰਾਜ ਵੇਲੇ ਤਾਂ ਸਿੱਖ ਰਾਜ ਦੇ ਚਾਰ ਸੂਬੇ ਸੀ ਚਾਰ ਪ੍ਰੋਵਿੰਸ ਸੀ ਉਹਨਾਂ ਦੇ ਵਿੱਚ ਲਾਹੌਰ ਪਸ਼ਾਵਰ ਮਲਤਾਨ ਤੇ ਕਸ਼ਮੀਰ ਇਹ ਚਾਰ ਸੂਬਿਆਂ ਦੇ ਰਾਹੀਂ ਰੂਲ ਹੁੰਦਾ ਸੀ ਸੋ ਜ਼ਾਹਰ ਹੈ ਕਿ ਇਹ ਪਸ਼ਾਵਰ ਸੂਬਾ ਜਿਹੜਾ ਸੀ ਉਹੀ ਇਲਾਕਾ ਸੀ ਜਿਹੜਾ ਸਿੱਖ ਫੌਜ ਨੇ ਅਫਗਾਨਿਸਤਾਨ ਤੋਂ ਉਹਨੂੰ ਡਿਵਾਈਡ ਕਰਕੇ ਖੋਇਆ ਸੀ ਅਫਗਾਨਿਸਤਾਨ ਦੀ ਰਾਜਧਾਨੀ ਕਿਸੇ ਜ਼ਮਾਨੇ 'ਚ ਜਿਹੜੀ ਉਹ ਕਾਬਲ ਸੀ ਤੇ ਜਿਹੜੀ ਸਬ ਕੈਪੀਟਲ ਹੈ ਪਸ਼ਾਵਰ ਸੀ ਤੋਂ ਪਸ਼ਾਵਰ ਤੋਂ ਲੈ ਔਰ ਪਸ਼ਾਵਰ ਦਰਿਆਏ ਇੰਡਸ ਦਰਿਆਏ ਸਿੰਧ ਦੇ ਪਰਲੇ ਪਾਸੇ ਹੈ ਪੰਜਾਬ ਦੀ ਬਾਉਂਡਰੀ ਤਾਂ ਦਰਿਆਏ ਸਿੰਧ ਤੋਂ ਸ਼ੁਰੂ ਹੁੰਦੀ ਹੈ ਪਹਿਲਾਂ ਜੇਲਮ ਹੈ ਜਿਹੜੀ ਹੈ ਚਨਾ ਚਨਾ ਹੈ ਜੇਲਮ ਹੈ ਬਿਆ ਰਾਵੀ ਹੈ ਬਿਆਸ ਹੈ ਸਤਲੁਜ ਹੈ ਸੋ ਜਿੱਥੇ ਜਿਹੜੀ ਹੈ ਚਨਾ ਔਰ ਜੇਲਮ ਜੇਲਮ ਦੇ ਵਿਚਨਾ ਆੜੜ ਦੇ ਵਿਚਨਾ ਤੋਂ ਪਾਰ Indus ਹੈ ਦਰਿਆ ਸਿੰਧ ਔਰ ਉਸ ਤੋਂ ਅੱਗੇ ਪਸ਼ਾਵਰ ਹਮ ਔਰ ਫਿਰ ਪਸ਼ਾਵਰ ਤੋਂ ਦਰਿਆ ਖੈਬਰ ਜਬਰੋ ਤੱਕ ਜਿਹੜੇ ਸਾਰੇ ਏਜੰਸੀ ਏਰੀਆ ਸੱਤ ਏਜੰਸੀ ਏਰੀਆ ਜਿਹੜੇ ਹੁਣ ਮਲਾ ਦਿੱਤੇ ਗਏ ਨੇ ਉਹ ਸੂਬੇ ਚ ਖੈਬਰ ਪਖਤੂਨ ਖਵਾ ਉਹਨ ਸੂਬੇ ਦਾ ਨਾਮ ਹੈ ਇਹਨੂੰ ਅੰਗਰੇਜ਼ਾਂ ਨੇ ਅੱਡ ਸੂਬਾ ਬਣਾਇਆ ਸੀਦਾ ਨਾਮ ਸੀ NWFP ਜੀ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਹਮ ਸੋ ਜਦੋਂ ਰੈਡ ਕਲਿਫ ਨੇ ਲਾਈਨ ਵਾਈ ਸੋ ਇਹ ਖੈਬਰ ਪਖਤੂਨ ਖਵਾ ਜਿਹੜੇ ਦੇ ਚ ਪਠਾਨ ਕਬੀਲੇ ਹੀ ਨੇ ਅਧਿਓ ਜ਼ਿਆਦਾ ਜਿਹੜਾ ਉਹਨਾਂ ਦੇ ਜਿਹੜੇ ਬੜੇ ਜਿਹਨਾਂ ਨੂੰ ਜ਼ਹਿਰੀਲੇ ਕਬੀਲੇ ਕਿਹਾ ਜਾਂਦਾ ਹੈ ਕਿ ਵੀ ਜਿਹੜੇ ਮਾਰ ਖੋਰੇ ਔਰ ਬਹਾਦਰ ਉਸ ਸੈਂਸ ਦੇ ਵਿੱਚ ਉਹ ਅਫਰੀਦੀ ਹੋਣ ਯੂਸਫ ਜ਼ਾਈ ਹੋਣ ਔਰ ਇਹ ਸਾਰੇ ਜਿਹੜੇ ਨੇ ਇਸ ਬੈਲਟ ਦੇ ਵਿੱਚ ਹੀ ਨੇ ਲੇਕਿਨ ਉਹ ਕਿਉਂਕਿ ਮੁਸਲਮਾਨ ਮੈਜੋਰਟੀ ਸੀ ਅੰਗਰੇਜ਼ਾਂ ਨੇ ਪਾਕਿਸਤਾਨ ਦਾ ਹਿੱਸਾ ਬਣਾਇਆ ਹੁਣ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਵੀ ਹਾਕਮ ਉੱਥੇ ਰੂਲ ਕਰਨ ਆਏ ਉਹ ਪਹਿਲਾਂ ਤਾਂ ਕਿੰਗਸ਼ਿਪ ਸੀ ਔਰ ਬਾਅਦ ਵਿੱਚ ਜਦੋਂ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਔਰ ਬਦਲਦੇ ਚਲੇ ਗਏ ਜਦੋਂ ਹੁਣ ਅਸੀਂ ਦੇਖਦੇ ਆ ਕਿ ਵੀ ਪਹਿਲਾ ਪਾਰਟ ਤਾਂ ਜਦੋਂ ਈਵਨ ਸੋਵੀਅਤ ਓਕੂਪੇਸ਼ਨ ਦਾ ਐਂਡ ਕਰਕੇ ਪਾਕਿਸਤਾਨ ਨੇ ਜਿਨ੍ਹਾਂ ਨੂੰ ਐਨਕੋਰੇਜ ਕੀਤਾ ਤਾਲੀਬਾਨ ਨੂੰ ਉਹਨਾਂ ਨੇ ਵੀ ਕਦੇ ਡਿਊਰੈਂਟ ਲਾਈਨ ਨੂੰ ਜਿਹੜਾ ਬਾਰਡਰ ਹੈ ਮੌਜੂਦਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰੋਵਿੰਸ ਦਾ ਅਫਗਾਨਿਸਤਾਨ ਦੇ ਨਾਲ ਉਹਨੂੰ ਕਦੇ تسلیم ਨਹੀਂ ਕੀਤਾ ਈਵਨ ਉਹ ਤਾਲੀਬਾਨ ਜਿਹਨਾਂ ਨੂੰ ਪਾਕਿਸਤਾਨ ਨੇ ਜਿਹੜਾ ਉਹ ਬਿਲਟ ਕੀਤਾ ਸੀ ਔਰ ਉਸ ਤੋਂ ਬਾਅਦ ਅਸੀਂ 1979 ਤੋਂ 1999 ਤੱਕ 10 ਸਾਲ ਪਾਕਿਸਤਾਨ ਦੀ ਹੱਦ ਹੀ ਜਾਂ ਪਾਕਿਸਤਾਨ ਦੀ ਧਰਤੀ ਹੀ ਉਹ ਸਪੇਸ ਬਣੀ ਜਿੱਥੇ CIA I ਜਿੱਥੇ ਮੁਜਾਹਿਦੀਨ ਟ੍ਰੇਨਡ ਹੋਏ ਜਿਨ੍ਹਾਂ ਨੇ ਜਿਹਾਦ ਦਾ ਝੰਡਾ ਚੁੱਕਿਆ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਡੀਫੀਟ ਕੀਤਾ ਲੜਾਈ ਲੜੇ ਤਾਂ ਭਾਵੇਂ afghan ਕਬੀਲਾ ਇਧਰ ਲੈ ਹੋਣ ਉਧਰ ਲੈ ਹੋਣ ਜਾਂ ਬਾਹਰੋਂ ਇਸਲਾਮ ਦੇ ਨਾਂ ਥੱਲੇ ਲੇਕਿਨ ਉਦੋਂ ਤੱਕ ਤਾਂ ਪਾਕਿਸਤਾਨ ਬਹੁਤ ਪ੍ਰੋਸਪਰ ਕਰ ਰਿਹਾ ਸੀ ਉੱਥੇ ਨਾ ਕੋਈ دہشت گردੀ ਸੀ ਨਾ ਕਿਸੇ ਕਿਸਮ ਦਾ ਕੋਈ ਹੋਰ ਸੀ ਸੋ ਉਹਨਾਂ ਨੇ ਜੇ afghanistan ਨੂੰ ਆਕੂਪਾਈ ਕਰਕੇ ਬੈਠ ਜਾਂਦਾ ਸੋਵੀਅਤ ਯੂਨੀਅਨ ਬੈਠਾ ਰਹਿੰਦਾ ਉਹ ਕਿਨੇ ਹਲਾਉਣਾ ਸੀ ਸੋ ਇਹ ਪਾਕਿਸਤਾਨ ਨੇ ਪਾਵੇਂ ਉਹਦੇ ਵਿੱਚ ਮਲਟੀਪਲ ਇੰਟਰਸਟ ਨੇ ਅਮਰੀਕਾ ਦਾ ਵੈਸਟਰ ਪਾਵਰਸ ਦਾ ਇੰਟਰਸਟ ਸੀ ਲੇਕਿਨ ਪਾਕਿਸਤਾਨ ਉਸ ਧੱਕਿਆ ਗਿਆ ਹੁਣ ਬਜਾਏ ਕਿ ਸ਼ੁਕਰਗੁਜ਼ਾਰੀ ਹੁੰਦੀ ਫਿਰ ਦੂਸਰਾ ਪਾਰਟ ਅਸੀਂ ਦੇਖਦੇ ਆ 911 ਇਨ ਬਿਟਵੀਨ ਗੈਪ ਆਇਆ ਅਮਰੀਕਨ ਅਬੈਂਡਨ ਕਰਕੇ ਆ ਗਿਆ ਉਸਾਮਾ ਆ ਕੇ ਬਹਿ ਗਿਆ ਉਹਨਾਂ ਨੇ ਉਹੀ ਉਸਾਮਾ ਪਹਿਲਾਂ ਮੁਜਾਹਿਦੀਨ ਦੇ ਵੇਲੇ ਲੜਿਆ ਸੀ ਅਮਰੀਕਾ ਦੇ ਲਈ ਸੋਵੀਅਤ ਯੂਨੀਅਨ ਦੇ ਖਿਲਾਫ ਇਸਲਾਮ ਦੇ ਨਾਮ ਲਈ ਫਿਰ ਨੈਟੋ 20 ਸਾਲ ਬੈਠੀ ਰਹੀ ਉੱਥੇ ਆ ਕੇ ਅਮਰੀਕਾ ਔਰ ਦੂਜਾ ਅੱਛਾ ਉਹਦੇ ਚ ਵੀ ਪਾਕਿਸਤਾਨ ਨੇ ਹੀ ਅਲਟੀਮੇਟਲੀ ਕੈਨ ਹੋਸੀ ਕਹੀ ਜਾਈਏ ਕਿ ਜੀ ਤਾਲੀਬਾਨ ਨੇ ਜਿਹੜਾ ਉਹ ਅਫਗਾਨਿਸਤਾਨ ਨੇ ਹਰਾਤਾ ਦੂਜਾ ਬਿਨਾ ਪਾਕਿਸਤਾਨੀ ਫੌਜ ਜਾਂ ਇੰਟੈਲੀਜੈਂਸ ਜਾਂ ਸੋਰਸ ਦਾ ਮਟੀਰੀਅਲ ਦੀ ਹੈਲਪ ਦੇ ਤਾਂ ਪੋਸੀਬਲ ਨਹੀਂ ਸੀ ਔਰ ਇਹ ਗੱਲ ਈਵਨ ਉਹਨਾਂ ਦੇ ਗੁਲ ਹਮੀਦ ਸ਼ਾਇਦ ਸੀ ਉਹਨਾਂ ਦਾ ਆਈਐਸਆਈ ਦਾ ਮੁਖੀ ਉਹਨੇ ਉਹ ਤਾਂ ਡੈਥ ਹੋ ਗਈ ਉਹਨੇ ਕਿਹਾ ਸੀ ਕਿ ਭਾਈ ਇਹ ਪਾਕਿਸਤਾਨ ਨੂੰ ਜਿਹੜਾ ਉਹ ਇਹ ਕ੍ਰੈਡਿਟ ਜਾਂਦਾ ਵੀ ਉਹਨੇ ਕਿਵੇਂ ਦੋਵੇਂ ਮੌਕਿਆਂ ਦੇ ਉੱਤੇ ਅਫਗਾਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਵੱਡੀਆਂ ਤਾਕਤਾਂ ਨੂੰ ਦੱਸਿਆ ਵੀ ਬੇ ਅਫਗਾਨਿਸਤਾਨ ਕਿਵੇਂ ਗਰੇਵਿਆਰਡ ਬਣ ਜਾਂਦਾ ਹੈ एंपਾਇਰਸ ਦਾ ਹੁਣ ਚਲੋ ਪਹਿਲੀ ਵਾਰੀ ਤਾਂ ਇੱਕ ਡਿਫਰੈਂਟ ਸੀ ਐਤਕੀ ਪਾਕਿਸਤਾਨ ਨੇ ਅਰੇ ਕਿੰਨਾ ਨੁਕਸਾਨ پاکستان ਨੇ ਲਿਆ ਕਿੰਨੇ ਟ੍ਰਿਲੀਅਨ ਡਾਲਰ ਦੀ ਇਕਨومی ਉਹਨਾਂ ਦੀ ਬਰਬਾਦ ਹੋਈ ਹੋਏਗੀ ਇਸ ਪੀਰੀਅਡ ਦੇ ਵਿੱਚ ਆ ਨੈਟੋ ਦੇ ਪੀਰੀਅਡ ਚ 70000 ਤੋਂ ਜ਼ਿਆਦਾ ਪਾਕਿਸਤਾਨੀ ਮਾਰੇ ਗਏ ਸਿਵਿਲিয়ান ਵੀ ਦੂਸਰੇ ਵੀ ਆਪਣਾ ਉਹਨਾਂ ਨੇ ਝੁੱਗਾ ਚੌੜ ਕਰਾ ਲਿਆ ਚਲੋ ਉਹਨਾਂ ਨੂੰ ਇਹ ਹੋਪ ਸੀ ਪਾਕਿਸਤਾਨ ਔਰ ਫਾਈਨਲੀ ਵੀ ਜੇ ਟਰੰਪ ਪੀਰੀਅਡ ਦੇ ਵਿੱਚ 네ਗੋਸ਼ੀਏਸ਼ਨ ਹੋਈ ਔਰ ਦੂਸਰਾ ਉਹ ਵੀ ਪਾਕਿਸਤਾਨ ਨੇ ਮੀਡੀਏਟ ਕੀਤਾ ਭਾਵੇਂ ਕਤਰ ਨੂੰ ਅੱਗੇ ਕੀਤਾ ਲੇਕਿਨ ਪਾਕਿਸਤਾਨ ਦੀ ਮਦਦ ਤੋਂ ਬਿਨਾ ਤਾਂ ਪੋਸਿਬਲ ਨਹੀਂ ਸੀ ਪਰ ਪਾਕਿਸਤਾਨ ਇਹ ਸਮਝਦਾ ਸੀ ਕਿ ਭਾਈ ਇੰਨਾ ਕਿ ਇਹ ਇਸ਼ਾਨ ਫਰਮੋਸ਼ ਨਹੀਂ ਹੋਣਗੇ ਇਹਨਾਂ ਨੂੰ ਯਾਦ ਰਹੇਗਾ ਤੇ ਸਾਡਾ ਬਾਰਡਰ ਜਿਹੜਾ ਅਫਗਾਨਿਸਤਾਨ ਨਾਲ ਲੱਗਦਾ ਹੈ ਇਹ ਸੇਫ ਰਹੇਗਾ ਕਿਉਂਕਿ ਪਾਕਿਸਤਾਨ ਦਾ ਇੰਟਰਵੈਨ ਕਰਨਾ ਬਣਦਾ ਵੀ ਸੀ ਕਿੰਨੇ ਹਜ਼ਾਰ ਮੇਰੇ ਖਿਆਲ ਨਾਲ 3000 ਤੋਂ ਜ਼ਿਆਦਾ ਸਕਰ ਕਿਲੋਮੀਟਰ ਬਾਰਡਰ ਲੱਗਦਾ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ ਉਹਨਾਂ ਨੂੰ ਸੀ ਵੀ ਇਹ ਰਹਗਾ ਇੰਡੀਆ ਤਾਂ ਪਹਿਲਾਂ ਹੀ ਐਲਓਸੀ ਦੇ ਉੱਤੇ ਹਰ ਚੌਥੇ ਦਿਨ ਧਮਕੀਆਂ ਦਿੰਦਾ ਜੀ ਹਮ ਮਿਟਾ ਦੇਂਗੇ ਔਰ ਅਸੀਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਵੀ ਲਵਾਂਗੇ ਹੁਣ ਅਜੇ ਤਾਂ ਜਿਹਨੂੰ ਕਹੋ ਵੀ ਜਿਹੜਾ ਤਾਲੀਬਾਨ ਨਾਲ ਸਮਝੌਤੇ ਦੀ ਸਿਆਹੀ ਵੀ ਨਹੀਂ ਸੁੱਕੀ ਤੇ ਜਿਹੜੀ ਤਹਿਰੀਕੇ ਤਾਲੀਬਾਨ ਦੇ ਨਾਂ ਥੱਲੇ ਇੱਕ دہشتਗਰ ਜਮਾਤ ਜਿਸ ਨੂੰ ਹਮ ਪਾਕਿਸਤਾਨ ਨੇ ਕਲੀਅਰ ਕੀਤਾ ਜਿਨ੍ਹਾਂ ਨੂੰ ਕਿ ਭਾਈ ਇਹਨਾਂ ਨੂੰ ਤੁਸੀਂ ਕੋਈ ਸ਼ੈਲਟਰ ਨਹੀਂ ਦਿਓਗੇ ਜਾਂ ਦੂਜੇ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਉਸ ਕਿਸਮ ਦਾ ਜੋ افغانستان ਚ ਰਜਿਮ ਹੈ ਉਸ ਕਿਸਮ ਦਾ ਸੋ ਕਾਲਡ ਇਸਲਾਮ ਦੇ ਨਾਂ ਥੱਲੇ ਉਹ ਲੈਣਾ ਚਾਹੁੰਦੇ ਨੇ ਉਹਨਾਂ ਨੇ ਮੰਨਿਆ ਸੀ ਵੀ ਇਹਨਾਂ ਨੂੰ ਅਸੀਂ ਕੋਈ ਪਜ਼ੀਰਾਈ ਨਹੀਂ ਦੇਵਾਂਗੇ ਜਾਂ ਇਹਨਾਂ ਨੂੰ ਕੋਈ ਨਹੀਂ ਦੇਵਾਂਗੇ ਲੇਕਿਨ ਅਜੇ ਵਕਤ 2 ਸਾਲ ਨਹੀਂ ਗੁਜ਼ਰੇ ਹੈ ਔਰ ਉਹ ਪਾਕਿਸਤਾਨ ਦੇ ਉੱਤੇ ਅਟੈਕ ਹੋ ਰਹੇ ਨੇ ਆਧਾਰ ਉਹਨਾਂ ਨੇ ਉੱਥੇ ਬਣਾਇਆ ਹੋਇਆ ਹੈ افغانستان ਦੇ ਵਿੱਚ ਛੱਡੇ ਨੇ ਔਰ ਤਰੀਕੇ ਤਾਲੀਬਾਨ اور ਹੁਣ ਇੱਕ ਨਵੀਂ ਜਮਾਤ ਜੰਪਈ ਜੈਸ਼ੇ ਉਹਨਾਂ ਦਾ ਨਾਮ ਹੈ ਜੈਸ਼ੇ ਫਰਸਾਨੇ ਮੁਹੰਮਦ ਹੈ ਨਹੀਂ ਔਰ ਹੁਣ ਜਿਹੜਾ ਲੇਟੈਸਟ ਅੱਜ ਜਿਹੜੀ ਖਬਰ ਪਿਛਲੇ ਦੋ ਦਿਨਾਂ ਤੋਂ ਹੈ ਵੀ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਲੇਟੈਸਟ ਇਹ ਜਥੇਬੰਦੀ ਜੈਸ਼ੇ ਫਰਸਾਨੇ ਮੁਹੰਮਦ ਉਹਨਾਂ ਨੇ ਪਾਕਿਸਤਾਨੀ ਬਾਰਡਰ ਦੇ ਅੰਦਰ ਜਿਹੜਾ ਇੱਕ ਪਾਕਿਸਤਾਨੀ ਪੋਸਟ ਦੇ ਉੱਤੇ ਅਟੈਕ ਕੀਤਾ 18 ਮਾਰਚ ਨੂੰ ਔਰ ਇਹ ਨਾ 18 ਤਾਂ ਹੁਣ ਇਹਨਾਂ ਨੇ ਜਵਾਬੀ ਕਾਰਵਾਈ ਕੀਤੀ ਪਾਕਿਸਤਾਨ ਨੇ ਇਸ ਤੋਂ 2 ਦਿਨ ਪਹਿਲਾਂ ਉਹਨਾਂ ਨੇ ਪਾਕਿਸਤਾਨ ਦੇ ਅੰਦਰੂਨੀ ਪੋਸਟ ਦੇ ਉੱਤੇ ਹਮਲਾ ਕਰਕੇ 7 ਪਾਕਿਸਤਾਨੀ ਫੌਜੀਆ ਨੂੰ ਮਾਰਿਆ ਸੁਸਾਇਸਾਈਡ ਬੌਮਬਿੰਗ ਸੀ ਕੋਆਰਡੀਨੇਟਡ ਅਟੈਕ ਸੀ ਨਾਰਥ-ਵੈਸਟ ਤੋਂ ਔਰ ਇਸ ਉਹਨਾਂ ਦਾ ਜਦੋਂ ਫਿਊਨਲ ਹੋਇਆ ਉਸ ਦੇ ਵੀ ਜਿਹੜਾ ਪ੍ਰੈਜ਼ੀਡੈਂਟ ਹੁਣ ਨਵਾਂ ਪਾਕਿਸਤਾਨ ਦਾ ਬਣਿਆ ਹੈ ਜ਼ਰਦਾਰੀ उन्हें भी शमूलीयत की और उन्हें जा रहे सरदारी ने उही कहना से जो पाकिस्तानी फौज ने क्या होगा कि भाई इसका अस जब बहुत जल्दी बदला लवेंगे जो किता है और उन्हें सरदारी ने ब्लड ऑफ आवर मार्टीएस सोल्जर विल नॉट गो इन वेन और इसका जो असि रिएक्शन देखते हैं जी खबर प्रमुख तौर पर है पाकिस्तानी एयर स्ट्राइक टारगेट सस्पैक्टेड पाकिस्तानी तालिबान ਹਾਈਡ ਆਊਟਸ ਇਨ ਅਫਗਾਨਿਸਤਾਨ ਪਾਕਿਸਤਾਨੀ 에ਅਰ ਫੋਰਸ ਨੇ ਬਰਾਬਰ ਜਿਹੜਾ ਅਫਗਾਨਿਸਤਾਨ ਦੀ ਟੈਰੀਟਰੀ ਦੇ ਅੰਦਰ ਜਾ ਕੇ ਜਿਹੜੇ ਉਹਨਾਂ ਦੇ ਪ੍ਰੋਵਿੰਸ ਨੇ ਖੋਸਤ ਔਰ ਪਾਕਤਿਕਾ ਉਸ ਦੇ ਉੱਤੇ ਉਹਨਾਂ ਨੇ ਬੰਬਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜੇ ਤਹਿਰੀਕ ਤਾਲੀਬਾਨ ਔਰ ਜੈਸ਼ੇ ਫਰਸਾਨ ਮੁਹੰਮਦ ਇਹਨਾਂ ਦੇ ਗੁਰੂਲਿਆਂ ਨੂੰ ਮਾਰਿਆ ਹੈ ਹਾਲਾਂਕਿ ਜਿਹੜਾ ਤਾਲੀਬਾਨ ਦਾ ਸਪੋਕਸਪਰਸਨ ਹੈ ਅਫਗਾਨਿਸਤਾਨ ਚ ਬੇਸਡ ਜ਼ਾਹਿਰੁਲਲਾ ਮੁਜਾਹਿਦ ਉਨੇ ਕਿਹਾ ਕਿ ਜੀ ਇਹ ਪਾਕਿਸਤਾਨ ਦੀ 에ਅਰ ਸਟ੍ਰਾਈਕ ਦੇ ਵਿੱਚ ਬਰਮਾਲ ਡਿਸਟ੍ਰਿਕਟ ਜਿਹੜਾ ਪਖਤਕਾ ਦਾ ਉਸ ਦੇ ਵਿੱਚ ਤਿੰਨ ਔਰਤਾਂ ਮਾਰੀਆਂ ਗਈਆਂ ਤਿੰਨ ਬੱਚੇ ਮਾਰੇ ਗਏ ਦੋ ਔਰਤਾਂ ਹੋਰ ਜਿਹੜੀਆਂ ਨੇ ਉਹ ਕੋਸਟ ਪ੍ਰੋਵਿੰਸ ਦੇ ਵਿੱਚ ਮਾਰੀਆਂ ਗਈਆਂ ਉਹਨੇ ਇਹਨਾਂ ਖਬਰਾਂ ਨੂੰ ਕੰਫਰਮ ਕਰਨਾ ਤਾਂ ਸੌਖਾ ਨਹੀਂ ਹੁੰਦਾ ਕਿ ਵੀ ਵਾਕਿਆ ਹੀ ਕੌਣ ਕਿੰਨਾ ਮਰਿਆ ਹੈ ਸਿਵਿਲਿਅਨ ਮਰੇ ਨੇ ਜਾਂ ਫੌਜੀ ਮਰੇ ਨੇ ਪਰ ਇਹ ਉਸ ਗੰਭੀਰ ਨਾਇਤ ਨੂੰ ਦਰਸਾਉਂਦਾ ਹੈ ਕਿ ਇਹ ਪਾਕਿਸਤਾਨ ਦੀ 에어 ਫੋਰਸ ਨੇ ਅਫਗਾਨਿਸਤਾਨ ਦੀ ਟੈਰੀਟਰੀ ਦੇ ਅੰਦਰ ਜਾ ਕੇ ਜਿਹੜਾ ਉਹ ਬੰਬਾਰਡਮੈਂਟ ਕੀਤੀ ਹੈ ਮਤਲਬ ਇਹ ਹੈ ਕਿ ਇਸ ਵੇਲੇ ਇਹ ਹਾਲਾਤ ਗੰਭੀਰ ਬਣ ਗਏ ਨੇ ਕਿਸੇ ਵੇਲੇ ਵੀ ਜਿਹੜਾ ਇਹ ਅਗੋ ਫਲੇਅਰ ਅਪ ਹੋ ਸਕਦਾ ਹੈ ਇਹ ਸਾਰਾ ਅਚਾਨਕ ਨਹੀਂ ਹੋਇਆ ਇੱਕ ਸਟੇਜ ਸੀ ਕਿ ਅਫਗਾਨਿਸਤਾਨ ਨੇ ਤਾਲੀਬਾਨ ਨੇ ਆ ਇਵਨ ਜਦੋਂ ਅਮਰੀਕਾ ਨਾਲ ਵੀ ਗੱਲਬਾਤ ਸੀ ਇੰਡੀਆ ਨੂੰ ਬਿਲਕੁਲ ਅਮਰੀਕਾ ਨੇ ਵੀ ਬਾਹਰ ਰੱਖਿਆ ਹੋਇਆ ਸੀ ਪਰ ਲੇਟਲੀ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੀਆਂ ਨਜ਼ਦੀਕੀਆਂ ਵਧੀਆਂ ਨੇ ਅਫਗਾਨਿਸਤਾਨ ਦੀ ਤਾਲੀਬਾਨ ਹਕੂਮਤ ਨਾਲ ਐਮਬੈਸੀ ਵੀ ਭਾਵੇਂ ਭਾਰਤ ਨੇ ਨਹੀਂ ਖੋਲੀ ਹੋਈ ਲੇਕਿਨ ਉਹਨਾਂ ਦੇ ਨਾਲ ਰਾਬਤਾ ਬਣਾਇਆ ਹੋਇਆ ਹੈ ਔਰ ਇਹਦੇ ਚ ਲੱਗਦਾ ਹੈ ਕਿ ਇਹ ਭਾਰਤ ਦੀ ਇਨਸਟੀਗੇਸ਼ਨ ਇਸ ਦੇ ਵਿੱਚ ਪੂਰੀ ਹੋਏਗੀ ਮਟੀਰੀਅਲ ਔਰ ਜਿਹੜੇ ਬਹੁਤ ਸਾਰੇ ਇਸ ਕਿਸਮ ਦੀਆਂ دہشت گردੀ ਦੀਆਂ ਵਾਰਦਾਤਾਂ ਨੇ ਉਹ ਕਿਉਂਕਿ ਅਫਗਾਨਿਸਤਾਨ ਪਹਾੜੀ ਏਰੀਆ ਹੈ ਕੌਣ ਕਿੱਥੇ ਹੈ ਕੋਈ ਬਹੁਤਾ ਕੋਈ ਮੋਨਿਟਰੀ ਕੋ ਸੈਂਟਰਲ ਅਥਾਰਟੀ ਦਾ ਕੋ ਬਹੁਤਾ ਕੰਟਰੋਲ ਵੀ ਨਹੀਂ ਹੁੰਦਾ ਔਰ ਇਹ ਵੀ ਹੈ ਕਿ ਇਸ ਪਾਰ ਦਾ ਵੀ ਰੋਲ ਹੋਏਗਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਤਾਲੀਬਾਨ ਹਕੂਮਤ ਹੈ ਅਫਗਾਨਿਸਤਾਨ ਦੀ ਇਹਨਾਂ ਦੀ ਬਲਿਜਰੈਂਸ ਹੈ ਕਿ ਉਹਨਾਂ ਨੇ بجائے ਕਿ ਪਾਕਿਸਤਾਨ ਦੀ ਕੰਟਰੀਬਿਊਸ਼ਨ ਨੂੰ ਅਕਨੋਲਜ ਕਰਨ ਦੇ ਰਿਹਾ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਕਿ ਭਾਈ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ ਉੱਤੇ ਕੋਈ ਵਾਇਲੈਂਸ ਨਾ ਹੋਵੇ ਉਹਨਾਂ ਨੇ ਜੇ ਇਸ ਕਿਸਮ ਦੀ ਗੱਲ ਨੂੰ ਜੇ ਐਨਕਰੇਜ ਨਹੀਂ ਵੀ ਕੀਤਾ ਘਟੋ ਘਟ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪਾਕਿਸਤਾਨ ਫਿਰ ਕਦੋਂ ਤੱਕ ਇਸ ਨੂੰ ਸਹਾਰੇਗਾ ਔਰ ਇਹ ਜਦੋਂ ਪਾਕਿਸਤਾਨ ਆਲਰੇਡੀ ਇਕਨੋਮਿਕਲ ਕ੍ਰਾਈਸਿਸ ਨਾਲ ਵੀ ਜੂਝ ਰਿਹਾ ਹੈ ਭਾਰਤ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਕੋਈ ਸ਼ਰਾਰਤ ਕੀਤੀ ਜਾਣ ਦੀਆਂ ਸੰਭਾਵਨਾਵਾਂ ਨੂੰ ਜਿਹੜਾ ਉਹ ਡਿਸਮਿਸ ਨਹੀਂ ਕੀਤਾ ਜਾ ਸਕਦਾ ਇਸ ਕਿਸਮ ਦੇ ਵਾਕਿਆ ਦਾ ਹੋਣਾ ਇਹ ਜਿਹੜਾ ਇਹ ਫਿਕਰ ਵਾਲੀ ਗੱਲ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਥ ਲੇਨ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਪ੍ਰੈਕ ਕੈਲੀਫੋਰਨੀਆ ਵਿਖੇ ਖਾਲਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹੁੰਚੀਆਂ ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ ਹੋਰ ਜਾਣਕਾਰੀ ਲਈ ਸੰਪਰਕ ਕਰੋ 6692220946 ਜਾਂ 6692220306 ਸਿਗਨੇਚਰ ਟਰੱਕ ਸਰਵਿਸ ਰਾਉਟ 81 ਉਤੇ ਐਗਜ਼ਿਟ 235 ਤੇ ਟ੍ਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸਹੂਲਤ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ ਡੀਪੀਐਫ ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ब्रेकफास्ट लंच ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕਿਪ ਵਰਜੀਨੀਆ 24486 ਜਦੋਂ ਸਕੋਬਰੇਤ ਬਾ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੋ ਵੀਅਰਸ ਹੁਣ ਆਪਾਂ ਅਗਲ ਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਅਮਰੀਕਾ ਨੇ ਭਾਰਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਸਖਤ ਸਟੈਂਡ ਲਿਆ ਹੋਇਆ ਹੈ ਔਰ ਯੂਕੇ ਵਿੱਚ 15 ਜੂਨ 2023 ਨੂੰ ਛੱਕੀ ਹਾਲਾਤਾਂ ਵਿੱਚ ਪਾਈ ਅਵਤਾਰ ਸਿੰਘ ਖੰਡਾ ਦੀ ਮੌਤ ਵੀ ਹੋਈ ਸੀ ਸੋ ਹੁਣ ਯੂਕੇ ਵਿੱਚ ਵੀ ਇਸ ਕੇਸ ਦੀ ਪੂਰੀ ਪੜਤਾਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਔਰ ਵੈਸਟ ਮਿਡਲੈਂਡ ਦੀ ਮੀਅਰ ਹੈਡੀ ਸਟਰੀਟ ਨੇ ਇਸ ਬੰਦੀ ਯੂਕੇ ਹੋਮ ਡਿਪਾਰਟਮੈਂਟ ਦੇ ਹੋਮ ਸੈਕਟਰੀ ਨੂੰ 15 ਮਾਰਚ ਨੂੰ ਇੱਕ ਚਿੱਠੀ ਵੀ ਲਿਖੀ ਹੈ ਸੋ ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਸੋ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਤੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੂੰ ਐਂਟਰਟੇਨ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰੱਬ ਸਭ ਕੀ ਵਿਚਾਰਾਂ ਨੇ ਦੇਖੋ ਭਾਰਤ ਦੀ ਹਕੂਮਤ ਨੇ ਅਜੀਤ ਡੋਵਲ ਜਿਹੜਾ ਇਹਨਾਂ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰੀ ਨਹੀਂ ਅਸਲ ਚ ਸਪਾਈ ਮਾਸਟਰ ਹੈ ਔਰ ਸਾਰੀਆਂ ਨੀਤੀਆਂ ਜਿਹੜੀਆਂ ਖਾਲਸਤਾਨ ਦੀ ਲਹਿਰ ਨੂੰ ਦਬਾਉਣ ਦੇ ਲਈ ਨੇ ਇਸ ਵਿਦੇਓ ਜੀਤ ਟੋਵਲ ਦੀਆਂ ਹੀ ਨੀਤੀਆਂ ਨੇ ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿ ਭਾਈ ਤੁਸੀਂ ਟਾਰਗੇਟ ਕਲਿਕ ਕਰੋ ਜਿਹੜੇ ਸਾਡੇ ਸੰਘਰਸ਼ ਦੇ ਥੰਮ ਨੇ ਜਾਂ ਜਿਹੜੇ ਇਫੈਕਟਿਵ ਤੌਰ ਦੇ ਉੱਤੇ ਖਾਲਸਤਾਨ ਦੀ ਗੱਲ ਨੂੰ ਅੱਗੇ ਤੋਰ ਰਹੇ ਨੇ ਉਹਨਾਂ ਦੀ ਕਿਲਿੰਗ ਸਪਰੀ ਸ਼ੁਰੂ ਕੀਤੀ ਗਈ ਔਰ ਅਸੀਂ ਦੇਖਦੇ ਹਾਂ ਕਿ ਮਈ 2023 ਚ ਲਾਹੌਰ ਚ ਸਾਡੇ ਖਾਲਸਤਾਨੀ ਸੰਘਰਸ਼ ਦੇ ਇੱਕ ਵੱਡੇ ਥੰਮ ਜਿਨ੍ਹਾਂ ਨੇ ਲਗਭਗ ਤਿੰਨ ਦਾ ਹੱਕੇ ਅਗਵਾਈ ਦਿੱਤੀ ਭਾਈ ਪਰਮਜੀਤ ਸਿੰਘ ਪੰਜਵਾੜ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਉਸ ਗਰਾਉਂਡ ਦੇ ਵਿੱਚ ਜਿੱਥੇ ਉਹ ਐਕਸਰਸਾਈਜ਼ ਕਰ ਰਹੇ ਸਨ ਫਿਰ ਅਸੀਂ ਦੇਖਦੇ ਹਾਂ ਕਿ 15 ਜੂਨ 2023 ਨੂੰ ਸਸਪੀਸ਼ੀਅਸ ਹਾਲਾਤ ਦੇ ਵਿੱਚ ਰਹੱਸਮਈ ਜਿਸ ਤਰ੍ਹਾਂ ਦਾ ਕੈਮੀਕਲ ਕੇ ਜੀ ਬੀ ਵਾਰਿਆਂ ਨੇ ਯੂਜ਼ ਕਰਕੇ ਆਪਣੇ ਡਿਸਿਡੈਂਟਸ ਨੂੰ ਮਾਰਿਆ ਸੀ ਯੂਕੇ 'ਚ ਉਵੇਂ ਹੀ ਪਾਈ ਅਵਤਾਰ ਸਿੰਘ ਖੰਡਾ ਵਿਧੇਨੇ ਵੀਕ ਜਿਹੜਾ ਜਿਸ ਨੂੰ ਉਹਨਾਂ ਨੇ ਕੈਂਸਰ ਜਿਹੜਾ ਕੈਂਸਰ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਜਿਸ ਕਿਸਮ ਦਾ ਯੂਕੇ ਦੀ ਸਰਕਾਰ ਦਾ ਜਾਂ ਉਹਨਾਂ ਦੀ ਪੁਲਿਸ ਦਾ ਵਰਤਾਰਾ ਨਾ ਪ੍ਰੋਪਰ ਆਟੋਪਸੀ ਹੋਈ ਨਾ ਉਹਨਾਂ ਦੀ ਮਦਰ ਔਰ ਭੈਣ ਨੂੰ ਵੀਜ਼ਾ ਦਿੱਤਾ ਗਿਆ ਇੱਥੇ ਆਣ ਲਈ ਨਾਵਤਾਰ ਸਿੰਘ ਖੰਡਾ ਦੀ ਮਰਤਕ ਸਰੀਰ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ ਔਰ ਹਸ਼ਬ ਕੀਤਾ ਗਿਆ ਜਦੋਂ ਵੀ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਏਗੀ ਜਿਸ ਵੱਲ ਹੁਣ ਗੱਲ ਜਾ ਰਹੀ ਹੈ ਇਹ ਸਾਹਮਣੇ ਆਏਗਾ ਕਿ ਇਹ ਮਰਡਰ ਦੇ ਲਈ ਸਿਰਫ ਇਹੀ ਨਹੀਂ ਵੀ ਇੰਡੀਅਨ ਏਜੰਸੀਆਂ ਜ਼ਿੰਮੇਵਾਰ ਨੇ ਬ੍ਰਿਟਿਸ਼ ਹਕੂਮਤ ਰਿਸ਼ੀ ਸੂਨਕ ਦੀ ਕਮਾਂਡ ਥੱਲੇ ਉਹਨਾਂ ਨੇ ਇਸ ਦਾ ਕਵਰ ਅਪ ਕੀਤਾ ਪੂਰੀ ਤਰ੍ਹਾਂ ਇਸ ਦੀ ਇਸ ਨੂੰ ਬਿਲਕੁਲ ਇੱਕ ਨਾਰਮਲ ਜਿਹੜਾ ਉਹ ਡੈਥ ਦੱਸਣ ਦੀ ਕੋਸ਼ਿਸ਼ ਕੀਤੀ ਔਰ ਇਸ ਮਾਮਲੇ 'ਚ ਉਹਨਾਂ ਦਾ ਕਾਰੋਨਰ ਵੀ ਜਿਹਦੇ ਜ਼ਿੰਮੇ ਹੁੰਦਾ ਹੈ ਕਿ ਭਈ ਜਿਹਨੇ ਮਾਰਕ ਕਰਨਿਆ ਟੌਪਸੀ ਲਈ ਔਰ ਕਿਸੇ ਹੱਦ ਤੱਕ ਅਸੀਂ ਸਮਝਦੇ ਹਾਂ ਕਿ ਇਮੀਡੀਏਟ ਉਸ ਪੀਰੀਅਡ 'ਚ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਵੀ ਉਹ ਐਗਰੈਸਿਵ ਰੋਲ ਨਹੀਂ ਪਲੇ ਕੀਤਾ ਉਸ ਤੋਂ ਬਾਅਦ ਤਾਂ ਹੁਣ ਠੀਕ ਹੈ ਕਿ ਭਾਈ ਇਸ ਦੇ ਉੱਤੇ ਜਿਹੜਾ ਹੁਣ ਤਾਂ ਆ ਗਿਆ ਕਿ ਭਈ ਯੂਕੇ 'ਚ ਵੀ ਕਿੰਨੇ ਟਾਰਗੇਟ ਕਿਲਿੰਗ ਦੇ ਵਿੱਚ ਸੀ ਸ਼ਾਮਲ ਔਰ ਇਸ ਦੇ ਉੱਤੇ ਮੰਗ ਉੱਠ ਰਹੀ ਹੈ ਹੁਣ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਦੋਂ ਹਰਦੀਪ ਸਿੰਘ ਨਿਜ 15 ਜੂਨ ਨੂੰ ਹਰਤਾਰ ਸਿੰਘ ਖੰਡੇ ਦਾ ਪੇਤਮਈ ਜਿਹੜਾ ਹੈ ਉਹ ਅੰਤ ਹੁੰਦਾ ਹੈ ਔਰ 18 ਜੂਨ ਨੂੰ ਸਰੇ ਆਮ ਦਿਨ ਦੇ ਵੇਲੇ ਅਜੇ ਸੂਰਜ ਦੀ ਟਿੱਕੀ ਪੂਰੀ ਤਰ੍ਹਾਂ ਜਿਹੜੀ ਹੈ ਉਹ ਗਰੂਬ ਨਹੀਂ ਹੋਈ ਅਸਤ ਨਹੀਂ ਹੋਇਆ ਸੂਰਜ ਜਾ ਡੁੱਬਿਆ ਨਹੀਂ ਹੋਰ ਭਾਈ ਹਰਦੀਪ ਸਿੰਘ ਨੇ ਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਔਰ ਫਿਰ ਅਸੀਂ 29 ਨਵੰਬਰ ਨੂੰ ਦੇਖਦੇ ਹਾਂ ਕਿ ਨਿਊਯਾਰਕ ਦੀ ਅਦਾਲਤ ਚ ਗੁਰਪਤਵਾਨ ਸਿੰਘ ਪੰਨੂ ਮਰਡਰ ਪਲਾਟ ਦੇ ਥੱਲੇ ਜਸਟਿਸ ਡਿਪਾਰਟਮੈਂਟ ਇਹਨਾਂ ਦਾ ਭਾਂਡਾ ਜਿਹੜਾ ਉਹ ਪੰਨ ਦੰਦਾ ਕਿ ਕਿਸ ਹੱਦ ਤੱਕ ਇਹ ਜਾਣ ਵਾਰੇ ਸੀ ਹੁਣ ਇੱਕ ਚੰਗੀ ਗੱਲ ਹੈ ਵੀ ਯੂਕੇ ਦੇ ਵਿੱਚ ਜਦੋਂ ਸਿੱਖ ਜਥੇਬੰਦੀਆਂ ਨੇ ਥੋੜੀ ਜਿਹੀ ਸਰਗਰਮੀ ਫੜੀ ਔਰ ਤਨਮਨਜੀਤ ਸਿੰਘ ਤੇ ਸੀਬੀਬੀ ਪ੍ਰੀਤਕੌਰ ਗੇਲੇਰਾ ਨੇ ਪਾਰਲੀਮੈਂਟ ਚ ਵੀ ਸਵਾਲ ਚੁੱਕੇ ਔਰ ਹੁਣ ਇਹ ਇਵਨ ਵੈਸਟ ਮਿਡਲੈਂਡ ਜਿਹੜਾ ਜਿੱਥੋਂ ਦੇ ਨਾਲ ਉਹਨਾਂ ਦਾ ਤਾਲੁਕ ਬਣਦਾ ਕਿਉਂਕਿ ਇਹ ਸਾਰਾ ਜਿਹੜਾ ਪਾਰਟ ਹੈ ਜਦੋਂ ਅਸੀਂ ਲੋਬੀ ਦੇਖਦੇ ਐਵੇਂ ਸ਼ੁਰੂ ਹੁੰਦੀ ਹੈ ਉਹਨਾਂ ਦੀ ਮੇਅਰ ਹੈ ਬੀਬੀ ਐਨ ਡੀ ਸਟਰੀਟ ਉਹਨਾਂ ਨੇ 15 ਮਾਰਚ ਦੀ ਡੇਟਲਾਈਨ ਹੈ ਇਹ ਲੈਟਰ ਉਹਨਾਂ ਨੇ ਔਨ ਔਨਰੇਬਲ ਜੇਮਸ ਕਲੇਵਰ ਲਈ ਐਮਪੀ ਹੈ ਹੋਮ ਸੈਕਟਰੀ ਹੈ ਫਾਰ ਦਾ ਹੋਮ ਡਿਪਾਰਟਮੈਂਟ ਹਾਊਸ ਆਫ ਕਾਮਨਸ ਲੰਡਨ ਚ ਉਹਨੂੰ ਇਹ ਲੈਟਰ ਲਿਖਿਆ ਔਰ ਉਹਦੇ ਚ ਜਿਹੜਾ ਰੈਫਰੈਂਸ ਹੀ ਦਿੱਤੀ ਹੈ ਦਾ ਡੈਥ ਆਫ ਅਫਤਾਰ ਸਿੰਘ ਖੰਡਾ ਉਸ ਚ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਕਾਮਨ ਕਰਟਸੀ ਸ਼ੇਅਰ ਕੀਤੀ ਹੈ ਕਿ ਬਰਮਿੰਗਮ 에ਅਰਪੋਰਟ ਤੇ ਇੱਕ ਦੋ ਹਫ਼ਤੇ ਪਹਿਲਾਂ ਅਸੀਂ ਮਿਲੇ ਔਰ ਮੈਂ ਤੇਰੇ ਨਾਲ ਉਦੋਂ ਵੀ ਡਿਸਕਸ ਕੀਤਾ ਸੀ ਹੁਣ ਉਹਨੂੰ ਮੈਂ ਇਸ਼ੂ ਨੂੰ ਅੱਗੇ ਗੱਲ ਕਰਨਾ ਚਾਹੁੰਦੀ ਹਾਂ ਆਈ ਏਮ ਰਾਈਟਿੰਗ ਟੂ ਯੂ ਅਬਾਊਟ ਦਾ ਡੈਥ ਆਫ ਅਫਤਾਰ ਸਿੰਘ ਖੰਡਾ ਵਿਚ ਐਸ ਯੂ ਵਿਲ ਨੋ ਇਸ ਕਾਜ਼ਿੰਗ ਸਿਗਨੀਫੀਕੈਂਟ ਕਨਸਰਨ ਵਿਦ ਇਨ ਸੀਨੀਅਰ ਮੈਂਬਰਸ ਆਫ ਸਿਕ ਕਮਿਊਨਿਟੀ ਐਸ ਯੂ ਐਪਰੀਸ਼ੀਏਟ ਦਾ ਸਿਕ ਕਮਿਊਨਿਟੀ ਹੈਵ ਕੰਟ੍ਰਿਬਿਊਟਿਡ ਗ੍ਰੇਟਲੀ ਟੂ ਦਾ ਵੈਸਟ ਮਿਡਲੈਂਡਸ ਐਂਡ ਦਾ ਯੂਕੇ ਐਸ ਅ ਹੋਲ ਦੇ ਆਰ ਅ ਹਾਰਡ ਵਰਕਿੰਗ ਕਮਿਊਨਿਟੀ ਹੂ ਡੀਪਲੀ ਬਲੀਵ ਇਨ ਸੇਵਾ selfless service to others they are in many respect societal role models and british citizens they should feel cherished in our society eh ohne sikhan di tareef ke tinu vi pata hai e kehdi qaum hai jehdi seva ch keen rakhdi hai jinna ne uk nu rich banaya apni rich values de naal aur saadi society layi e fakhar hai ke e community sade ch rehndi hai therefore it is concern to me that at a recent meeting of community leaders Some of them have expressed worry over the investigation to the death of Avtar Singh Khanda in June 2023 conducted by West Midlands Police ke mere nal se committee the leader milde ne unhan ne fikr jataya ke Avtar Singh Khanda di jinna di June de vich maut hoye is bare jehdi West Midlands Police hai hun ide under aandi hai mere de ya, ਰੋ ਹੁਣ ਉਹਨਾਂ ਨੂੰ ਕਹਿ ਰਹੇ ਦੀ ਇਨਵੈਸਟੀਗੇਸ਼ਨ ਫੈਡਰਲ ਲੈਵਲ ਦੀ ਹੋਣੀ ਚਾਹੀਦੀ ਹੈ ਕਿ ਭਈ ਉਹਨਾਂ ਨੇ ਕਨਸਰਨ ਸ਼ੋ ਕੀਤਾ ਨੇ ਹਿਸ ਫੈਮਿਲੀ ਅਵਤਾਰ ਸਿੰਘ ਖੰਡਨਾ ਦੀ ਫੈਮਿਲੀ ਹੈਵ ਸੁਜੈਸਟਡ ਥੈਟ ਦੇ ਡੋਂਟ ਬਿਲੀਵ ਦ ਪੁਲਿਸ ਇਸ਼ੂਡ ਅ ਕੇਸ ਨੰਬਰ ਟੁਕ ਸਟੇਟਮੈਂਟਸ ਫ্রম ਫੈਮਿਲੀ ਵਰਕ ਕੋਲੀਗਜ਼ ਰੀਟਰੈਕਟਡ ਹਿਸ ਸਟੈਪਸ ਪ੍ਰਾਇਰ ਟੂ ਹਿਸ ਰੀਸੈਂਟ ਇਲਨੈਸ ਵਿਜ਼ਿਟਡ ਹਿਸ ਰੈਜ਼ਿਡੈਂਸ অর ਇਨਵੈਸਟੀਗੇਟਡ ਦ ਥ੍ਰੈਟਸ ਮੇਡ ਅਗੇਂਸਟ ਹਿਮ ਉਹਨੇ ਕਿਹਾ ਜੀ ਉਹਨਾਂ ਦੀ ਫੈਮਿਲੀ ਨੇ ਕਿਹਾ ਕਿ ਵੀ ਪੁਲਿਸ ਨੇ ਕੋਈ ਕੇਸ ਨੰਬਰ ਇਸ਼ੂ ਨਹੀਂ ਕੀਤਾ ਉਹਨਾਂ ਨੇ ਸਾਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਜਿਹੜਾ ਅਵਤਾਰ ਸਿੰਘ ਖੰਡਾ ਦੇ ਵਰਕ ਕਲੀਗਸ ਜਾਂ ਫੈਮਿਲੀ ਦੇ ਕਿਸੇ ਹੋਰ ਨਾਲ ਗੱਲ ਕੀਤੀ ਰੀਸੈਂਟ ਇਲਨੈਸ ਤੋਂ ਪਹਿਲਾਂ ਉਹਨਾਂ ਦੇ ਜਿਹੜਾ ਉਹਨਾਂ ਨੇ ਰੀਟ੍ਰੈਕ ਬਿਆਨ ਆਪਣੇ ਬਦਲੇ ਨੇ ਔਰ ਇਹ ਸਾਰੀਆਂ ਜਿਹੜੀਆਂ ਨੇ ਨੇਚਰਲੀ ਆਈ ਕੁਡ ਪੁਟ ਥੀਸ ਕਨਸਰਨਸ ਡਾਇਰੈਕਟ ਟੂ ਦਾ ਚੀਫ ਕਨਸਟੇਬਲ ਉਹਨੇ ਕਿਹਾ ਮੈਂ ਮੇਅਰ ਹਾਂ ਮੈਂ ਇਹਨੂੰ ਚੀਫ ਕਨਸਟੇਬਲ ਦੇ ਸਾਹਮਣੇ ਸਿੱਧੇ ਵੀ ਰੱਖ ਸਕਦੀ ਹਾਂ ਐਂਡ ਆਈ ਆਮ ਸ਼ੋਰ ਹੀ ਊਡ ਰਿਪਲਾਈ ਵੈਰੀ ਥੋਰੋਲੀ ਵੀ ਉਹ ਮੈਨੂੰ ਜਵਾਬ ਵੀ ਦੇਗਾ ਬਟ ਗਿਵਨ ਦਾ ਇੰਪੋਰਟੈਂਸ ਆਫ ਦਾ ਇਸ਼ੂਜ਼ ਦਾ ਕਮਿਊਨਿਟੀ ਲੀਡਰਸ ਹੈਵ ਆਸਕਡ ਮੀ ਟੂ ਬ੍ਰਿੰਗ ਥੀਸ ਮੈਟਰਸ ਡਾਇਰੈਕਟ ਟੂ ਯੂ ਪਰ ਜਿਸ ਐਹਮੀਅਤ ਦਾ ਇਹ ਕੇਸ ਹੈ ਕਮਿਟੀ ਨੇ ਕਿਹਾ ਵੀ ਇਹ ਲੋਕਲ ਪੁਲਿਸ ਇਨਵੈਸਟੀਗੇਸ਼ਨ ਲੈਵਲ ਤੇ ਨਹੀਂ ਫੈਡਰਲ ਲੈਵਲ ਤੇ ਵੀ ਮੈਂ ਤੇਰੇ ਨੋਟਿਸ ਦੇ ਵਿੱਚ ਲਿਆਵਾਂ ਆਈ ਨੋਟ That you have received similar concerns from Neil O'Brien MP, and committee leaders here would therefore be very interested to learn your department, uh, to learn what your department has discovered in response to his correspondence. Uh -huh. We already MP Neil O'Brien, raised this I department. investigate ਕਰਕੇ ਕੀ ਸਿੱਟਾ ਕੱਢਿਆ ਹੈ ਸਾਰੇ ਦੇ ਉੱਤੇ ਔਰ ਕਨਕਲੂਡਿੰਗ ਪੈਰਾਗ੍ਰਾਫ ਹੈ ਯੂ विल आल्सो نو ਯੂ विल आल्सो नॉट बी ਸਰਪ੍ਰਾਈਜ਼ ਟੂ ਨੋ ਥੈਟ ਸਮ ਮੈਂਬਰਸ ਆਫ ザ ਕਮੇਟੀ ਹੈਵ ਨੋਟਿਡ ਥੈਟ ਅਰਾਊਂਡ ザ ਟਾਈਮ ਆਫ ਤਾਰਪ ਸਿੰਘ ਖੰਡਾਜ਼ ਡੈਥ ਸੈਵਰਲ ਇਨਸੀਡੈਂਟਸ ਹਾਪਨਡ ਇਨ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਥੈਟ ਇਫੈਕਟਡ ਮੈਂਬਰਸ ਆਫ ਦਾ ਇੰਟਰਨੈਸ਼ਨਲ ਸਿਕ ਕਮੇਟੀ ਇਹ ਹੁਣ ਰੈਫਰ ਕਰ ਰਹੀ ਹੈ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨਾਲ ਕਿ ਜਦੋਂ ਅਵਤਾਰ ਸਿੰਘ ਖੰਡੇ ਦਾ ਹੋਇਆ ਕੈਨੇਡਾ ਔਰ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦਾ ਖੁਸ਼ ਹੋਇਆ ਜੀ ਔਰ ਦੈਟ ਹੈਜ਼ ਲੇਫਟ ਸਮ ਫੀਲਿੰਗ ਅਫਰੇਡ ਫਾਰ देयर ਸੇਫਟੀ ਨਰਵਸ ਅਬਾਊਟ ਟ੍ਰੈਵਲਿੰਗ ਟੂ देयर ਹੋਮ ਲੈਂਡ ਐਂਡ ਵਰਡ ਅਬਾਊਟ ਅ 네ਗੇਟਿਵ ਪੋਰਟਰੇਲ ਆਫ ਦ ਸਿੱਖ ਕਮਿਊਨਿਟੀ ਕਿ ਭਾਈ ਇਸ ਸਾਰੇ ਨੇ ਉਹਨਾਂ ਨੂੰ ਖੌਫzada ਵੀ ਕੀਤਾ ਔਰ ਉਹਨਾਂ ਨੂੰ ਇਹ ਲੱਗਾ ਕਿ ਭਈ ਨਾ ਅਸੀਂ ਵਾਪਸ ਆਪਣੇ ਹੋਮ ਲੈਂਡ ਜਾ ਸਕਦੇ ਹਾਂ ਔਰ ਸਿੱਖ ਕਮਿਊਨਿਟੀ ਨੂੰ ਵੀ ਇੱਕ ਬੈਡ ਸ਼ੇਪ ਦੇ ਵਿੱਚ ਜਾ ਰਹੇ ਜੋ ਕਰੈਕਟਰ ਅਸੈਸਿਨੇਸ਼ਨ ਕਰ ਰਹੇ ਨੇ ਉਹ ਪੇਸ਼ ਕੀਤਾ ਜਾ ਰਿਹਾ ਹੈ ਆਈ نو ਯੂ ਹੈਵ ਆਲਸੋ ਐਗਜ਼ਾਮਿੰਡ this ਕੰਟੈਕਸਟ ਐਂਡ ਆ'ਡ ਬੀ ਵੈਰੀ ਮੱਚ ਵੈਲਕਮ ਯੋਰ ਥਿਊਜ਼ ਔਨ ਇਟ ਐਂਡ ਰੀਅਸ਼ੋਰੈਂਸ ਔਨ ਬਿਹੈਫ ਆਫ ਦਾ ਗਵਰਨਮੈਂਟ ਕਿ ਭਾਈ ਇਸ ਦੇ ਉੱਤੇ ਤੂੰ ਕੰਮ ਕਰ ਦੱਸ ਤੁਹਾਡੀ ਹਕੂਮਤ ਕੀ ਕਰਦੀ ਹੈ ਫਾਈਨਲੀ ਦਾ ਕਮਿਊਨਿਟੀ ਲੀਡਰਸ ਹੈਵ ਆਸਕਡ ਮੀ ਟੂ ਐਕਸਟੈਂਡ ਏਨ ਓਪਨ ਇਨਵੀਟੇਸ਼ਨ ਟੂ ਮੀਟ ਵਿਦ them ਔਨ ਯੂ ਯੋਰ ਨੈਕਸਟ ਵਿਜ਼ਿਟ ਟੂ ਵੈਸਟ ਮਿਡਲੈਂਡਸ ਕਿ ਵੀ ਕਮਿਟੀ ਨੇ ਕਿਹਾ ਵੀ ਤੂੰ ਜਦੋਂ ਨੈਕਸਟ ਵਿਜ਼ਿਟ ਤੇ ਆਣਾ ਹੈ ਵੈਸਟ ਮਿਡਲੈਂਡ ਤੇ ਉਹ ਤੇਰੇ ਨਾਲ ਮਿਲਣਾ ਚਾਹੁੰਦੇ ਨੇ ਓਪਨ ਇਨਵੀਟੇਸ਼ਨ ਵਾਂਗ ਇਹ ਹੋਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਵੀ ਐਟ ਲੀਸਟ ਪਾਵੇਂ ਅਜੇ ਕੋਈ ਕੰਕਰੀਟ ਤਾਂ ਨਹੀਂ ਨਜ਼ਰ ਆਂਦਾ ਪਰ ਘੱਟੋ ਘੱਟ ਕੰਨਾ ਤੇ ਜੂ ਰਿੰਗਣੀ ਸ਼ੁਰੂ ਹੋਈ ਹਾਲਾ ਇਹੀ ਅਸੀਂ ਕਹਿ ਸਕਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਕਦੇ ਨਾ ਕਿਤੇ ਅਨਕਵਰ ਹੋਏਗਾ ਔਰ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਰਿਹਾ ਕਿ ਰਿਸ਼ੀ ਸੋਨਕ ਦੀ ਜੋ ਲਾਈਨ ਰਹੀ ਹੈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਔਰ 5 I ਕੰਟਰੀ ਦਾ ਮੈਂਬਰ ਹੋਣ ਦੇ ਬਾਵਜੂਦ ਕੈਨੇਡਾ ਨੇ ਟ੍ਰੇਡ ਟਾਕਸ ਬੰਦ ਕੀਤੀਆਂ ਅਮਰੀਕਾ ਨੇ ਆਪਣਾ ਪ੍ਰੈਸ਼ਰ ਬਿਲਡ ਕੀਤਾ ਪਰ ਇਹ ਟ੍ਰੇਡ ਟਾਕ ਵੀ ਗੋ ਅਹੈਡ ਕੀਤਾ ਰਿਸ਼ੀ ਸੋਨਕ ਨੇ ਹੁਣ ਹਾਲਾਂਕਿ ਉਨ ਜਿਹੜਾ ਇਲੈਕਸ਼ਨ ਕੋਡ ਲਾਗੂ ਹੋ ਗਿਆ ਤੇ ਟ੍ਰੇਡ ਡੀਲ ਕੋਈ ਅਮਰੀਕਾ ਯੂਕੇ ਦੀ ਨਹੀਂ ਹੋਈ ਔਰ ਅੱਜ ਇਹਨਾਂ ਦੀ ਇੱਕ ਮੇਨ ਖਬਰ ਹੈ ਪੀਟੀਆਈ ਦੀ ਰਾਉਂਡ ਰਾਉਂਡ 14 ਆਫ ਇੰਡੀਆ ਯੂਕੇ ਫ੍ਰੀ ਟ੍ਰੇਡ ਐਗਰੀਮੈਂਟ ਟਾਕਸ ক্লোਜ਼ ਅਹੈਡ ਆਫ ਇਲੈਕਸ਼ਨ ਸ케ਜੂਲ ਉਨ ਕਿਉਂਕਿ ਡਿਕਲੇਅਰ ਹੋ ਗਈਆਂ ਔਰ ਇਹ ਡੀਲ ਨਹੀਂ ਹੋ ਸਕੇ ਨਹੀਂ ਤਾਂ ਮੋਦੀ ਔਰ ਰਿਸ਼ੀ ਸੋਨਕ ਦੁਨੀਆ ਨੂੰ ਔਰ ਸਿੱਖਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਸੀ ਤੁਹਾਡਾ ਖੂਨ ਡੁੱਲਿਆ ਕੋਈ ਇਮਿਆਸਤਰੀ ਰੱਖਦਾ ਆ ਦੇਖੋ ਇਨੇ ਜਿਹੜੀ ਐ ਟਰੇਡ ਡੀਲ ਜਿਹੜੀ ਐ ਇਹ ਫਾਈਨਲ ਹੋ ਗਈ ਐ ਯੂਕੇ ਔਰ ਇੰਡੀਆ ਦੀ ਸੋ ਅਸੀਂ ਸਮਝਦੇ ਹਾਂ ਕਿ ਵੈਸਟਮਿੰਡਲੈਂਡ ਦੀ ਮੇਅਰ ਨੇ ਵੀ ਔਰ ਜਿਹੜੇ ਬਾਕੀ ਐਮਪੀ ਨੀਲ ਓਬਰਾਇਨ ਨੇ ਵੀ ਜਿਹੜਾ ਇਸ਼ੂ ਚੁੱਕਿਆ ਹਫਤਾਰ ਸਿੰਘ ਖੰਡਾ ਦਾ ਇਹ ਔਰੇ ਜ਼ਾਹਰ ਹੈ ਕਿ ਯੂਕੇ ਦੀਆਂ ਸਿਕ ਆਰਗੇਨਾਈਜੇਸ਼ਨਸ ਹੁਣ ਪੂਰਾ ਪ੍ਰੈਸ਼ਰ ਬਿਲਡ ਕਰ ਰਹੀਆਂ ਨੇ ਇਹਦੀ ਜਦੋਂ ਵੀ ਤਾਕੀਅਤ ਹੋਏਗੀ ਇਨਵੈਸਟੀਗੇਸ਼ਨ ਹੋਏਗੀ ਇਹ ਸਾਰੇ ਫੁੱਟਸਟੈਪ ਜਿਹੜੇ ਨੇ ਉਹ ਇੰਡੀਅਨ ਹਾਈ ਕਮਿਸ਼ਨ অর ਇੰਡੀਅਨ ਕਨਸੂਲੇਟਸ ਵਾਲੀ ਜਾਣਗੇ অর ਇਹ ਬਿਲਕੁਲ ਜਿਹੜਾ ਹੈ ਉਹ ਟਾਰਗੇਟਡ ਮਰਡਰ ਹੈ ਅਵਤਾਰ ਸਿੰਘ ਖੰਡਾ ਦਾ ਜੀ ਰਸਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਆਪਣੇ ਜਿਹੜੇ ਈਵਿਊਜ਼ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਆਂ ਅੱਜ ਜੜ ਜਿਹੜੇ ਸਾਡੇ ਕੋਲ ਮੈਸੇਜ ਨੇ YouTube ਦੇ ਉੱਪਰ ਸਭ ਦੇ ਫਤਿਹ ਦੇ ਨੇ অর ਖਾਲਸਾ ਜਿੰਦਾਬਾਦ ਦੇ ਨੇ অর ਮੈਂ ਨਾ ਰੈਕਗਨਾਈਜ਼ ਕਰਨ ਜਾ ਰਹੀ ਆਂ ਇੰਦਰਜੀਤ ਸਿੰਘ ਸਿੱਧੂ ਸੰਧੂ ਹਾਂਜੀ ਐਂਡ ਜਸਕੀਰਤ ਸਿੰਘ ਜੀ 올 अबाउट ਟਰੂਥ ਐਂਡ ਸਿੱਖੀਜ਼ਮ ਅਮਰਜੀਤ ਸਾਨੀ ਚਿੰਦਾ ਸਿੰਘ ਗਿੱਲ ਕਲਸਾਨੀ ਪਾਲ ਸਿੰਘ ਗਰੇਵਾਲ ਕਾਲੀਪਾੜੀ ਵਾਲਾ ਸਾਧੂ ਬਲਵਿੰਦਰ ਸਿੰਘ ਜੁਗਰਾਜ ਸਿੰਘ ਸਿੱਧੂ ਫਿਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਫਿਰ ਜਸਵੀਰ ਬਰਾੜ ਜੀ ਫਿਰ ਹੈਗੇ ਨੇ ਸੁਖ ਸੁਰਮੁਖ ਮੰਦਰਾ ਜੀ ਜਸਵੀਰ ਸਿੰਘ ਗਰੇਵਾਲ ਜੀ ਹਰਦੀਪ ਸਿੰਘ ਜੀ ਔਰ ਧਰਮ ਸਿੰਘ ਜੀ ਫਿਰ ਇਸੇ ਤਰ੍ਹਾਂ ਰਾਜ ਸਿੱਧੂ ਜੀ ਕੁਲਦੀਪਖੋਰ ਜੀ ਅਵਤਾਰ ਸਿੰਘ ਜੀ ਸਤਨਾ ਮੌਜਲਾ ਜੀ ਦਵਿੰਦਰ ਸਿੰਘ ਜੀ ਪ੍ਰਭ ਕੋਰ ਜੀ ਫੇਰ ਇਸ ਤਰ੍ਹਾਂ ਹਰਮਨ ਪੰਨੂ ਜੀ ਜਤਿੰਦਰ ਸਿੰਘ ਜੀ ਦਵਿੰਦਰ ਸੰਧੂ ਜੀ ਸਿੰਘ ਅਰਚਾ ਜੀ ਧਰਮ ਸਿੰਘ ਜੀ ਹਰਮਨ ਪੰਨੂ ਐਂਡ ਬਸਰਾ 4759 ਇਹ ਸਭ ਸਾਨੂੰ ਖਾਲਸਾ ਜਿੰਦਾਬਾਦ ਐਂਡ ਗੁਰੂ ਫਤਿਹ ਬੁਲਾਉਂਦੇ ਨੇ ਐਂਡ ਰੈਫਰੈਂਸ 2020 ਵਾਲਾ ਵੀ ਹੋਈ ਜਿੰਦਾਬਾਦ ਕਹਿੰਦੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰੱਬ ਦਾ ਫੇਸਬੁੱਕ ਤੇ ਸਾਡੇ ਵੀਰ ਕਮਲ ਸਿੰਘ ਲਿਖਦੇ ਨੇ ਆਰਐਸਐਸ ਨੇ ਚੋਣਾ ਲਈ ਤਾਂ ਪਵਿੱਖ ਵਿੱਚ ਆਪਣੇ ਉਦੇਸ਼ ਸਪਸ਼ਟ ਕਰ ਦਿੱਤੇ ਹਨ ਕਿ ਇੱਕ ਕਿਸਾਨ ਖਾਲ ਕੇ ਇੱਕ ਕਿਸਾਨ ਖਾਲਸਤਾਨੀ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਮੋਰਚੇ ਦੀ ਹਮਾਇਤ ਸਿਰਫ ਵਿਦੇਸ਼ਾਂ ਵਿੱਚ ਸਿੱਖਾਂ ਤੋਂ سوا ਕਿਸੇ ਨੇ ਨਹੀਂ ਕੀਤੀ ਦੂਜਾ ਕਿ ਭਾਰਤ ਵਿੱਚ ਕੋਈ ਕਟਗਿਣਤੀ ਹੈ ਹੀ ਨਹੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਉਹ ਆਪਣੇ ਇਸ ਵਰਤਾਂਤ ਲਈ ਵਰਤਣਗੇ ਕਿ Hindu ਕੋਈ ਧਰਮ ਨਹੀਂ ਹੈ ਸੋ ਹੁਣ ਬਾਹਰਲੇ ਸਿੱਖਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ ਇਸ ਦਾ ਮੁਕਾਬਲਾ ਕਰਨ ਲਈ ਕਿਉਂਕਿ ਜ਼ਿਆਦਾ ਜ਼ੋਰ ਇਹਨਾਂ ਦਾ ਉੱਥੇ ਹੀ ਲੱਗਣਾ ਹੈ ਕਿ ਦੁਨੀਆ ਵਿੱਚ ਇਹ ਗੱਲ ਖਤਮ ਕਰ ਦਿੱਤੀ ਜਾਏ ਕਿ ਇੱਥੇ ਕੋਈ ਘਟ ਗਣਤੀ ਨਹੀਂ ਹੈ ਜੇ ਘਟ ਗਣਤੀ ਨਹੀਂ ਫਿਰ ਉਸ ਦੇ ਹੱਕਾਂ ਦੀ ਗੱਲ ਕਰ ਇਹ ਬਿਲਕੁਲ ਠੀਕ ਵੀਰ ਖਮਲ ਸਿੰਘ ਜੀ ਨੇ ਕਿ ਆਰਐਸਐਸ ਦੀ ਸਿਧਾਂਤਕ ਪੋਜੀਸ਼ਨ ਇਹ ਹੈ ਉਹ 1998 ਦੇ ਨੇੜੇ ਤੇੜੇ ਜਿਹੜਾ ਸੁਪਰੀਮ ਕੋਰਟ ਨੇ ਇੱਕ ਵਰਡਿਕਟ ਦਿੱਤਾ ਸੀ ਜਦੋਂ ਰਾਮ ਜੇਟ ਬਨਾਨੀ ਨੇ ਆਰਗੂ ਕੀਤਾ ਸੀ ਕਿ ਜੀ Hindu ਕੋਈ ਮਜ਼ਹਬ ਨਹੀਂ ਹੈ ਇਹ ਤਾਂ ਇੱਕ ਇੰਡਸ ਇਧਰ ਰਹਿਣ ਵਾਲਿਆਂ ਦਾ ਜਿਹੜਾ ਹਰ ਇਸ ਖਿੱਤੇ ਦਾ ਵਾਸੀ Hindu ਹੈ ਔਰ ਸੁਪਰੀਮ ਕੋਰਟ ਨੇ ਉਸ ਤੇ ਉੱਤੇ ਮੋਹਰ ਲਾਈ ਹੋਈ ਹੈ ਸੋ ਉਹਦੇ ਥੱਲੇ ਹੀ RSS ਦਾ ਆਰਗੂਮੈਂਟ ਹੈ ਕਿਹੜੀ ਘੱਟ ਗਿਣਤੀ ਕਿਹੜੇ ਸਿੱਖ ਮੁਸਲਮਾਨ ਬੋਧੀ ਜਾਨੀ ਇੱਥੇ ਤਾਂ ਸਭ Hindu ਨੇ ਆ ਦੇਖ ਲਓ ਸੁਪਰੀਮ ਕੋਰਟ ਦਾ ਫੈਸਲਾ ਔਰ ਬਿਲਕੁਲ ਉਸ ਪਾਸੇ ਵੱਲੇ ਜਾ ਰਹੇ ਨੇ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇਟ ਇਜ਼ ਸੈਡ ਥਿੰਗ ਪੀਪਲ ਕੰਟਰੋਲਿੰਗ ਦਾ ਸਟੇਜ ਨੈਵਰ ਇੰਟਰਪ੍ਰੀਟ ਦਾ ਫੀਲਿੰਗਸ ਆਫ ਸੰਗਤ ਸੰਗਤ ਇਜ਼ অলਵੇਜ਼ देयर ਫॉर ਦਾ ਪੰਥ ਬਟ ਸਮ ਆਫ ðiਜ਼ ਲੀਡਰਜ਼ ਆਲਵੇਜ਼ ਡਿਸ ਅਪਾਇੰਟ ਦਾ ਸੰਗਤ ਜ਼ਾਰ ਹੈ ਰਾਜਬੰਦਰ ਸਿੰਘ ਉਹਦਾ ਇਸ਼ਾਰਾ ਜਿਹੜੀ ਸਟੇਜ ਹੈਰੀਟੇਜ ਸਟਰੀਟ ਪੰਥਕ ਮੋਰਚੇ ਦੇ ਉੱਤੇ ਕੱਲ ਜਿਵੇਂ ਹੈਂਡਲ ਹੋਈ ਔਰ ਰਾਜਬੰਦਰ ਸਿੰਘ ਜੀ ਕੁਝ ਗੱਲਾਂ ਮੈਂ ਕਹਿ ਕਿ ਵੀ ਨਹੀਂ ਕਹਿਣਾ ਚਾਹੁੰਦਾ ਬਸ ਜਿੰਨਾ ਘੱਟ ਕਿਹਾ ਜਾਏ ਬਿਹਤਰ ਹੈ ਹਾਲਾਂ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਈਵਨ ਇਹ ਸਾਰੇ ਮੁੱਦੇ ਦੇ ਉੱਤੇ ਅ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਅਲਟੀਮੇਟਲੀ ਸੋਨਰ ਔਰ ਲੇਟਰ ਇਹ ਕਿੰਨੀ ਕੁ ਦੇਰ ਅਸੀਂ ਇਹਨਾਂ ਤੋਂ ਆਸ ਵੀ ਕਰਾਂਗੇ ਖਾਲਸਾਣ ਦੇ ਮੁੱਦੇ ਦੇ ਉੱਤੇ ਫੋਕਸ ਕੀਤੇ ਬਿਨਾ ਔਰ ਯੋਗ ਕ੍ਰੈਡੀਬਲ ਲੀਡਰਸ਼ਿਪ ਤੋਂ ਬਿਨਾ ਇਹ ਗੱਲ ਕਿਸੇ ਜਿਹੜੀ ਹੈ ਉਹ ਤਨ ਪਤਨ ਨਹੀਂ ਲੱਗਣੀ ਕਿਸੇ ਕੰਡੇ ਨਹੀਂ ਲੱਗਣੀ ਬਿਲਕੁਲ ਰਾਜਵਿੰਦਰ ਸਿੰਘ ਉਹਨਾਂ ਨੇ ਖਾਲਸਾਣ ਜ਼ਿੰਦਾਬਾਦ ਹਰਜੀਤ ਸਿੰਘ ਕਹਿੰਦੇ ਨੇ ਪੋਖੜ ਤਾਲ ਮਸਲੇ ਦਾ ਹੱਲ ਨਹੀਂ ਸੰਘਰਸ਼ ਨੂੰ ਚੱਲਦਾ ਰੱਖਣ ਲਈ ਜ਼ਿੰਦਾ ਰਹਿਣਾ ਜ਼ਰੂਰੀ ਹੈ ਵਾਹਿਗੁਰੂ ਜਾਣਦਾ ਕਦੋਂ ਹਾਲਾਤ ਬਦਲ ਜਾਣ ਤੇ ਸਾਡੇ ਸੰਘਰਸ਼ੀਲ ਯੋਧੇ ਜੇਲਾਂ ਤੋਂ ਬਾਹਰ ਆ ਜਾਣ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਇਹ ਸਾਨੂੰ ਇਸ ਜਿਹੜੀ ਇਹ ਗਾਂਧੀਵਾਦੀ ਲਾਈਨ ਦੇ ਥੱਲੇ ਸ਼ੁਰੂ ਕਰ ਲਿਆ ਕੰਮ ਵਰਤਾਵਰਤਾ ਵਾਲਾ ਕੰਮ ਇਹ ਸਾਡੀ ਪਰੰਪਰਾ ਦਾ ਹਿੱਸਾ ਨਹੀਂ ਹੈ ਹਾਂ ਔਰ ਇਸ ਲਈ ਜ਼ਰੂਰੀ ਹੈ ਵੀ ਕਈ ਵਾਰ ਤੁਸੀਂ ਮੌਕੇ ਦੇ ਉੱਤੇ ਫੋਕਸ ਕਰਨ ਲਈ ਹੀ ਚੁਣਿਆ ਇਸ ਨੂੰ ਲੇਕਿਨ ਇਸ ਚੋ ਅਸੀਂ ਦੇਖਦੇ ਆਂ ਵੀ ਅਲਟੀਮੇਟਲੀ ਇਹਨਾਂ ਨੂੰ ਕੀ ਫਰਕ ਪੈਂਦਾ ਹੈ ਲੱਖ ਡੇਢ ਲੱਖ ਚਲੇ ਗਏ ਹੋਰ ਵੀ ਚਲੇ ਜਾਣ ਇਹ ਮਾਰ ਦੇਣ ਕੋ ਆਪ ਜਿਹੜਾ ਉਹ ਅਨਸ਼ਨ ਕਰ ਲੈਣ ਸੋ ਮੁਹੰਮਦ ਅਨਵਰ ਉਹਨਾਂ ਨੇ ਜਿੰਦਾਬਾਦ ਦਵਿੰਦਰ ਸਿੰਘ ਪ੍ਰਭ ਦਿਆਲ ਸਿੰਘ ਮੀਰ ਫਵਾਦ ਉਹ ਕਹਿੰਦੇ ਨੇ ਹੈਲੋ ਸਰ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਹੋਪ ਯੂ ਆਰ ਫਾਈਨ ਇਸ ਦੇ ਅਨੀ ਅਪਡੇਟ ਆਫ ਪਾਈ ਅਮਰਤਪਾਲ ਸਿੰਘ ਵਿਲ ਦਿਸ ਗਵਰਨਮੈਂਟ ਸ਼ਿਫਟ ਹਿਮ ਫਰਮ ਅਸਾਮ ਜੇਲ ਅ ਮੀਰ ਫਵਾਦ ਜੀ ਹੁਣ ਤਾਂ ਚੋਣਾ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ देयर इज नो ਹੋਪ ਕਿ ਵੀ ਉਹਨਾਂ ਨੂੰ ਕੋਈ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਰਿਆਣ ਗਿਆਣ ਵਾਲੇ ਮਹੀਨੇ ਚ ਹਾਂ ਅਕਾਲ ਤਖਤ ਨੇ ਕਿਉਂਕਿ ਇੰਟਰਵਿਨ ਕੀਤਾ ਸੋ ਇਸ ਗੱਲ ਦੀ ਪੋਸੀਬਿਲਟੀ ਹੈ ਕਿ ਉਹਨਾਂ ਦੀ ਭੁਖੜ ਹੜਤਾਲ ਤਾਂ ਛੁੜਵਾਤੀ ਜਾਏਗੀ ਔਰ ਉਹਨਾਂ ਦੀ ਜਾਨ ਸੇਫ ਹੋਏਗੀ ਔਰ ਉਹ ਲੰਬੀ ਲੜਾਈ ਲੜਨੀ ਪੈਗੀ ਪਰ ਇਹਨਾਂ ਨੇ ਉਹਨਾਂ ਨੂੰ ਪੰਜਾਬ ਹਾਲ ਦੀ ਘੜੀ ਨਹੀਂ ਜਾਣਿਆ ਹਰਮੇਲ ਸਿੰਘ ਦਸਾਂਜ ਉਹਨਾਂ ਨੇ ਫਤਿਹ ਬਲਾਈ ਹੈ ਤੁਹਾਨੂੰ ਵੀ ਔਰ ਮੈਨੂੰ ਵੀ ਗੁਰਫਤ ਹੈ ਜੀ ਆ ਦੀਪ ਸਿੰਘ ਕਹਿੰਦੇ ਨੇ ਪੈਗਵੰਤ ਮਾਨ ਨੇ ਥੈਂਕ ਯੂ ਪੈਗ ਸਿੰਘਾਂ ਤੇ ਰੋਕਾਂ ਲਾ ਕੇ ਆਪਣੀ ਔਕਾਤ ਦਿਖਾ ਦਿੱਤੀ ਜਿੰਨੀ ਕੋ ਔਕਾਤ ਦਾ ਉਹ ਮਾਲਕ ਹੈ ਦੀਪ ਸਿੰਘ ਜੀ ਉਤਾ ਅਮਿਤ ਸ਼ਾਹ ਦਾ ਪਿਆਦਾ ਹੈ ਜਿਵੇਂ ਕੈਪਟਨ ਅਮਰਿੰਦਰ ਨੇ ਵੀ ਉਹਨੂੰ ਹੀ ਫਾਲੋ ਕੀਤਾ ਏਜੰਸੀਆਂ ਪੰਜਾਬ ਨੂੰ ਰਨ ਕਰ ਰਹੀਆਂ ਇਹ ਵਾਕਿਆ ਹੀ ਹੈ ਤਾਂ ਪੈਗਵੰਤ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜੀਰਪਾਲ ਸਿੰਘ ਚੀਮਾ ਆਜ਼ਾਦੀ ਜਾਂ ਗੁਲਾਮੀ ਮਾਇਆ ਭੇਟ ਕਰਕੇ ਖਰੀਦਿਆ ਜਾਂ ਪ੍ਰਾਪਤ ਕੀਤਾ ਗਿਆਨ ਮਾਇਆ ਦਾ ਹੀ ਦੂਸਰਾ ਰੂਪ ਹੁੰਦਾ ਹੈ ਭਾਈ ਤੇ ਇਹੀ ਮਾਇਆ ਰੂਪ ਗਿਆਨ ਹੀ ਤੁਹਾਡੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਵੱਡਾ ਬੰਧਨ ਹੈ ਤੇ ਇਹੀ ਤੁਹਾਡੇ ਦੁੱਖਾਂ ਖਵਾਰੀਆਂ ਤੇ ਗੁਲਾਮੀ ਦਾ ਕਾਰਨ ਹੈ ਸੀਸ ਭੇਟ ਕਰਕੇ ਪ੍ਰਾਪਤ ਕੀਤਾ ਗਿਆਨ ਹੀ ਜੀਵਨ ਦਾ ਅਸਲੀ ਸਾਰ ਤਤ ਹੈ ਜੋ ਸੁਖ ਆਨੰਦ ਰਾਜ ਆਜ਼ਾਦੀ ਤੇ ਮੁਕਤੀ ਬਖਸ਼ਦਾ ਹੈ ਸਿਸ ਪੇਟ ਕੀਤੇਆਂ ਹੀ ਧੜ ਆਪਣੇ ਆਪ ਆਜ਼ਾਦੀ ਦੇ ਰਸਤੇ ਤੇ ਚੱਲ ਪੈਂਦੇ ਹਨ ਭਾਈ ਫਿਰ ਬਾਬਾ ਦੀਪ ਸਿੰਘ ਜੀ ਤੇ ਇਹੀ ਸਾਰ ਤਤ ਗਿਆਨ ਹੀ ਗੁਰੂ ਦੇ ਖਾਸ ਰੂਪ ਖਾਲਸੇ ਵਿੱਚ ਹਾਜ਼ਰ ਨਾਜ਼ਰ ਤੇ ਪ੍ਰਗਟ ਹੈ ਮਾਇਆ ਦੇ ਗਿਆਨ ਨਾਲ ਸਭ ਕੁਝ ਪ੍ਰਾਪਤ ਕਰਕੇ ਵੀ ਗੁਲਾਮ ਹੀ ਰਹੋਗੇ ਗੁਰੂ ਦੇ ਗਿਆਨ ਨਾਲ ਹੀ ਤੁਸੀਂ ਆਜ਼ਾਦ ਰਾਜੇ ਬਣ ਸਕਦੇ ਹੋ ਭਾਈ ਕਿੰਨਾ ਅਜੀਬ ਹੈ ਬੰਦਾ ਮਾਇਆ ਦੇ ਗਿਆਨ ਨਾਲ ਆਜ਼ਾਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਮ ਅਕਾਲ ਦੀ ਫੌਜ ਹੀ ਅਕਾਲ ਦਾ ਰਾਜ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰਕੇ ਮਨੁੱਖਤਾ ਨੂੰ ਸੁਖ ਆਨੰਦ ਰਾਜ ਤੇ ਮੁਕਤੀ ਦੇਵੇਗੀ ਪਰ ਫੈਸਲਾ ਤੁਸੀਂ ਕਰਨਾ ਹੈ ਆਜ਼ਾਦੀ ਜਾਂ ਗੁਲਾਮੀ ਹਮ ਕਿਰਪਾਲ ਸਿੰਘ ਚੀਮਾ ਜੀ ਬਹੁਤ ਡੂੰਘੇ ਫਲਸਫੇ ਨੂੰ ਜਿਹੜਾ ਅਸਲ ਗੁਰਮਤ ਦਾ ਸਿੱਖੀ ਦਾ ਸਿਧਾਂਤ ਹੈ ਹਮ ਉਹਨੂੰ ਇੰਟਰਪ੍ਰੀਟ ਕਰਦੇ ਨੇ ਮੇਰੇ ਲਈ ਤਾਂ ਇਹ ਨਗੇਟਸ ਆਫ ਵਿਜ਼ਡਮ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਸਰੋਤੇ ਵੀ ਔਰ ਵਿਊਅਰ ਵੀ ਇਸ ਨੂੰ ਇੰਜੋਏ ਕਰਦੇ ਹੋਣਗੇ ਪਰ ਇਹ ਕੱਲਾ ਇੰਜੋਏ ਕਰਨ ਵਾਲਾ ਪਾਰਟ ਨਹੀਂ ਹੈ ਇਹ ਕਮਾਨ ਵਾਲੀਆਂ ਗੱਲਾਂ ਨੇ ਜਿਹੜੀਆਂ ਜੀਵਨ ਦੇ ਅੰਦਰ ਖਾਲਸਾਈ ਆਦਰਸ਼ਾਂ ਦੇ ਉੱਤੇ ਦ੍ਰਿੜ ਰਹਿ ਕੇ ਜਿਹੜਾ ਹੀ ਕਮਾਈਆਂ ਜਾ ਸਕਦੀਆਂ ਨੇ ਅੱਛਾ ਔਰ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਇਹ ਸਾਂਝਾ ਕੀਤਾ ਸੀ ਵਿਚਾਰ ਕਿ 2 12ਵਾਂ ਗੁਰੂ ਗ੍ਰੰਥ ਸਾਹਿਬ ਚ ਨੇ ਇੱਕ 12ਵਾਂ ਮਾਜ ਹੈ ਪੰਜਵੇਂ ਪਾਤਸ਼ਾਹ ਦਾ ਰਚਿਆ ਹੋਇਆ ਜਿਹੜਾ ਅਕਸਰ ਜਦੋਂ ਸੰਗਰਾਂਦ ਜਿਸ ਨੂੰ ਆਮ ਸਿੱਖ ਸੰਗਤ ਕਹਿੰਦੀ ਹੈ ਜੀ ਜਾਂ ਸੰਸਕ੍ਰਿਤ ਦਾ ਲਫ਼ਜ਼ ਸਕ੍ਰਾਂਤੀ ਹੈ ਜਾਂ ਅਸੀਂ ਕਹਿੰਦੇ ਨਵੇਂ ਮਹੀਨੇ ਦਾ ਚੜਨਾ ਉਦੋਂ ਜਿਹੜਾ ਉਪਦੇਸ਼ ਰੂਪ ਦੇ ਵਿੱਚ ਸੁਣਾਇਆ ਜਾਂਦਾ ਹੈ ਜਾਂ ਜਦੀ ਵਿਆਖਿਆ ਕੀਤੀ ਜਾਂਦੀ ਹੈ ਉਹ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਇਥੋਂ ਸ਼ੁਰੂ ਹੁੰਦਾ ਹੈ ਫਿਰ ਚੇਤ ਗੋਬਿੰਦ ਰਾਦੀ ਹੈ 12 ਮਹੀਨੇ ਫਿਰ ਉਸ ਦਾ ਕਨਕਲੂਜਨ ਹੈ ਬੜੀ ਖੂਬਸੂਰਤ ਗੱਲ ਹੈ ਕਿਉਂਕਿ ਬਹੁਤ ਵਾਰ ਇੱਕ ਜ਼ਮਾਨਾ ਹੁੰਦਾ ਸੀ ਸਾਡੀਆਂ ਮਾਈਆਂ ਔਰ ਦੂਸਰੀਆਂ ਉਹ ਮਹੀਨਾ ਹੀ ਸੁਣਨ ਤਾਂ ਕੋਰਾਂ ਨੂੰ ਹੁੰਦਾ ਸੀ ਕਿ ਵੀ ਅੱਜ ਨਵਾਂ ਮਹੀਨਾ ਸ਼ੁਰੂ ਹੋਇਆ ਹੈ ਸੁਣਾਗੇ ਤੇ ਮਹੀਨਾ ਚੰਗਾ ਬੀਤੇਗਾ ਪਰ ਇਹ ਸਾਰਾ ਜਿਹੜਾ ਕਿਉਂਕਿ ਇਹ ਰਚਨ ਜਿਹੜੀਆਂ ਨੇ ਬਾਣੀ ਦੀਆਂ ਦੇ ਲਈ ਕਿਤੇ ਦਿਨ ਵਾਰ ਕਿਤੇ ਅੱਖਰ ਪੱਟੀ ਲਿਖੀ ਇਹ ਆਧਾਰ ਬਣਾ ਕੇ ਰੋਹਾਨੀਅਤ ਦਾ ਸੁਨੇਹਾ ਦਿੱਤਾ ਗਿਆ ਤੇ ਇਸ ਬਾਰਮਾਹ ਦੇ ਵਿੱਚ ਵੀ ਅਖੀਰ ਚ ਗੁਰੂ ਸਾਹਿਬ ਨੇ ਇਹੀ فرمایا ਸੀ ਕਿ ਮਾਹ ਦਿਵਸ ਮੂਰਤ ਭਨੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਕਿ ਵੀ ਇਹ ਇਹ ਸਮਝ ਲੈਣਾ ਕਿ ਕੋਈ ਦਿਨ ਖਾਸ ਹੈ ਸਪੀਸ਼ੀਅਸ ਹੈ ਸ਼ੁਭ ਹੈ ਤੇ ਕੋਈ ਸ਼ੁਭ ਐਵੇਂ ਨਹੀਂ ਹੈ ਉਹੀ ਦਿਨ ਉਹੀ ਮਹੀਨਾ ਉਹੀ ਪਲ ਭਲੇ ਜਿਸ ਦੇ ਉੱਤੇ ਅਕਾਲ ਪੁਰਖ ਦੀ ਨਜ਼ਰ ਹੈ ਉਸ ਨੂੰ ਨਜ਼ਰ ਕਰੇ ਅਤੇ ਅਸੀਂ ਮੰਗਣਾ ਕੀ ਹੈ ਅਕਾਲ ਪੁਰਖ ਤੋਂ ਨਾਨਕ ਮੰਗਾਏ ਦਰਸਦਾਨ ਕਿਰਪਾ ਕਰੋ ਹੈ ਵਾਹਿਗੁਰੂ ਕਿਰਪਾ ਕਰ ਤੇ ਆਪਣਾ ਦੀਦਾਰ ਦੇ ਉਹਨਾਂ ਦੀਦਾਰ ਕੀ ਹੈ ਗੁਰਮੂਰਤ ਗੁਰਸ਼ਬਦ ਹੈ ਸਤਗੁਰ ਦੀ ਆ ਬੁਝਾਇ ਜੀ ਜਦੋਂ ਗੁਰੂ ਦੀ ਬਾਣੀ ਤੁਹਾਡੇ ਤੁਰ ਅੰਦਰ ਆ ਉਤਰਦੀ ਹੈ ਨਾਮ ਦਾ ਖੰਡਾ ਚੱਤੇ ਪੈਰ ਖੜਕਦਾ ਚਾਰ ਚਫੇਰੇ ਤੁਹਾਨੂੰ ਉਸ ਵਾਹਿਗੁਰੂ ਦੀ ਹੋਂਦ ਨਜ਼ਰ ਆਉਂਦੀ ਹੈ ਜੀ ਤੁਹਾਡੇ ਅੰਦਰੋਂ ਮੁਹੱਬਤ ਦਾ ਪਿਆਰ ਦਾ ਉਹ ਚਸ਼ਮਾ ਜਿਹੜਾ ਫੁੱਟ ਰਿਹਾ ਹੁੰਦਾ ਕੋਈ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ हमको ਬਨਾਈ ਇਹ ਉਸ ਵੈਗਰੂ ਦੀ ਨਦਰਨਾਣ ਹੁੰਦਾ ਹੈ ਦੂਸਰਾ 12 ਮਾ ਤੁਖਾਰੀ ਰਾਗ ਦੇ ਵਿੱਚ ਹੈ ਜਿਸ ਦੇ ਵਿੱਚ ਬੜਾ ਖੂਬਸੂਰਤ ਇਹ ਜਿਹੜੀ ਹੈ ਹੈ ਬਾਣੀ ਕਿਉਂਕਿ ਇਸ ਦੇ ਵਿੱਚ ਅਸੀਂ ਪੰਜਾਬ ਦੇ 6 ਮੌਸਮਾਂ ਪੰਜਾਬ ਦੀ ਧਰਤੀ ਉੱਥੇ ਹੋ ਰਹੀਆਂ ਤਬਦੀਲੀਆਂ ਮੌਸਮਾਂ ਦੇ ਨਾਲ ਉਸ ਦੇ ਪੰਛੀ ਉਸ ਦਾ ਆੜਾ ਦਵਾੜਾ ਕਿਤੇ ਡੱਡੂ ਕਿਤੇ ਸੱਪ ਜਿਹੜੇ ਬਰਸਾਤਾਂ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਵੀ ਵਰਣਨ ਹੈ ਪਰ ਉਸ ਦੇ ਮਹੀਨੇ ਜਿਵੇਂ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ RAM ਇਸ ਤੋਂ ਬਾਅਦ ਚੇਤ ਮਹੀਨੇ ਦੀ ਗੱਲ ਸ਼ੁਰੂ ਹੋਈ 12ਵਾਂ ਮਾਜ ਦੇ ਵਿੱਚ ਇਸੇ ਤਰ੍ਹਾਂ ਇਸ ਤਖਾਰੀ ਦੇ ਵਿੱਚ ਤਖਾਰੀ ਛੰਦ ਮੁਹੱਲਾ ਪਹਿਲਾ 12ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਸਿਰ ਸਿਰ ਸੁਖ ਸਹਿਮਾ ਦੇ ਸੋ ਤੂ ਪਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੀਯ ਬਾਜ ਦੋਹੇਲੀ ਕੋਏ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂ ਸੁਣ ਆਤਮ ਰਾਮਾ ਅਲੰਕਾਰ स्त्री और पति इंतजार ते वसल और इस के ओ तू सुण किरत पूर्व कमाया कि भी तू हे रूह हे इंसान सुन तेरी किरत की सी तेरे कर्म की ने तेरे कर्म की ने जिस जो हर कोई ਲੰਘਦਾ ਜਿਹਨੇ ਜੋ ਕਮਾਈ ਕੀਤੀ ਹੁੰਦੀ ਆ ਉਹੀ ਕਮਾਈ ਤੁਹਾਡੀ ਸਫਲੀ ਹੁੰਦੀ ਹੈ ਜਿਹੜੀ ਤੁਸੀਂ ਕਮਾਈ ਕੀਤੀ ਹੁੰਦੀ ਹੈ ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਪਲਾ ਕਿ ਇਹ ਸੁਖ ਹੋਏ ਜਾਂ ਦੁੱਖ ਹੋਏ ਇਹ ਸਾਰੇ ਜਿਹੜੇ ਨੇ हे ਵਾਹਿਗੁਰੂ ਜੋ ਤੂੰ ਦਿੰਨੇ ਜੋ ਤੇਰੇ ਭਾਣੇ ਦੇ ਵਿੱਚ ਹੁੰਦਾ ਮੈਂ ਤੇ ਇਸ ਨੂੰ ਮਿੱਠਾ ਭਾਣਾ ਕਰਕੇ ਮੰਨਦਾ ਜੇ ਸੁਖ ਦੇ ਤਾਂ ਤੁਝੇ ਆਰਾਧਿ ਦੁੱਖ ਵੀ ਤੁਝੇ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਹੋਣਾ ਸਿਰ ਸਿਰ ਸੁਖ ਸਮਾ ਕਿ ਭਾਈ ਤੂੰ ਮੈਨੂੰ ਖੁਸ਼ੀ ਦੇ ਜਾਂ ਦੁੱਖ ਦੇ ਦੇ ਸੋ ਤੂੰ ਭਲਾ ਇਹ ਜੋ ਵੀ ਤੂੰ ਕਰ ਰਿਹਾ ਤੂੰ ਭਲਾ ਹੀ ਕਰ ਰਿਹਾ ਤੂੰ ਭਲੇ ਤੇ ਭਲੇ ਨੇ ਭਲਾ ਹੀ ਕਰਨਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਏ ਵਾਇਗਰੂ ਇਕ ਕ੍ਰिएशन ਸਾਰੀ ਤੇਰੀ ਹੈ ਮੈਂ ਕਿਹਦਾ ਪਾਣੀ ਹਾਰ ਐ ਇਹ ਸਾਰਾ ਮੇਰੀ ਹਾਲਾਤ ਮੇਰੀ ਹਾਲਤ ਕੀ ਹੈ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾਂ ਕਿ ਹੇ ਵਾਹਿਗੁਰੂ ਮੈਂ ਤਾਂ ਤੇਰੇ ਬਿਨਾ ਇੱਕ ਪਲ ਵੀ ਜੂ ਨਹੀਂ ਸਕਦਾ ਹੂੰ ਇਹ ਐ ਆਖਾਂ ਜੀਵਾਂ ਵਿਸਰੇ ਮਰ ਜਾਉ ਕਿ ਜਦ ਜੁੜੀ ਹੋਈ ਰੂਹ ਹੈ ਉਹ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਚ ਉਸਦੇ ਪਿਆਰ ਚ ਇਸ ਕਦਰ ਸਰਸ਼ਾਰ ਹੁੰਦੀ ਹੈ ਕਿ ਉਹ ਇਹੀ ਬੋਲ ਬੋਲੇਗੀ ਹਰ ਰਚਨਾ ਤੇਰੀ ਹਾਂ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੀਆ ਬਾਜ ਦੁਹੇਲੀ ਕੋਏ ਨਾ 베ਲੀ ਗੁਰਮੁਖ ਅੰਮ੍ਰਿਤ ਪੀਵਾ ਹੁਣ ਇਹ ਵੀ ਦੋ ਲਫ਼ਜ਼ ਇੱਕ ਸੁਹੇਲਾ ਇੱਕ ਦੁਹੇਲਾ ਇੱਕ ਦੁਹੇਲੀ ਹੈ ਇੱਕ ਸੁਹੇਲੀ ਹੈ ਜਿਹੜੀ ਵਿਛੋੜਾ ਇਹ ਦੁਹੇਲ ਪੜਨ ਨੂੰ ਜਨਮ ਦੰਦਾ ਮਿਲ ਜਾਣਾ ਇਹ ਸੁਹੇਲ ਨੂੰ ਹੁੰਦਾ ਹੈ ਪ੍ਰੀਯ ਬਾਜ ਦੋਹੇਲੀ ਕਿ ਮੇਰਾ ਪਿਆਰਾ ਮੇਰੇ ਨਾਲ ਨਹੀਂ ਹੈ ਮੇਰਾ ਵਾਹਿਗੁਰੂ ਮੇਰੇ ਤੋਂ ਮੇਰੇ ਚ ਉਸ ਤੋਂ ਵਿਤ ਪਈ ਹੋਈ ਹੈ ਪ੍ਰੀਯ ਬਾਜ ਦੋਹੇਲੀ ਕੋਈ ਨਾ 베ਲੀ ਜੇ ਮੇਰਾ ਪਿਆਰਾ ਹੀ ਮੇਰੇ ਨਾਲ ਨਹੀਂ ਹੈ ਤੇ ਮੇਰਾ ਯਾਰ 베ਲੀ ਮਿੱਤਰ ਸਖਾ ਹੋਰ ਕਿਨੇ ਹੋਣਾ ਉਹੀ ਤਾਂ ਮੇਰਾ ਹੈ ਸੁਣ ਯਾਰ ਹਮਾਰੇ ਸਜਨ ਉਹੀ ਸਾਡਾ ਮਿੱਤਰ ਹੈ ਯਾਰ ਹੈ 베ਲੀ ਹੈ ਤੇ ਜੇ ਉਹ ਉਸ ਤੋਂ ਵਿਛੋੜਾ ਹੋ ਜਾਏ ਕੋਈ ਨਾ 베ਲੀ ਗੁਰਮੁਖ ਅੰਮ੍ਰਿਤ ਪੀਵਾਂ ਕਿ ਭਾਈ ਜੇ ਏ ਵਾਹਿਗੁਰੂ ਤਰੀ ਰਹਿਮਤ ਹੋਏ ਮੈਂ ਮੈਨੂੰ ਗੁਰਮੁਖ ਬਣ ਜਾ ਫੇਰ ਮੈਂ ਤੇਰੇ ਨਾਮ ਦੇ ਅੰਮ੍ਰਿਤ ਨੂੰ ਘਟਾ ਘਟ ਪਰ ਪਰ ਕੇ ਉਸ ਨਾਮ ਦੇ ਪਿਆਲੇ ਚੋਂ ਉਹ ਅੰਮ੍ਰਿਤ ਨੂੰ ਪੀਂਦਾ ਰਚਨਾ ਰਾਜ ਰਹਿਣ ਰੰਕਾਰੀ ਪ੍ਰਭ ਮਨ ਕਰਮ ਸੁਕਰਮ ਕਿ ਉਸ ਵਾਹਿਗੁਰੂ ਨੇ ਉਸ ਨਿਰੰਕਾਰ ਨੇ ਜਿਹਦਾ ਆਪਣਾ ਕੋਈ ਆਕਾਰ ਨਹੀਂ ਹੈ ਪਰ ਉਹਨੇ ਇਸ ਰਚਨਾ ਨੂੰ ਕੀਤਾ ਆਕਾਰ ਰਚਿਆ ਰਚਨਾ ਰਾਜ ਰਹਿਣ ਰੰਕਾਰੀ ਪ੍ਰਭ ਮਨ ਕਰਮ ਸੁਕਰਮ ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਗਣਾ ਹੀ ਅਸਲੀ ਕੰਮ ਹੈ ਕਿ ਭਾਈ ਉਹਦੀ ਕ੍ਰਿ ਆਪ ਹੋਰ ਅਨਰੰਕਾਰ ਹੈ ਨਿਰਾਰਕਾਰ ਹੈ ਉਹਨੇ ਕ੍ਰੀਏਟ ਕੀਤਾ ਸਾਰੀ ਕਾਇਨਾਤ ਨੂੰ ਇਸ ਸੰਸਾਰ ਨੂੰ ਰਚਨਾ ਰਾਜ ਨੇ ਅਨੰਕਾਰੀ ਪ੍ਰਭ ਮਨ ਕਰਮ ਸੁਕਰਮ ਉਸ ਦੇ ਅੱਗੇ ਆਪਣਾ ਆਪਾ ਰੱਖ ਦੇਣਾ ਹੀ ਸਾਡੇ ਲਈ ਜਿਹੜਾ ਉਹ ਸੁਚੱਜਾ ਕਰਮ ਹੈ ਨਾਨਕ ਪੰਥ ਨੇ ਹਾਲੇ ਸਾਤਨ ਤੂੰ ਸੁਣ ਆਤਮ ਰਾਮਾ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਇਹ ਫਰਮਾਨ ਕਰਦੇ ਨੇ ਕਿ ਭਾਈ ਇਹ ਮੇਰੀ ਰੂਹ ਇਸ ਰਸਤੇ ਦੇ ਉੱਤੇ ਜਿਹੜੀ ਹੈ ਤੁਰੀ ਹੋਈ ਹੈ ਇੰਤਜ਼ਾਰ ਪੰਥ ਨਿਹਾਲੇ ਜਦੋਂ ਅਸੀਂ ਕਹਿੰਦੇ ਹ ਇਸ ਨੂੰ ਅਡੀਕ ਦੇ ਤੌਰ ਦੇ ਉੱਤੇ ਹੁੰਦਾ ਹੈ ਪਥ ਸੰਸਕ੍ਰਿਤ ਦਾ ਲਫ਼ਜ਼ ਹੈ ਰਸਤਾ ਜਿਵੇਂ ਅਸੀਂ ਕਥਾ ਹੋਰ ਬਾਣੀ ਚ ਪੜਦੇ ਆ ਕਿ ਭਾਈ ਪੰਥ ਨਿਹਾਲੇ ਮੈਨੂੰ ਹੁਣ ਗੁਰਬਾਣੀ ਦੀ ਤੋਖੇ ਇੱਕਦਮ ਯਾਦ ਨਹੀਂ ਆ ਰਹੀ ਕਿ ਭਾਈ ਮੈਂ ਉਠੀਖ ਰਹੀ ਹਾਂ ਕਿ ਮੈਂ ਨਿਹਾਲਣਾ ਇੰਤਜ਼ਾਰ ਹੁੰਦਾ ਹੈ ਕਿ ਭਾਈ ਅਸੀਂ ਇੰਤਜ਼ਾਰ ਦੇ ਵਿੱਚ ਖਲੋਤੇ ਹੋਏ ਹਾਂ ਨਾਨਕ ਪੰਥ ਨਿਹਾਲੇ ਸਾਤਨ ਤੂੰ ਸੁਣ ਆਤਮ ਰਾਮਾ ਕਿ ਭਾਈ ਉਹ ਰੂਹ ਜਿਹੜੀ ਹੈ ਉਹ ਉਸ ਰਸਤੇ ਨੂੰ ਦੇ ਉੱਤੇ ਖੜੀ ਪੰਥ ਉਸ ਪੰਥ ਦੇ ਪੱਥ ਦੇ ਉੱਤੇ ਖੜੀ ਨਿਹਾਲ ਰਹੀ ਹੈ ਇੰਤਜ਼ਾਰ ਕਰ ਰਹੀ ਹੈ हे hey वाइगुरु उस दी पुकार सुन उस दे नाल आके मिल और साथन तू सुन आत्मराम हे मेरे आत्मा दे साईं उस नु जेड़ा उस रूह नु जेडी के राह दे विच खड़ी है के भाई मिल मेरे प्रीतमा जीयो तुद बिन खरी न मानी मैं नैनी नींद ना आवे जीयो ਪਾਵੇ ਅਨੰਨਾ ਪਾਣ ਇਹ ਬਿਰਹਾ ਬਿਰਾਗ ਜਦੋਂ ਵਿਰਾਗ ਦੀ ਇਹ ਹਾਲਤ ਹੁੰਦੀ ਹੈ ਤੇ ਫਿਰ ਵਸਲ ਵੀ ਹੁੰਦਾ ਹੈ ਮਿਲਾਪ ਵੀ ਹੁੰਦਾ ਹੈ ਪਰ ਉਹ ਵਿਰਾਗ ਵੀ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੀ ਪੈਦਾ ਹੁੰਦਾ ਹੈ ਤੁਹਾਡੇ ਅੰਦਰ ਤੇ ਵਸਲ ਵੀ ਉਸ ਸਤਿਗੁਰੂ ਦੇ ਹੱਥ ਵਾਸ ਹੈ ਇਸ ਲਈ ਗੁਰਮਾ ਦਾ ਸਮੂੱਚਾ ਫਲਸਫਾ ਨਾਨਕ ਨਦਰੀ ਕਰਮ ਦਾ ਉਹਦੀ ਨਜ਼ਰ ਉਸ ਦਾ ਕਰਮ ਉਸ ਦੀ ਦਾਤ ਨਾਲ ਜੁੜਿਆ ਹੋਇਆ ਜੀ ਰਦਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਇਸ ਵੇਸਨਾ ਆਪਣੇ ਈਵਰਸ ਕੋਲੇ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੋਇਆ ਮੁਖਦਾ ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਪਤੇ ਤੇ ਐਸਵਾ ਸਾਚੀ ਵੀਚ 44 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੋਰੇ ਸਾਨੂੰ ਮੁਕਵਾਂਗੇ ਤਦ ਤੱਕ ਲਈ ਮੈਨੂੰ ਤੇ ਬਰਦਾਸਵਾ ਗਿਆ ਤੋਂ ਦੇਖਦੇ ਰਹੋ ਜੀ ਵੀ ਇਹਦੀ ਫੌਪਲਾਰੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ